ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਜਾਣਦੀ ਹੈ ਵੀ ਅੱਜ ਆਪਾਂ ਸਹਿਨਸਾ ਦਸਵੇਂ ਪਾਤਸ਼ਾਹ ਦੇ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ ਜੋ ਕੱਲ੍ਹ ਨਗਰ ਕੀਰਤਨ ਹੋਇਆ ਅਤੇ ਅੱਜ ਆਪਾਂ ਨੇ ਦੀਵਾਨ ਦਾ ਪ੍ਰੋਗਰਾਮ ਰੱਖਿਆ, ਉਹਦੀ ਸ਼ੁਰੂਆਤ ਹੈ ਜਿਹੜੀ ਹੋ ਚੁੱਕੀ ਹੈ। ਆਪਾਂ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਭੈਣਾਂ ਤੋਂ ਇੱਕ ਇੱਕ ਸ਼ੇਰ ਸੁਣੋ, ਫਿਰ ਆਪਾਂ ਅੱਗੇ ਇਤਿਹਾਸ ਵੱਲ ਨੂੰ ਤੁਰਾਂਗੇ। ਵਾਹਿਗੁਰੂ ਵਿੱਚ ਪ੍ਰੇਮ ਸੁਤੰਤਰਤਾ ਵਸ ਹੋਇਆ, ਫਿਰ ਨਿਜ ਭਗਤਾਂ ਦੀ ਸਾਰ ਲੈਂਦਾ, ਝੂਠੇ ਬੇਰ ਲੈ ਕੇ ਖਾ ਗਿਆ ਪੀਲਣੀ ਤੋਂ, ਸੁੱਕੇ ਤੰਗੜਾਂ ਦੇ ਫੁੱਕੇ ਮਾਰ ਲੈਂਦਾ। ਜਦ ਕਦੇ ਪ੍ਰਹਿਲਾਦ ਨੇ ਯਾਦ ਕੀਤਾ, ਨਰ ਸਿੰਘ ਛੱਡੀ ਫਿਰੇ ਦਰਬਾਰ ਬੈਕੁੰਠੇ ਆਪਣਾ, ਤੂੰ ਜਦੋਂ ਦਿਲਾਂ ਦੀ ਸੁਣ ਪੁਕਾਰ ਲੈਂਦਾ, ਮਾਧੋ ਦਿਲਾਂ ਦੀ ਸੁਣ ਪੁਕਾਰ ਲੈਂਦਾ। ਜੀ ਜਿਨ੍ਹਾਂ ਨੇ ਬ੍ਰਹਮ ਦੀ ਰਮਜ ਜਾਣੀ, ਕਦੇ ਮਜਬਾ ਸੇ ਮੁਲਾਕਾਤ ਨਹੀਂ, ਕਰਦੇ ਮਜਬਾ ਸੇ ਮੁਲਾਕਾਤ ਨਹੀਂ, ਉਹ ਸਾਰ ਮੰਜ਼ਲ ਦੀ ਜਾਣਦੇ ਪਿਤਾ। ਜਿਨ੍ਹਾਂ ਨੇ ਆਬੇ ਹਯਾਤ ਨਹੀਂ, ਮਿਲੂ ਦੇਸ਼ ਇਲਾਹੀ ਦੀ ਖਬਰ ਕਿੱਥੋਂ, ਪਾਈ ਗਈ ਮਹਿਬੂਬ ਦੀ ਜਾਤ ਨਹੀਂ, ਦਿਬ ਨੈਣਾ ਸੇ ਦਿਸੇ ਦਰਬਾਰ ਸਿੰਘਾ, ਇੱਕ ਵਰਣ ਹੈ ਦੂਸਰੀ ਜਾਤ ਨਹੀਂ, ਇੱਕ ਵਰਣ ਹੈ ਦੂਸਰੀ ਜਾਤ। ਦਿਬ ਨੈਣਾ ਸੇ ਦਿਸੇ ਦਰਬਾਰ ਸਿੰਘਾ, ਇੱਕੋ ਵਰਨ ਹੈ ਦੂਸਰੀ ਜਾਤ ਨਾਹੀਂ। ਗੁਰੂ ਘਰ ਦੇ ਵਿੱਚ ਬਸ ਇੱਕੋ ਅੱਖ ਦੇ ਨਾਲ ਦੇਖਿਆ ਜਾਂਦਾ। ਹੁਣ ਆਪਾਂ ਇੱਕ ਗੁਰੂ ਦੇ ਸਿੰਘ ਦਾ ਇਤਿਹਾਸ ਸ਼ੁਰੂ ਕਰਨਾ, ਸਮਾਂ ਪਹਿਲਾਂ ਲੇਟ ਹੈ। ਹੁਣ ਆਪਾਂ ਗੱਲਾਂ ਬਾਤਾਂ ਨਾ ਕਰੀਏ, ਸਿੱਧਾ ਇਤਿਹਾਸ ਵੱਲ ਨੂੰ ਚੱਲੀਏ। ਅੱਜ ਦੀ ਸੁੱਖ ਦੁਨੀਆ, ਜਿੰਨੇ ਬੁੱਧੀਜੀਵੀਏ ਜਿੰਨੇ ਸਿੱਖ ਵਿਦਵਾਨ, ਸਾਰਿਆਂ ਨੇ ਜੇ ਚੋਣ ਕੀਤੀ ਹੈ ਇੱਕ ਕਰਮ ਧਰਮ ਵਿੱਚ ਪੂਰਾ ਸਿੱਖੀ ਮਿਸ਼ਨ ਵਿੱਚ ਢਲਿਆ ਹੋਇਆ, ਸਿੱਖੀ ਦੇ ਪੂਰਾ ਪਹਿਰਾ ਦੇਣ ਵਾਲਾ ਜੇ ਚੋਣ ਹੋਈ ਆ ਤਾਂ ਇੱਕ ਹਰੀ ਸਿੰਘ ਨਲੂਏ ਦੀ ਹੋਈ ਹੈ ਸਰਦਾਰ ਦੀ, ਜਿਹਦੀ ਅੱਜ ਆਪਾਂ ਨੇ ਗੱਲ ਕਰਨੀ ਹੈ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਉਹਦਾ ਪਿੰਡ ਸੀ ਗੁਜਰਾਂ ਵਾਲਾ, ਉਹਦਾ ਪਿਤਾ ਗੁਰਦਿਆਲ ਸਿੰਘ ਉੱਪਲ, ਗੁਜਰਾਂ ਵਾਲਾ ਅੱਜ ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਹੈ। ਗੁਰਦਿਆਲ ਸਿੰਘ ਉੱਪਲ ਹਰੀ ਸਿੰਘ ਨਲੂਏ ਨੂੰ ਇੱਕ ਸਾਲ ਦੇ ਨੂੰ ਛੱਡ ਕੇ ਰੱਬ ਘਰ ਚਲਿਆ ਗਿਆ। ਉਹਦੀ ਮਾਤਾ ਧਰਮ ਕੌਰ ਹਰੀ ਸਿੰਘ ਨਲੂਏ ਨੂੰ ਲੈ ਕੇ ਆਪਦੇ ਪੇਕੀ ਚਲੀ ਗਈ, ਉਹਦੇ ਨਾਨਕੀ, ਉਹਦੇ ਨਾਨਕੇ ਸਿੱਖੀ ਮਿਸ਼ਨ ਦੇ ਵਿੱਚ ਪੂਰੇ ਢਲੇ ਹੋਏ। ਹੁਣ ਜਨਮ ਤੋਂ ਸਿੱਖੀ ਦੀ ਗੁੜਤੀ ਪੂਰੀ ਐਨ ਸਿੱਖੀ ਦੀ ਪਾਵਰਫੁੱਲ ਬਣ ਕੇ
ਜਦੋਂ ਤਿਆਰ ਹੋਇਆ, ਜਦੋਂ ਹਰੀ ਸਿੰਘ ਨਲੂਏ ਦੀ ਉਮਰ ਹੋਈ ਨਾ 16 ਸਾਲ ਦੀ, ਤਾਂ ਦੁਸਹਿਰੇ ਦਾ ਮੇਲਾ ਆਇਆ ਲਾਹੌਰ। ਉੱਥੇ ਸਿੰਘਾਂ ਨੇ ਕਰਤੱਬ ਦਿਖਾਏ। ਮਹਾਰਾਜਾ ਰਣਜੀਤ ਸਿੰਘ ਕਰਤੱਬ ਦੇਖਦਾ ਸੀ, ਤਾਂ ਉੱਥੇ ਸਿੰਘਾਂ ਨੇ ਜਿਹੜਾ ਪਹਿਲਵਾਨ ਘੁਲਦਾ ਸੀ ਨਾ, ਮਹਾਰਾਜਾ ਰਣਜੀਤ ਸਿੰਘ ਦਾ ਪਹਿਲਵਾਨ ਪੂਰਾ ਆਲੇ ਦੁਆਲੇ ਜਿਹੜੇ ਸਟੇਡੀਅਮ ਸੀ ਉਹ ਭਰਿਆ ਹੋਇਆ। ਉਹਨੇ ਸਾਰੇ ਪਹਿਲਵਾਨ ਹਰਾ ਤੇ, ਜਿਹੜਾ ਰਾਜੇ ਦਾ ਪਹਿਲਵਾਨ ਸੀ ਨਾ, ਸਾਰੇ ਪਹਿਲਵਾਨਾਂ ਨੂੰ ਹਰਾ ਗਿਆ। ਤੇ ਉਹਨੇ ਬਾਹ ਖੜੀ ਕਰਕੇ ਕਿਹਾ ਵੀ ਕੋਈ ਹੋਰ ਹੈ ਜਿਹੜਾ ਕੋਈ ਮੇਰੇ ਨਾਲ ਜੋ ਆਪਣਾ ਪਹਿਲਵਾਨੀ ਕਰ ਸਕੇ। ਤਾਂ ਸਟੇਡੀਅਮ ਵਿੱਚੋਂ ਛਾਲ ਮਾਰੀ ਸ਼ੇਰ ਨੇ 16 ਸਾਲ ਦੀ ਉਮਰ ਦੇ ਵਿੱਚ, ਕਹਿੰਦਾ ਵੀ ਮੈਂ ਤੇਰੇ ਨਾਲ ਘੁਲੂੰਗਾ। ਰਾਜਾ ਰਣਜੀਤ ਸਿੰਘ ਦੇਖਦਾ ਰਹਿ ਗਿਆ ਵੀ 16 ਸਾਲ ਦਾ ਜਵਾਨ ਮੇਰੇ ਐਡੇ ਪਹਿਲਵਾਨ ਨਾਲ ਘੁਲੂਗਾ। ਕਹਿੰਦੇ ਵੀ ਦੇਖੋ, ਜਦ ਘੁਲਿਆ ਉਹਨੇ ਮਿੰਟ 2 ਲਾਏ, ਪਹਿਲਵਾਨ ਨੂੰ ਖਤਮ ਕਰਤਾ। ਤੇ ਰਾਜਾ ਰਣਜੀਤ ਸਿੰਘ ਸਟੇਜ ਤੋਂ ਉੱਤਰ ਕੇ ਆਇਆ, 20,000 ਦਾ ਉਹਦੇ ਗਲ ਦੇ ਵਿੱਚ ਹਾਰ ਪਾਇਆ ਹੋਇਆ, ਉਹਦੇ ਆਪ ਦੇ ਗਲ ਚੋਂ ਲਾ ਕੇ ਹਰੀ ਸਿੰਘ ਨਲੂਏ ਦੇ ਗਲ 'ਚ ਹਾਰ ਪਾਤਾ। ਕਹਿੰਦਾ ਵੀ ਸੂਰਮਿਆਂ, ਤੇਰੇ 'ਚ ਸੂਰਮਗਦੀ ਬਹੁਤ ਹੈ, ਤੇਰਾ ਪਿੰਡ ਕਿਹੜਾ ਹੈ? ਕਹਿੰਦਾ ਜੀ ਗੁਜਰਾਂ ਵਾਲਾ। ਕਹਿੰਦਾ ਵੀ ਮੇਰਾ ਵੀ ਪਿੰਡ ਗੁਜਰਾਂ ਵਾਲਾ ਹੈ। ਕਿਹਦਾ ਪੁੱਤਰ ਹੈ? ਕਹਿੰਦਾ ਜੀ ਗੁਰਦਿਆਲ ਸਿੰਘ ਉੱਪਲ ਦਾ। ਕਹਿੰਦਾ ਵੀ ਤੂੰ ਯੋਧਾ ਬਹੁਤ ਹੈ, ਵੀ ਤੂੰ ਅੱਜ ਤੋਂ ਮੇਰਾ ਬਾਡੀਗਾਰਡ ਰਹਿ ਪਾ। ਹੁਣ ਇੱਕ 16 ਸਾਲ ਦੀ ਉਮਰ ਦੇ ਵਿੱਚ ਰਾਜਾ ਇੱਕ ਨੌਜਵਾਨ ਨੂੰ ਆਪਦਾ ਬਾਡੀਗਾਰਡ ਰੱਖਦਾ, ਇਹ ਬਹੁਤ ਵੱਡੀ ਗੱਲ ਹੈ। ਆਪਦੀ ਜਾਨ ਦਾ ਰਾਖਾ ਰੱਖਦਾ ਤੇ ਬਾਡੀਗਾਰਡ ਬਣ ਕੇ ਆਪਦਾ ਸਮਾਂ ਬਤੀਤ ਹੁੰਦਾ ਰਿਹਾ। ਇੱਕ ਦਿਨ ਕਿਤੇ ਫਿਰ ਕਸੂਰ ਦੀ ਜੰਗ ਲੱਗੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲੂਆ ਕਹਿੰਦਾ ਵੀ ਬਾਡੀਗਾਰਡ ਤਾਂ ਮੈਂ ਤੇਰਾ ਰਹੂੰਗਾ, ਪਰ ਮੇਰੇ ਡੌਲੇ ਫਰਕਦੇ ਨੇ, ਮੇਰਾ ਜੀ ਕਰਦਾ ਵੀ ਮੈਨੂੰ ਜੰਗ ਦੇ ਵਿੱਚ ਤੋਰੋ। ਇੱਕ ਸਿਪਾਹੀ ਦੇ ਤੌਰ ਤੇ ਕਸੂਰ ਦੀ ਜੰਗ ਦੇ ਵਿੱਚ ਹਰੀ ਸਿੰਘ ਨਲੂਏ ਨੂੰ ਤੋਰਤਾ। ਜਦੋਂ ਫਿਰ ਉਹਨੇ ਮਾਰੀਆਂ ਨਾ ਤੇਗਾਂ, ਉੱਥੇ ਦਿਖਾਏ ਆਪਦੇ ਜੌਹਰ। ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਵੀ ਭਾਈ ਬਾਡੀਗਾਰਡ ਤਾਂ ਮੈਂ ਹੋਰ ਰੱਖ ਲੂੰ, ਵੀ ਅੱਜ ਤੋਂ ਬਾਅਦ ਤੂੰ ਮੇਰੀਆਂ ਫੌਜਾਂ ਦਾ ਛੋਟਾ ਜਰਨਲ ਹੈ। ਛੋਟਾ ਜਰਨਲ ਥਾਪਤਾ, ਛੋਟਾ ਜਰਨਲ ਥਾਪ ਕੇ ਜੰਗਾਂ ਦੁੱਤਾਂ ਦੇ ਵਿੱਚ ਪ੍ਰਵੇਸ਼ ਕਰਤਾ। ਉਸ ਤੋਂ ਬਾਅਦ ਕਿਤੇ ਇੱਕ ਦਿਨ ਹਰੀ ਸਿੰਘ ਨਲੂਆ ਤੇ ਮਹਾਰਾਜਾ ਰਣਜੀਤ ਸਿੰਘ ਜੰਗਲ ਦੇ ਵਿੱਚ ਨੂੰ ਤੁਰੇ ਜਾਂਦੇ ਨੇ, ਤਾਂ ਇੱਕ ਕਹਿਰੀ ਸ਼ੇਰ ਬੁੱਕਿਆ। ਕਹਿਰੀ ਸ਼ੇਰ ਨੇ ਆਵਾਜ਼ ਮਾਰੀ, ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਵੀ ਤੇਰੇ ਕੋਲ ਕਿਰਪਾਨ ਹੈ ਛੋਟੀ, ਤੂੰ ਵੱਡੀ ਕਿਰਪਾਨ ਲੈ ਲੈ, ਕਿਤੇ ਸ਼ੇਰ ਤੇਰੇ 'ਤੇ ਪੈ ਨਾ ਜਾਵੇ। ਉਹ ਕਹਿੰਦਾ ਵੀ ਬੇਟਾ ਹਰੀ ਸਿੰਘ, ਜੇ ਸ਼ੇਰ ਤੇਰੇ 'ਤੇ ਪੈ ਗਿਆ? ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਤੇਰਾ ਬਾਡੀਗਾਰਡ ਹਾਂ, ਆਉਣ ਦੇ। ਮਹਾਰਾਜਾ ਰਣਜੀਤ ਸਿੰਘ ਨੂੰ ਤਲਵਾਰ ਫੜਾ ਕੇ ਇੱਕ ਸਾਈਡ 'ਤੇ ਦੀ ਹੋ ਕੇ ਸ਼ੇਰ ਨੂੰ ਆਵਾਜ਼ ਮਾਰਤੀ, ਕਹਿੰਦਾ ਵੀ ਤੂੰ ਐਂ ਬਣੀ ਦਾ ਸਿੰਘ, ਜੰਗਲ ਦਾ ਸਿੰਘ, ਮੈਂ ਆ ਗੁਰੂ ਦਾ ਸਿੰਘ, ਵੀ ਆ ਜਾ। ਫਿਰ ਕਹਿੰਦਾ ਜੇ ਤੂੰ ਮੁਕਾਬਲੇ 'ਚ ਆਉਣਾ, ਇੱਥੇ ਬੈਠਾ ਕੀ ਬੋਲੀ ਜਾਂਦਾ ਖੱਡਾਂ ਦੇ ਵਿੱਚ? ਹੁਣ ਸ਼ੇਰ ਦੀ ਆਦਤ ਹੈ ਜਿੱਥੋਂ ਆਵਾਜ਼ ਆਵੇ ਉੱਥੇ ਨੂੰ ਜਾਣਾ ਉਹਨੇ। ਸ਼ੇਰ ਮਹਾਰਾਜਾ ਰਣਜੀਤ ਸਿੰਘ ਨੂੰ ਸਾਈਡ ਦੇ ਕੇ ਹਰੀ ਸਿੰਘ ਨਲੂਏ ਤੇ ਨੂੰ ਡਿੱਗਿਆ। ਜਦੋਂ ਉਹਨੇ ਪੰਜੇ ਮਾਰੇ ਨਾ ਧਰਤੀ ਤੇ ਇੱਕ ਪਾਸੇ ਨੂੰ ਹੋ ਕੇ ਉਹਨੂੰ ਪੰਜਾ ਨਹੀਂ ਚੱਕਣ ਦਿੱਤਾ, ਉਹਦੀ ਗਰਦਨ ਤੇ ਬੈਠ ਕੇ ਜਵਾੜਾ ਫੜ ਕੇ ਐਂ ਸ਼ੇਰ ਪਾੜਤਾ ਜਵਾੜਾ। 18 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਭੱਜ ਕੇ ਗਿਆ, ਤਲਵਾਰ ਦਿੱਤੀ, ਫਿਰ ਉਹਦੇ 2 ਟੁਕੜੇ ਕੀਤੇ। ਕਹਿੰਦਾ ਵੀ ਸੂਰਮਿਆਂ, ਅੱਜ ਤੋਂ ਬਾਅਦ ਤੂੰ ਮੇਰਾ ਵੱਡਾ ਕਮਾਂਡਰ ਹੈ, ਸੁੱਤੇ ਸਲਾਰ। ਉਹਦੇ ਜੱਫੇ 'ਚ ਲੈ ਲਿਆ ਘੁੱਟ ਕੇ, ਪਿਆਰ ਦੇ ਅੰਸੂ ਵੀ ਆਏ। ਕਹਿੰਦਾ ਵੀ ਅੱਜ ਤੋਂ ਬਾਅਦ 11,000 ਸ਼ੇਰ ਦਿਲ ਫੌਜ ਸੀ ਇੱਕ, ਵੀ ਇਹਦਾ ਕਮਾਂਡਰ ਤੂੰ ਹੈ। ਹੁਣ 3 ਯੋਧਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਵਧਾਇਆ। ਇੱਕ ਤਾਂ ਹਰੀ ਸਿੰਘ ਨਲੂਆ, ਇੱਕ ਲੇਹੜਾ ਪਟਾਲਾ ਜਾਖੜ ਦੇ ਕੋਲੋਂ ਆਇਆ ਅਕਾਲੀ ਫੂਲਾ ਸਿੰਘ, ਇੱਕ ਸ਼ਾਮ ਸਿੰਘ ਅਟਾਰੀ ਵਾਲਾ। ਕਹਿੰਦੇ ਪੰਜਾਬ ਬਹੁਤ ਛੋਟਾ ਸੀਗਾ, ਇਹ 3 ਯੋਧਿਆਂ ਨੇ ਖੰਡੇ ਫੜ ਕੇ ਪੰਜਾਬ ਨੂੰ ਖੈਬਰ ਤੱਕ ਲਾਤਾ, ਦਿੱਲੀ ਦੀਆਂ ਕੰਧਾਂ ਤੱਕ ਲਾਤਾ, ਇੱਧਰ ਅਟਕ ਦਰਿਆ ਤੱਕ ਲਾਤਾ।
ਤੇ ਇੱਕ ਦਿਨ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ ਵੀ ਆਪਾਂ ਕੱਲ੍ਹ ਨੂੰ ਅਟਕ ਦਰਿਆ ਤੱਕ ਯੁੱਧ ਕਰਾਂਗੇ ਤੇ ਇਹਨੇ ਅਕਾਲੀ ਫੁੱਲਾ ਸਿੰਘ ਨੇ ਅਰਦਾਸ ਕਰਤੀ ਵੀ ਤੜਕੇ ਯੁੱਧ ਕਰਨ ਜਾਣਾ ਤੇ ਸ਼ਾਮ ਨੂੰ ਤੋਪਾਂ ਨਾ ਪਹੁੰਚੀਆਂ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਵੀ ਯੁੱਧ ਕੱਲ੍ਹ ਨੂੰ ਨਹੀਂ ਪਰਸੋਂ ਨੂੰ ਅਗਲੇ ਦਿਨ ਜਾਵਾਂਗੇ ਤੇ ਅਕਾਲੀ ਫੁੱਲਾ ਸਿੰਘ ਕਹਿੰਦਾ ਵੀ ਮੇਰੀ ਹੋ ਗਈ ਅਰਦਾਸ ਵੀ ਤੂੰ ਕਰ ਤੋਪਾਂ ਦੇ ਆਸਰਾ ਤੈਂ ਜਾਣਾ ਜਾ ਮੈਂ ਤਾਂ ਜੰਗ ਨੂੰ ਜਾਊਂਗਾ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਿਨਾਂ ਕਹੇ ਅਕਾਲੀ ਫੁੱਲਾ ਸਿੰਘ ਜਿਹੜੇ ਆਪਦੇ ਸੇਵਾਦਾਰ ਤੇ ਉਹਨਾਂ ਨੂੰ ਲੈ ਕੇ ਅਟਕ ਦਰਿਆ ਵੱਲ ਨੂੰ ਜੰਗ ਕਰਨ ਚੱਲਿਆ ਗਿਆ ਤੇ ਉਹ ਕਹਿੰਦਾ ਵੀ ਗੱਲ ਇਹ ਹੈ ਵੀ ਜੰਗ ਮੈਂ ਜਿੱਤੂੰਗਾ ਪਰ ਮੈਂ ਮੁੜ ਕੇ ਨਹੀਂ ਆਉਂਦਾ ਤੇ ਅਕਾਲੀ ਫੁੱਲਾ ਸਿੰਘ ਗਿਆ ਜੰਗ ਹੋਇਆ ਜਨ ਨੂੰ ਤੋਪਾਂ ਆਈਆਂ ਮਹਾਰਾਜਾ ਰਣਜੀਤ ਸਿੰਘ ਉੱਥੇ ਪਹੁੰਚਿਆ ਤਾਂ ਅਕਾਲੀ ਫੁੱਲਾ ਸਿੰਘ ਸ਼ਹੀਦੀ ਪਾ ਗਿਆ ਤੇ ਇੱਕ ਉੱਥੇ ਇੱਕ ਦਰਿਆ ਲੰਡਾ ਹੈ ਅਟਕ ਦਰਿਆ ਦੇ ਉਰਲੇ ਪਾਸੇ ਇੱਕ ਲੰਡਾ ਦਰਿਆ ਹੈ ਲੰਡੇ ਦਰਿਆ ਤੇ ਫਿਰ ਉਹਦੀ ਉੱਥੇ ਸਮਾਧ ਬਣਾ ਕੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਕੇ ਭੋਗ ਪੈ ਰਹੇ ਨੇ ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਦੇ ਵਿੱਚੋਂ ਨੇਤਰਾਂ 'ਚੋਂ ਪਾਣੀ ਚੱਲ ਪਿਆ। ਹਰੀ ਸਿੰਘ ਨਲੂਆ ਬੈਠਾ ਸੀ ਸਾਹਮਣੇ ਉਹ ਕਹਿੰਦਾ ਵੀ ਤੁਸੀਂ ਤਾਂ ਪੰਜਾਬ ਦੇ ਸ਼ੇਰ ਹੋ ਤੁਸੀਂ ਕਿਉਂ ਰੋਏ ਹੋ? ਉਹ ਕਹਿੰਦਾ ਵੀ ਅੱਜ ਮੇਰੀ ਸੱਜੀ ਬਾਂਹ ਟੁੱਟ ਗਈ ਅਕਾਲੀ ਫੁੱਲਾ ਸਿੰਘ ਸ਼ਹੀਦ ਹੋ ਗਿਆ ਪਰ ਮੇਰੀ ਆਸ ਆ ਰਹੇਗੀ। ਹਰੀ ਸਿੰਘ ਨਲੂਆ ਕਹਿੰਦਾ ਆਸ ਆ ਰਹੇਗੀ ਫਿਰ ਮੈਂ ਤਾਂ ਜਿਉਂਦਾ ਬੈਠਾ ਇਹ ਹੁਕਮ ਦੱਸ ਕੀ ਆਸ ਆ ਰਹੇਗੀ? ਉਹ ਕਹਿੰਦਾ ਵੀ ਪਸ਼ਾਵਰ ਤੱਕ ਰਾਜ ਹੈ ਖਾਲਸੇ ਦਾ ਪਸ਼ਾਵਰ ਦੇ ਉੱਤੇ ਜਮਰੌਦ ਹੈ ਜਮਰੌਦ ਤੇ ਰਾਜ ਹੈ ਪਠਾਣਾ ਦਾ ਜਿਹੜਾ ਕਾਬਲ ਦਾ ਬਾਦਸ਼ਾਹ ਨਾ ਅਫਗਾਨਿਸਤਾਨ ਦਾ ਦੋਸਤ ਮੁਹੰਮਦ ਖਾਨ ਉਹਦਾ ਰਾਜ ਹੈ ਜਮਰੌਦ ਤੇ ਜਿੰਨੇ ਵੀ ਹਮਲਾਵਰ ਦੁਰਾਨੀ ਅਬਦਾਲੀ ਨਾਦਰ ਸ਼ਾਹ ਭਾਰਤ ਨੂੰ ਆ ਕੇ ਲੁੱਟਦੇ ਰਹੇ ਕੁੱਟਦੇ ਰਹੇ ਉਹ ਸਾਰੇ ਜਮਰੌਦ ਦੇ ਰਸਤੇ ਆਉਂਦੇ ਰਹੇ। ਕਹਿੰਦਾ ਵੀ ਮੈਂ ਚਾਹੁੰਦਾ ਵੀ ਜੇ ਜਮਰੌਦ ਤੇ ਕਬਜ਼ਾ ਕਰਕੇ ਆਪਾਂ ਉਹਨਾਂ ਦਾ ਬਾਡਰੇ ਬੰਦ ਕਰ ਦਈਏ ਤਾਂ ਪੰਜਾਬ ਨੂੰ ਲੁੱਟ ਤੋਂ ਬਚਾ ਦਈਏ। ਤੂੰ ਹੋਵੇਂ ਕਹਿੰਦਾ ਮੇਰਾ ਜਰਨਲ ਤੇਰੇ ਹੱਥ 'ਚ ਹੋਵੇ ਖੰਡਾ ਤੇ ਜਮਰੌਦ ਤੇ ਰਾਜ ਪਠਾਣਾ ਦਾ। ਉੱਥੇ ਵੇ ਹਰੀ ਸਿੰਘ ਨਲੂਏ ਨੇ ਖੜਾ ਹੋ ਕੇ ਅਰਦਾਸ ਕਰਤੀ ਕਹਿੰਦਾ ਵੀ ਕੋਈ ਜੰਗ ਮੈਂ ਜਿੱਤਿਆ 20 ਦਿਨ 'ਚ ਕੋਈ ਮਹੀਨੇ 'ਚ ਕੋਈ 15 'ਚ ਜਿਹੜਾ ਜਮਰੌਦ ਦਾ ਜੰਗ ਹੈ ਕਹਿੰਦਾ ਮੈਂ 1 ਦਿਨ ਦੇ ਵਿੱਚ ਜਿੱਤੂੰਗਾ। ਹਰੀ ਸਿੰਘ ਨਲੂਏ ਨੇ ਅਰਦਾਸ ਕਰਤੀ ਹੁਣ ਇਹ ਹਰੀ ਸਿੰਘ ਨਲੂਏ ਦਾ 16ਵਾਂ ਜੰਗ ਹੈ 15 ਜੰਗਾਂ ਉਹਨੇ ਪਹਿਲਾਂ ਰਲੀਆਂ ਜਿਹੜੀ 16ਵੀਂ ਜੰਗ ਦੀ ਆਪਾਂ ਅੱਜ ਗੱਲ ਕਰਨੀ ਆ ਨਾ ਜਮਰੌਦ ਦੇ ਕਿਲੇ ਦੀ। ਅਰਦਾਸ ਕਰਤੀ ਕਹਿੰਦਾ ਵੀ 1 ਦਿਨ ਦੇ ਵਿੱਚ ਜੰਗ ਜਿੱਤੂੰਗਾ। ਆਪਦੀ 11,000 ਸ਼ੇਰ ਦਿਲ ਫੌਜ ਨੂੰ ਹਰੀ ਸਿੰਘ ਨਲੂਆ ਆ ਕੇ ਫਿਰ ਜਿਵੇਂ ਤਿਆਰ ਕਰਦਾ ਹੈ ਕਹਿੰਦਾ ਮੁੜ ਕੇ ਨਾ ਵਿਕਣ ਬਜ਼ਾਰੀ ਕੰਨਿਆ ਕੁਆਰੀਆਂ ਕਬਜ਼ੇ ਜਮਰੌਦ ਕਰਾਂਗੇ ਕਰ ਲਓ ਹੁਣ ਤਿਆਰੀਆਂ। ਜਿਵੇਂ 11,000 ਸ਼ੇਰ ਦਿਲ ਫੌਜ ਨੂੰ ਜਮਰੌਦ ਤੇ ਚੜ੍ਹਾਈ ਕਰਨ ਵਾਸਤੇ ਕਹਿੰਦਾ ਹੈ ਉਹ ਸਮੇਂ ਦੀ ਕਵਿਤਾ ਇਉਂ ਬਿਆਨ ਹੁੰਦੀ ਹੈ। ਲਾਇਆ ਦਰਬਾਰ ਰੂਹਾਨੀ ਸ਼ੇਰੇ ਪੰਜਾਬ ਨੇ ਜੋ ਬਨਤੇ ਮਹਿਕ ਖਿਲਾਰੀ ਪੁਸ਼ਪ ਗੁਲਾਬ ਨੇ ਸਤਿਗੁਰ ਨੇ ਬਖਸ਼ਿਸ਼ ਕਰੀਆ ਸਤਿਗੁਰ ਨੇ ਬਖਸ਼ਿਸ਼ ਕਰੀਆ ਸਿੰਘੋ ਸਰਦਾਰੀਆਂ ਕਬਜ਼ੇ ਜਮਰੌਦ ਕਰਾਂਗੇ ਕਬਜ਼ੇ ਜਮਰੌਦ ਕਰਾਂਗੇ ਕਰ ਲੋ ਹੁਣ ਤਿਆਰੀਆਂ। ਉੱਗੇ ਤੇ ਤਰਤਾ ਖੰਡਾ ਅੰਦਰ ਦੀਵਾਨ ਦੇ ਝੰਡੇ ਹੁਣ ਲਾਲ ਝੂਲਣੇ ਜੰਗੀ ਮੈਦਾਨ ਦੇ ਕੱਸ ਲੋ ਜਮਰੌਦ ਕਰਾਂਗੇ ਕਰ ਲੋ ਹੁਣ ਤਿਆਰੀਆਂ ਕਬਜ਼ੇ ਜਮਰੌਦ ਕਰਾਂਗੇ।
ਕਬ ਜੇ ਜਮਰੋਦ ਕਰਾਂਗੇ, ਕਬ ਜੇ ਜਮਰੋਦ ਕਰਾਂਗੇ, ਕਰ ਲੋ ਹੁਣ ਤਿਆਰੀਆਂ। ਸਤਿਗੁਰ ਤੋਂ ਪਾਈ ਸਿੰਘੋ ਅੰਮ੍ਰਿਤ ਦੀ ਦਾਤ ਹੈ, ਸਿੱਖੀ ਦਾ ਸੂਰਜ ਚਮਕੂ ਮੁਸਲਿਮ ਦੀ ਰਾਤ ਹੈ, ਮੁੜ ਕੇ ਨਾ ਵਿਕਣ ਬਜ਼ਾਰੀ ਕੰਨਿਆ ਕੋ ਆਰੀਆਂ। ਕਬ ਜੇ ਕਰ ਲੋ ਹੁਣ ਤਿਆਰੀਆਂ। ਆਪਦੀ 11,000 ਸ਼ੇਰ ਗੁਰ ਫੌਜ ਲੈ ਕੇ ਫਿਰ ਜਮਰੌਦ ਵੱਲ ਨੂੰ ਚੱਲ ਪਿਆ ਹਰੀ ਸਿੰਘ ਨਲੂਆ। ਜਦੋਂ ਰਹਿ ਗਿਆ ਨਾ 4-5 ਕੁ ਮੀਲ ਤੇ ਜਮਰੌਦ ਦਾ ਕਿਲਾ, ਉੱਥੇ ਫਿਰ ਕਹਿੰਦਾ ਵੀ ਸਿੰਘੋ ਇੱਥੇ ਡੇਰੇ ਲਾ ਲਓ। ਸਿੰਘ ਕਹਿੰਦਾ ਜੀ ਹੁਣ ਤਿਆਰੀ ਹੈ, ਕਰੋ ਹਮਲਾ। ਕਹਿੰਦਾ ਵੀ ਇਉਂ ਨਹੀਂ ਸਿੰਘ ਹਮਲਾ ਕਰਦੇ, ਪਹਿਲਾਂ ਮੈਂ ਇੱਕ ਲਿਖਦਾ ਚਿੱਠੀ। ਕਿਹਨੂੰ ਲਿਖਦਾ? ਕਾਬਲ ਦੇ ਬਾਦਸ਼ਾਹ ਦੋਸਤ ਮੁਹੰਮਦ ਖਾਨ ਨੂੰ, ਜਿਹੜਾ ਅਫਗਾਨਿਸਤਾਨ ਦਾ ਰਾਜਾ ਹੈ। ਕਹਿੰਦਾ ਵੀ ਪਹਿਲਾਂ ਆਪਾਂ ਨੂੰ ਚਿੱਠੀ ਲਿਖੀਏ ਵੀ ਤੂੰ ਜਾਂ ਤਾਂ ਕਿਲ੍ਹਾ ਖਾਲੀ ਕਰਕੇ ਪਹਾੜਾਂ 'ਤੇ ਵਗ ਜਾਂ ਫਿਰ ਯੁੱਧ ਕਰਨ ਵਾਸਤੇ ਤਿਆਰ ਹੋ ਜਾ, ਵੀ ਆਪਾਂ ਇੱਕ ਧੋਖੇ ਨਾਲ ਜੰਗ ਨਹੀਂ ਕਰਨਾ। ਹਰੀ ਸਿੰਘ ਨਲੂਆ ਫਿਰ ਇੱਕ ਚਿੱਠੀ ਲਿਖਦਾ, ਉਹ ਕਹਿੰਦਾ ਵੀ ਜਾਂ ਤਾਂ ਤੂੰ ਕਿਲ੍ਹਾ ਖਾਲੀ ਕਰ, ਜਮਰੌਦ ਦਾ ਖਾਲਸਾ ਬੈਠਾ, ਇਹ ਗੱਲ ਦਾ ਤੈਨੂੰ ਪਤਾ ਲੱਗਿਆ ਹੋਣਾ ਵੀ ਮਹਾਰਾਜੇ ਰਣਜੀਤ ਸਿੰਘ ਦੇ ਹੁਕਮ ਦੇ ਨਾਲ ਹਰੀ ਸਿੰਘ ਨਲੂਆ ਆਪਦੀ ਫੌਜ ਲੈ ਕੇ 4 ਕੋਹ ਪਿੱਛੇ ਬੈਠਾ ਜਮਰੌਦ ਤੋਂ, ਵੀ ਜ਼ਿਆਦਾ ਤੂੰ ਕਿਲ੍ਹਾ ਛੱਡ ਕੇ ਆਪਦੇ ਲੈ ਕੇ ਬੰਦੇ ਚੜ੍ਹ ਜਾ ਪਹਾੜਾਂ 'ਤੇ ਨੂੰ, ਕੋਈ ਸਾਨੂੰ ਰੋਸਾ ਨਹੀਂ। ਵੀ ਨਹੀਂ ਫਿਰ ਮੈਦਾਨ ਦੇ ਵਿੱਚ ਆ ਕੇ ਤਿਆਰ ਹੋ ਜਾ, ਕਿਉਂਕਿ ਜਿਹੜਾ ਇਹ ਜੰਗੀ
ਮਤਲਬ ਇਲਾਕਾ ਨਾ ਜਮਰੌਦ ਦੇ ਕਿਲੇ ਦਾ ਜਿਹੜਾ ਮੈਦਾਨੀ ਇਲਾਕਾ ਉਹਦੇ ਆਲੇ ਦੁਆਲੇ, ਇੱਥੇ ਕਬਜ਼ਾ ਖਾਲਸੇ ਦਾ ਹੋਊਗਾ। ਤੁਸੀਂ ਪਹਾੜਾਂ ਨੂੰ ਚੜ੍ਹ ਜਾਓ, ਕੋਈ ਗੱਲ ਨਹੀਂ, ਨਹੀਂ ਫਿਰ ਅਸੀਂ ਫਿਰ ਜੰਗ ਨੂੰ ਤਿਆਰ ਹਾਂ, ਬੈਠੇ ਹਾਂ, ਸਾਨੂੰ ਦੱਸੋ ਵੀ ਜੰਗ ਕਰਨਾ ਕਿ ਜਾਂ ਗੱਲਬਾਤ ਕਰਨੀ ਹੈ। ਜਿਵੇਂ ਉਹ ਖਤ ਲਿਖਦਾ, ਖਤ ਲਿਖ ਕੇ ਕਹਿੰਦੇ ਉਹਨੇ ਕੁਛ ਗੱਲਾਂ ਵੀ ਲਿਖੀਆਂ। ਖਤ ਲਿਖਿਆ ਨਲੂਏ ਸ਼ੇਰ ਨੇ, ਸੁਣ ਦੋਸਤ ਖਾਨ ਪਠਾਨ, ਮੈਨੂੰ ਦੁਨੀਆ ਨਲੂਆ ਆਖਦੀ, ਮੈਂ ਹਾਂ ਭਾਰਤ ਮਾਂ ਦੀ ਸ਼ਾਨ, ਮੇਰੇ ਥੱਲੇ ਕੰਬੇ ਮੇਦ ਨੀ, ਜਦ ਮੈਂ ਚੜ੍ਹਦਾ ਵਾਂਗ ਤੂਫਾਨ, ਮੈਂ ਪਰਬਤ ਵਾਂਗ ਸੁਮੇਰ ਹਾਂ, ਖੜ ਜਾਂਦਾ ਥੰਮ ਸਮਾਨ। ਕੁਛ ਗੱਲਾਂ ਫਿਰ ਉਹਨੇ ਆਪਣੀਆਂ ਲਿਖੀਆਂ, ਚਿੱਠੀ ਲਿਖ ਕੇ ਬੰਦ ਕਰਕੇ ਚਿੱਠੀ ਨੂੰ, ਫਿਰ ਜਿਵੇਂ ਹਰੀ ਸਿੰਘ ਨਲੂਆ ਜਥੇਦਾਰ ਮਹਾ ਸਿੰਘ ਨੂੰ ਚਿੱਠੀ ਦੇ ਕੇ ਦੋਸਤ ਮੁਹੰਮਦ ਖਾਨ ਨੂੰ ਤੋਰਦਾ, ਉਹ ਚਿੱਠੀ ਦੇ ਵਿੱਚ ਜੋ ਕੁਛ ਲਿਖਦਾ, ਦੋਸਤ ਮੁਹੰਮਦ ਖਾਨ ਕਾਬਲ ਦੇ ਬਾਦਸ਼ਾਹ ਨੂੰ ਨਾ, ਅਫਗਾਨਿਸਤਾਨ ਦੇ ਨੂੰ, ਮੁਗਲ ਬਾਦਸ਼ਾਹ ਨੂੰ ਜੰਗ ਲੜਨ ਵਾਸਤੇ ਜਾਂ ਸੰਧੀ ਕਰਨ ਵਾਸਤੇ ਸਪਸ਼ਟ ਤੌਰ 'ਤੇ ਹਰੀ ਸਿੰਘ ਨਲੂਆ ਇਉਂ ਲਿਖ ਰਿਹਾ। ਖਤ ਲਿਖਿਆ ਨਲੂਏ ਸ਼ੇਰ ਨੇ, ਸੁਣ ਦੋਸਤ ਖਾਨ ਪਠਾਨ, ਆ ਗਏ ਕਲਗੀਧਰ ਦੇ ਸੂਰਮੇ, ਆ ਪਹੁੰਚੇ ਵਿੱਚ ਮੈਦਾਨ, ਉਹ ਮੈਂ ਸਿੰਘ ਗੁਰੂ ਦਸ਼ਮੇਸ਼ ਦਾ, ਉਸ ਦਾ ਸਿੰਘ ਗੁਰੂ ਦਸ਼ਮੇਸ਼ ਦਾ, ਸਾਡਾ ਸਿੱਖੀ ਪੰਥ ਨਿਸ਼ਾਨ, ਉਹ ਮੈਨੂੰ ਦੁਨੀਆ
ਕਾਤਲ ਮਿਲ ਗਿਆ ਦੋਸਤ ਖਾਨ ਨੂੰ, ਸੁਣ ਕੇ ਡੋਲੇ ਖਾਨ ਦੀ ਜਾਨ। ਹਰੀ ਸਿੰਘ ਨਲੂਏ ਨੇ ਫਿਰ ਖਤ ਲਿਖ ਕੇ ਨਾ ਜਥੇਦਾਰ ਮਹਾਂ ਸਿੰਘ ਨੂੰ ਕਹਿੰਦਾ, ਜਥੇਦਾਰ ਜੀ ਖਤ ਲੈ ਕੇ ਤੁਸੀਂ ਜਾਓ। ਜਥੇਦਾਰ ਮਹਾਂ ਸਿੰਘ ਜਾ ਪਹੁੰਚਿਆ ਨਾ ਫਿਰ ਕਾਬਲ ਦੀ ਧਰਤੀ 'ਤੇ ਖਤ ਲੈ ਕੇ, ਅਫਗਾਨਿਸਤਾਨ ਦੇ ਬਾਦਸ਼ਾਹ ਦੋਸਤ ਮੁਹੰਮਦ ਖਾਨ ਦਾ ਦਰਬਾਰ ਲੱਗਿਆ ਹੋਇਆ ਹੈ। ਜਦ ਉਹਨੇ ਦੂਰੋਂ ਦੇਖਿਆ ਵੀ ਕੋਈ ਪੰਜੇ ਕੱਕਿਆਂ ਦਾ ਪੂਰਾ ਸਿੰਘ ਆਉਂਦਾ, ਉਹਦੇ ਹੱਥ 'ਚ ਪਰਚਾ, ਦਿਲ ਘਬਰਾ ਗਿਆ। ਕਹਿੰਦਾ ਬਈ ਇਹ ਪਰਚਾ ਸ਼ਾਇਦ ਹਰੀ ਸਿੰਘ ਨਲੂਏ ਦਾ ਲੱਗਦਾ, ਵੀ ਪੰਜਾਬ ਦੀ ਧਰਤੀ ਦੇ ਆਲੇ ਦੁਆਲੇ ਉਹਦਾ ਜੰਗੀ ਖੰਡਾ ਖੜਕਦਾ, ਵੀ ਸ਼ਾਇਦ ਅੱਜ ਮੇਰੀ ਵਾਰੀ ਹੈ। ਜਾਨੂੰ ਜਦ ਮਹਾਂ ਸਿੰਘ ਜਥੇਦਾਰ ਨੇ ਆ ਕੇ ਫੜਾਇਆ ਨਾ ਪਰਚਾ, ਜਦ ਉਹਨੇ ਪੜ੍ਹਿਆ ਧੜਕਣ ਲੱਗ ਗਿਆ ਬੈਠਾ। ਉਹਨੇ ਪਰਚਾ ਪੜ੍ਹ ਕੇ, ਉਹਦੇ ਜਰਨਲ ਸੀਗੇ ਚਾਰ ਫੌਜਾਂ ਦੀ, 80,000 ਉਹਦੀ ਫੌਜ, 20,000 ਦਾ ਇੱਕ ਇੱਕ ਜਰਨਲ, ਚਾਰਾਂ ਜਰਨਲਾਂ ਨੂੰ ਬੁਲਾ ਲਿਆ ਉਹਨੇ। ਪਰਚਾ ਰੱਖਦਾ ਮੂਹਰੇ, ਕਹਿੰਦਾ ਵੀ ਆਹ ਜਥੇਦਾਰ ਜੀ ਪਰਚਾ ਲੈ ਕੇ ਆਏ ਨੇ, ਇਹ ਕਹਿੰਦੇ ਨੇ ਵੀ ਜਾਂ ਤਾਂ ਜਮਰੌਤ ਦਾ ਕਿਲਾ ਖਾਲੀ ਕਰਕੇ ਪਹਾੜਾਂ 'ਤੇ ਨੂੰ ਵਗ ਜਾਓ, ਨਹੀਂ ਫਿਰ ਜੰਗ ਵਾਸਤੇ ਤਿਆਰ ਹੋ ਜਾਓ, ਵੀ ਤੁਸੀਂ ਆਹ ਪਰਚਾ ਪੜ੍ਹੋ, ਦੱਸੋ ਵੀ ਕੀ ਰਾਏ ਆ ਤੁਹਾਡੀ। ਅਤੇ ਜਦੋਂ ਫਿਰ ਚਾਰੇ ਜਰਨਲ ਨੇ ਪਰਚਾ ਪੜ੍ਹਿਆ ਨਾ, ਸ਼ੇਰਾਂ ਵਾਂਗੂ ਭੰਪ ਕੇ ਉੱਠੇ, ਇਉਂ ਨਹੀਂ ਕਹਿੰਦੇ ਜਮਰੌਤ ਦਿੰਦੇ ਅਸੀਂ, ਕਿਉਂਕਿ ਦੋ ਕੌਮਾਂ ਭਾਰਤ ਦੀ ਦੁਨੀਆ 'ਤੇ ਜੰਗੀ ਨੇ, ਇੱਕ ਦਾ ਗੁਰੂ ਦਾ ਖਾਲਸਾ, ਇੱਕ ਕਾਬਲ ਦੇ ਪਠਾਣ, ਇਹਨਾਂ ਦੋਨਾਂ ਦਾ ਮੁਕਾਬਲਾ ਦੁਨੀਆ 'ਚ ਹੋਰ ਕੋਈ ਕਰ ਨਹੀਂ ਸਕਦੀ। ਅੱਜ ਤੱਕ ਹਰੀ ਸਿੰਘ ਨਲੂਏ ਦਾ ਜਿਹੜਾ ਜੰਗਲ ਹੁੰਦੇ ਰਹੇ ਤੇ ਨਾ, ਉਹ ਆਲੇ ਦੁਆਲੇ ਆਸੇ ਪਾਸੇ ਹੁੰਦੇ ਰਹੇ ਤੇ, ਉਹ ਕਹਿੰਦੇ ਵੀ ਪਠਾਣਾਂ ਨਾਲ ਪੰਗਾ ਤਾਂ ਅੱਜ ਪੈਣਾ, ਅੱਜ ਪਤਾ ਲੱਗੂ ਹਰੀ ਸਿੰਘ ਨਲੂਏ ਨੂੰ ਵੀ ਯੁੱਧ ਕੀ ਹੁੰਦਾ। ਕਹਿੰਦੇ ਜੀ ਯੁੱਧ ਕਰਾਂਗੇ ਅਸੀਂ, ਇਉਂ ਅਸੀਂ ਕਿਲਾ ਜਮਰੌਤ ਦਾ ਨਹੀਂ ਛੱਡਦੇ। ਤਾਂ ਪਰਚਾ ਮੋੜ ਕੇ ਦੋਸਤ ਮੁਹੰਮਦ ਖਾਨ ਨੇ ਜਥੇਦਾਰ ਮਹਾਂ ਸਿੰਘ ਨੂੰ ਦਿੱਤਾ, ਜਥੇਦਾਰ ਜੀ ਜਾਓ, ਹਰੀ ਸਿੰਘ ਨਲੂਏ ਨੂੰ ਕਹਿ ਦਿਓ ਕੱਲ੍ਹ ਪਰਸੋਂ ਚੌਥੇ 3 ਦਿਨ ਦੇ ਵਿੱਚ ਅਸੀਂ ਪਹਾੜਾਂ ਤੋਂ ਆਪਦੀ ਫੌਜ ਇਕੱਠੀ ਕਰਕੇ ਥੱਲੇ ਲਿਆ ਕੇ 4th ਦਿਨ ਨੂੰ ਯੁੱਧ ਕਰਾਂਗੇ, ਯੁੱਧ ਕਰਨ ਵਾਸਤੇ ਤਿਆਰ ਰਹੇ, ਅਸੀਂ ਜੰਗ ਲੜਨ ਨੂੰ ਤਿਆਰ ਹਾਂ, ਅਸੀਂ 4 ਦਿਨ ਦੇ ਵਿੱਚ ਆਪਦੀ ਫੌਜ ਇਕੱਠੀ ਕਰ ਲਈਏ। ਪਰਚਾ ਆ ਗਿਆ ਹਰੀ ਸਿੰਘ ਨਲੂਏ ਕੋਲੇ, ਉਹ ਕਹਿੰਦਾ ਭਾਵਾਂ 5 ਦਿਨ ਲੈ ਲੈਣ, 4 ਦਿਨ ਕੀ, ਜਦ 80,000 ਫੌਜ ਸਾਹਮਣੇ ਆਊਗੀ ਨਾ, ਕਹਿੰਦਾ ਫਿਰ ਦੇਖਾਂਗੇ ਵੀ ਦੋ ਹੱਥ ਕਰਾਂਗੇ ਕੀ ਹੁੰਦਾ। ਫਿਰ ਹੁਣ ਪਠਾਣਾ ਨੇ ਆਪਦੀ 80,000 ਫੌਜ ਨੂੰ ਦੇਤਾ ਸੱਦਾ, ਪਹਾੜੀਆਂ ਤੋਂ 4 ਰਸਤਿਆਂ ਤੱਕ, ਜਿਹਨੂੰ ਦਰਾ ਕਹਿੰਦੇ ਨੇ ਪਠਾਣ, ਆਪਾਂ ਰਸਤਾ ਕਹਿੰਦੇ ਹਾਂ, 4 ਦਰਿਆਂ ਤੱਕ 20,000 ਦੀ ਟੁਕੜੀ ਫੌਜ ਦੀ ਉੱਤਰੀ ਆਉਂਦੀ ਆ। ਪਠਾਣਾਂ ਦੀ ਫੌਜ ਬਾਂਸਾਂ ਦੀ ਤੂੜੀ ਕਰਦੀ, ਝਾੜਾਂ ਨੂੰ ਤੋੜਦੀ, ਅਤੇ 4 ਜਰਨੈਲਾਂ ਦੀ 80,000 ਫੌਜ ਜਦ ਪਹਾੜਾਂ ਤੋਂ ਉਤਰੀ ਨਾ, ਧੂੜਾਂ ਚੜ੍ਹੀਆਂ ਅਸਮਾਨੀ, ਹਰੀ ਸਿੰਘ ਨਲੂਏ ਨੇ ਦੇਖ ਲਿਆ ਵੀ ਫੌਜ ਪਠਾਣਾਂ ਦੀ ਆ ਗਈ। ਤਾਂ ਜਦ ਜਮਰੌਤ ਦੇ ਕਿਲੇ ਦੇ ਕੋਲ ਦੀ ਲੰਘ ਕੇ ਮੈਦਾਨ ਵਿੱਚੋਂ ਲੰਘੀ ਨਾ ਫੌਜ 80,000, ਅਤੇ ਫਿਰ ਹਰੀ ਸਿੰਘ ਨਲੂਆ ਨੇ ਦੇਖ ਲਿਆ ਵੀ ਫੌਜ ਪਠਾਣਾਂ ਦੀ ਆ ਉਤਰੀ। ਜਦ ਜਮਰੌਤ ਦੇ ਕਿਲੇ ਤੋਂ ਥੋੜ੍ਹੀ ਜਿਹੀ ਗਾਹਾਂ ਲੰਘੀ ਫੌਜ ਅੱਗੇ, ਤਾਂ ਲੈ ਕੇ ਨਾ ਖੰਡਾ ਛੱਡ ਕੇ ਜਕਾਰਾ ਇਕੱਲੇ ਹੀ ਫੌਜ ਦੇ ਮੂਹਰੇ ਜਾ ਖੜਿਆ, ਫੌਜ ਦੇ ਮੂਹਰੇ ਜਾ ਕੇ ਖੜ ਕੇ ਕਹਿੰਦਾ ਵੀ ਜੋ ਜਰਨਲ ਨੇ ਫੌਜ ਦੇ ਅੱਗੇ ਆ ਜਾਓ, ਆਪਾਂ ਯੁੱਧ ਦੀ ਨੀਤੀ ਤਿਆਰ ਕਰ ਲਈਏ। ਹੁਣ ਚਾਰੇ ਜਰਨਲ ਘੋੜਿਆਂ 'ਤੇ ਸਵਾਰ ਹੋ ਕੇ ਅੱਗੇ ਆ ਗਏ, ਅਤੇ ਹਰੀ ਸਿੰਘ ਨਲੂਏ ਨੇ ਦੇਖਿਆ ਜਦ ਚਾਰਾਂ ਨੂੰ, ਉਹਨਾਂ 'ਚੋਂ ਵੱਡਾ ਸੀਗਾ ਸੰਮੀ ਖਾਨ ਜਰਨਲ, ਜਿਹੜਾ ਸਾਰਿਆਂ ਤੋਂ ਵੱਡਾ ਜਰਨਲ ਸੀ, ਅਤੇ ਉਹ ਹਰੀ ਸਿੰਘ ਨਲੂਆ ਘੋੜੇ ਤੋਂ ਉਤਰਿਆ, ਇਕੱਲੇ ਇਕੱਲੇ ਨਾਲ ਹੱਥ ਮਿਲਾਉਂਦਾ, ਜਿਹਦੇ ਨਾਲ ਹੱਥ ਮਿਲਾਉਂਦਾ ਬਾਹ ਮੋਢੇ ਤੱਕ ਸੁੰਨ ਕਰ ਦਿੰਦਾ ਜਾਂ ਹੱਥ ਮਿਲਾਉਂਦਾ, ਕਿਉਂਕਿ ਅੰਦਰ ਬੰਦਗੀ ਦੀ ਲਾਈਟ, ਭਗਤੀ ਦਾ ਭਰਿਆ ਹੋਇਆ,
ਕੱਲੇ ਕੱਲੇ ਨਾਲ ਹੱਥ ਮਿਲਾ ਕੇ ਵਾਹਾਂ ਸੁਣ ਕਰਦਾ ਜਾਈ ਗਿਆ। ਕਹਿੰਦਾ ਵੀ ਗੱਲ ਸੁਣ ਲਓ, ਤੁਸੀਂ ਦੱਸੋ ਵੀ ਆਪਾਂ ਯੁੱਧ ਕਿਵੇਂ ਕਰੀਏ। ਕਹਿੰਦੇ ਜੀ ਤੁਸੀਂ ਇਹ ਦੱਸ ਦਿਓ। ਕਹਿੰਦਾ ਵੀ ਗੱਲ ਸੁਣ ਲਓ ਪਠਾਨ ਬੱਚਿਓ, ਯੁੱਧ ਦੀ ਨੀਤੀ ਸੁਣੋ। ਇੱਕ ਤਾਂ ਕੋਈ ਬੰਦਾ ਗਿਰ ਗਿਆ ਉਹਦੇ 'ਤੇ ਵਾਰ ਨਹੀਂ ਕਰਨਾ ਕਿਸੇ ਨੇ, ਤੁਹਾਡਾ ਕੋਈ ਪਠਾਨ ਗਿਰ ਗਿਆ ਸਾਡਾ ਸਿੰਘ ਕੋਈ ਵਾਰ ਨਹੀਂ ਕਰੂਗਾ, ਸਾਡਾ ਕੋਈ ਸਿੰਘ ਕਿਹੜਾ ਖਾ ਗਿਆ ਤੁਸੀਂ ਵਾਰ ਨਹੀਂ ਕਰੋਗੇ। ਇੱਕ ਜੇ ਕੋਈ ਪਿੱਠ ਦਿਖਾ ਕੇ ਭੱਜਦਾ ਉਹਦੇ 'ਤੇ ਵਾਰ ਨਹੀਂ ਕਰਨਾ, ਇੱਕ ਜੇ ਕੋਈ ਹੱਥ ਖੜੇ ਕਰਦਾ ਉਹਦੇ 'ਤੇ ਵਾਰ ਨਹੀਂ ਕਰਨਾ। ਜਿਹੜਾ ਤਲਵਾਰ ਫੜ ਕੇ ਸਾਹਮਣੇ ਆ ਕੇ ਯੁੱਧ ਕਰੂਗਾ ਨਾ ਉਹਦੇ ਨਾਲ ਜੰਗ ਕਰਨਾ। ਪਠਾਨ ਬੱਚੇ ਬੜੇ ਖੁਸ਼ ਹੋਏ, ਕਹਿੰਦੇ ਵੀ ਬੜਾ ਪੱਕਾ ਮਿਸੰਦਾ ਇਹ। ਕਹਿੰਦੇ ਜੀ ਠੀਕ ਹੈ। ਕਹਿੰਦਾ ਵੀ ਇੱਕ ਗੱਲ ਹੋਰ ਸੁਣ ਲਓ। ਕਹਿੰਦੇ ਜੀ ਦੱਸੋ। ਕਹਿੰਦਾ ਵੀ ਕੋਈ ਜੰਗ ਮੈਂ ਜਿੱਤਿਆ ਮਹੀਨੇ 'ਚ, ਕੋਈ 20 ਦਿਨ 'ਚ, ਕੋਈ 15 ਚ। ਕਹਿੰਦਾ ਵੀ ਮੈਂ ਪਰਣ ਕਰਕੇ ਆਇਆ ਵੀ ਜਮਰੌਤ ਦਾ ਜੰਗ ਮੈਂ ਇੱਕੋ ਦਿਨ 'ਚ ਜਿੱਤਣਾ, ਵੀ ਸਵੇਰ ਤੋਂ ਸ਼ਾਮ ਨੂੰ ਮਾਮਲਾ ਸਾਫ਼ ਕਰ ਦੇਣਾ। ਪਠਾਨ ਅੱਧੇ ਰਹਿ ਗਏ, ਉਹਨਾਂ ਦੇ ਹੋਸ਼ ਉੱਡ ਗਏ, ਕਿਉਂਕਿ ਬੰਦਾ ਨਜ਼ਰਾਂ ਦੇ ਵਿਚਾਰਾਂ ਨਾਲ ਬੰਦੇ ਨੂੰ ਜਿੱਤ ਲੈਂਦਾ। ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆ ਗਈ, ਕਹਿੰਦੇ ਵੀ ਇਹ ਜਿੱਤੂਗਾ। ਨੀਵੀਆਂ ਪੈ ਗਈਆਂ ਹਰੀ ਸਿੰਘ ਨਲੂਏ ਦੀਆਂ, ਪਠਾਣਾਂ ਦੀਆਂ ਹਰੀ ਸਿੰਘ ਨਲੂਏ ਮੂਹਰੇ। ਕਹਿੰਦਾ ਵੀ ਪਠਾਨ ਬੱਚਿਓ ਐਂ ਕਰੋ, ਹੁਣ ਸ਼ਾਮ ਹੋਣ ਵਾਲੀ ਹੈ, ਜਾ ਕੇ ਆਰਾਮ ਕਰੋ, ਜਦੋਂ ਸਵੇਰੇ ਸੂਰਜ ਦੀ ਲਾਲੀ ਚੜ੍ਹੂ ਆਪਾਂ ਜੰਗੀ ਲਾਲ ਝੰਡੇ ਚਾੜ ਕੇ ਫਿਰ ਮੈਦਾਨ ਦੇ ਵਿੱਚ ਨਿਤਰਾਂਗੇ, ਹੁਣ ਤੁਸੀਂ ਜਾ ਕੇ ਆਰਾਮ ਕਰ ਲਓ। ਕਹਿੰਦੇ ਜੀ ਠੀਕ ਆ। ਹੁਣ ਦੋਨੇ ਪਾਸੇ ਫੌਜ ਪਈ ਆ ਆਰਾਮ ਨਾਲ, ਕੋਈ ਧੋਖਾ ਨਹੀਂ, ਕੋਈ ਕਿਸੇ ਨਾਲ ਫਰੇਬ ਨਹੀਂ, ਉੱਧਰ ਵੀ ਫੌਜ ਸੁੱਤੀ ਪਈ ਆ ਉੱਧਰ ਵੀ ਪਈ ਆ। ਜਦੋਂ ਵੱਜੇ ਨਾ ਸਵੇਰੇ ਦੇ 4 ਤਾਂ ਫਿਰ ਪਠਾਣਾਂ ਨੇ ਲਾ ਕੇ ਅਲੀ ਦਾ ਨਾਰਾ ਅਤੇ ਜੰਗ ਸ਼ੁਰੂ ਕਰਤਾ। ਇੱਧਰੋਂ ਹਰੀ ਸਿੰਘ ਨਲੂਏ ਨੇ ਜਗਾਰਾ ਛੱਡਤਾ ਅਤੇ ਉੱਥੇ ਫਿਰ ਜਿਵੇਂ ਹੁਣ ਉਹ ਜੰਗ। ਇੱਕ ਗੱਲ ਹੋਰ ਆ, ਇੱਕ ਪਾਸੇ ਤਾਂ 80,000 ਫੌਜ, ਇੱਕ ਪਾਸੇ 11,000 ਸੇਰਦਲ ਫੌਜ। ਉਹ ਕਹਿੰਦਾ ਵੀ ਮੈਂ ਹੋਰ ਵੀ ਤਾਕਤ ਨਹੀਂ ਮੰਗਾਉਣੀ, ਹੋਰ ਵੀ ਫੌਜ ਨਹੀਂ ਮੰਗਾਉਣੀ, ਵੀ ਇੰਨੇ ਨਾਲੇ ਜੰਗ ਕਰਨਾ। ਇੱਕ ਹਰੀ ਸਿੰਘ ਨਲੂਆ ਖੰਡਾ ਫੜ ਕੇ ਆਪ ਲੜਦਾ ਹੁੰਦਾ, ਜਿਹੜੇ ਪਠਾਣਾ ਦੇ ਜਰਨਲ 'ਤੇ ਨਾ ਉਹ ਮਗਰ ਖੜ ਕੇ ਨੀਤੀ ਦੱਸਦੇ ਹੁੰਦੇ, ਇੱਧਰ ਨੂੰ ਫੌਜ ਭੇਜੋ ਇੱਧਰ ਨੂੰ ਭੇਜੋ, ਆਪ ਉਹ ਜਦ ਦੇਖਣਾ ਵੀ ਫੌਜ ਹਾਰਦੀ ਆ ਭੱਜ ਜਾਂਦੇ ਸੀ, ਅਤੇ ਹਰੀ ਸਿੰਘ ਨਲੂਆ ਮੂਹਰੇ ਆਪ ਜਾਂਦਾ ਹੁੰਦਾ। ਕੋਈ ਕੋਈ ਘੋੜਾ ਹਰੀ ਸਿੰਘ ਨਲੂਏ ਥੱਲੇ 4 ਘੰਟੇ ਕੱਢਦਾ ਹੁੰਦਾ, ਘੋੜੇ ਨੂੰ ਐਂ ਨਚਾਉਂਦਾ, ਬਿਜਲੀ ਮਾਂਗ ਐਂ ਘੁੰਮਦਾ, ਨਾਲੇ ਐਂ ਸਿਰ ਕੱਦੂਆਂ ਮਾਂ ਨਿਕਲਦੇ ਜਾਂਦੇ। ਜਦ ਫਿਰ ਉਹ ਫੜਿਆ ਨਾ ਮੈਦਾਨ ਦੇ ਵਿੱਚ, ਲੱਗੇ 70 ਬਿਸਣ, ਲਾਗੇ ਢੇਰੀਆਂ ਲੱਗਣ ਲੋਥਾਂ ਦੀਆਂ, ਇੱਕ ਪਾਸੇ 11,000 ਸੇਰਦਲ ਫੌਜ, ਇੱਕ ਪਾਸੇ ਪਠਾਣਾ ਦੀ 80,000 ਫੌਜ। ਜਿਵੇਂ ਫਿਰ ਉੱਥੇ ਜੰਗੀ ਖੰਡਾ ਖੜਕਿਆ ਨਾ, ਉਹ ਵੇਲੇ ਦੀ ਕਵਿਤਾ ਹੁਣ ਭੈਣਾਂ ਪੇਸ਼ ਕਰਨਗੀਆਂ। ਵੀ ਜੂਝਣ ਵਿੱਚ ਮੈਦਾਨ ਦੇ ਯੋਧੇ ਅਣਖੀਲੇ, ਸੁੱਤੇ ਪਏ ਨੇ ਵਣਾਂ ਵਿੱਚ, ਰਣਾਂ ਵਿੱਚ ਕਈ ਸੈਣ ਸਵੀਲੇ। ਹੁਣ ਉਹ ਕਵਿਤਾ ਜਿਵੇਂ ਜਮਰੌਤ ਦਾ 16ਵਾਂ ਜੰਗ ਸ਼ੁਰੂ ਹੋਇਆ, ਉਹ ਉਸ ਸਮੇਂ ਦੀ ਕਵਿਤਾ, ਉਹ ਜੰਗ ਇਉਂ ਸ਼ੁਰੂ ਹੋਇਆ। ਲੈ ਕੇ ਨਾਮ ਅਕਾਲ ਦਾ ਲਾ ਚੋਟ ਨਗਾਰੇ, ਲੈ ਕੇ ਨਾਮ ਅਕਾਲ ਦਾ ਲਾ ਚੋਟ ਨਗਾਰੇ, ਕਰਕੇ ਪਾਰ ਚਨਾਬ ਨੂੰ ਸਤਿਗੁਰ ਦੇ ਪਿਆਰੇ, ਕਰਕੇ ਪਾਰ ਚਨਾਬ ਨੂੰ ਸਤਿਗੁਰ ਦੇ ਪਿਆਰੇ, ਕੰਡਾ ਚੜੀ ਜਿਉਂ ਸੋਣ ਦੀ ਸੀ ਬਾਣੇ ਨੀਲੇ, ਜੂਝਣ ਵਿੱਚ ਮੈਦਾਨ ਦੇ ਜੋ ਦੇ ਅਣਖੀਲੇ, ਜੂਝਣ
ਵਿੱਚ ਮੈਦਾਨ ਦੇ ਯੋਧੇ ਅਣਖੀਲੇ ਜਦ ਲੱਗੇ ਨਾ ਸੱਥਰ ਵਿਸਣ ਉਹ ਕਹਿੰਦੇ ਵੀ ਇਹ ਤਾਂ ਕਹਿੰਦਾ ਸੀ ਸ਼ਾਮ ਤੱਕ ਕਹਿੰਦੇ ਇਹ ਤਾਂ 12 ਨਹੀਂ ਵੱਜਣ ਦਿੰਦਾ ਭੱਜ ਲਓ ਕਹਿੰਦੇ ਕਹਿੰਦਾ ਸੀ ਵੀ ਹੱਥ ਖੜੇ ਕਰ ਦਿਓ ਕੁਛ ਨਹੀਂ ਕਹਿਣਾ ਬਸ ਹੱਥ ਖੜੇ ਕਰਨ ਲੱਗੇ ਤੋਬਾ ਤੋਬਾ ਕਰਕੇ ਲਾਗੇ ਭੱਜਣ ਇਹ ਇੱਕ ਗੱਲ ਹੋਰ ਹੈ ਵੀ 80,000 ਫੌਜ ਦਾ ਮੂੰਹ ਮੋੜ ਕੇ ਨਾ 11,000 ਸ਼ੇਰ ਦਿਲ ਫੌਜ ਨੇ ਸ਼ਾਮ ਨੂੰ ਹਰੀ ਸਿੰਘ ਨਲੂਏ ਨੇ ਜਮਰਾਉਤ ਦੀ ਕੱਚੀ ਗੜੀ 'ਤੇ ਝੰਡਾ ਚਲਾਤਾ ਕੱਚੀ ਗੜੀ ਹੁੰਦੀ ਸੀ ਉਦੋਂ ਛੋਟੀ ਜਿਹੀ ਕਿਲ੍ਹਾ ਤਾਂ ਬਾਅਦ 'ਚ ਬਣਿਆ ਨਾ ਫਿਰ ਕੱਚੀ ਗੜੀ 'ਤੇ ਝੰਡਾ ਚਲਾ ਕੇ ਫਿਰ ਸ਼ੁਕਰ ਕੀਤਾ 10ਵੇਂ ਪਾਤਸ਼ਾਹ ਦਾ ਕਹਿੰਦਾ ਹੇ ਪਾਤਸ਼ਾਹ ਤੈਂ ਮੇਰਾ ਪਰਣ ਨਿਭਾਤਾ 80,000 ਫੌਜ ਭੱਜ ਲਈ ਕੁਛ ਮਰ ਗਏ ਕੁਛ ਭੱਜ ਲਏ ਕੁਛ ਸ਼ਹੀਦ ਹੋ ਗਏ ਕੁਛ ਵੜਤੇ ਜਿਵੇਂ ਮਰਜ਼ੀ ਲਾਓ ਜਾਣੀ ਸ਼ਾਮ ਸੂਰਜ ਖੜੇ ਖੜੇ ਹਰੀ ਸਿੰਘ ਨਲੂਏ ਨੇ 80,000 ਫੌਜ ਦਾ ਮੂੰਹ ਤੋੜ ਕੇ ਜਮਰੌਤ ਦੀ ਕੱਚੀ ਗੜੀ 'ਤੇ ਕਿਲ੍ਹਾ 'ਤੇ ਕੇਸਰੀ ਨਿਸ਼ਾਨ ਚਲਾਤਾ ਅਤੇ ਉੱਥੇ ਫਿਰ ਮਹਾਂ ਸਿੰਘ ਨੂੰ ਬਣਾਤਾ ਉੱਥੇ ਜਥੇਦਾਰ ਕਹਿੰਦਾ ਵੀ ਹੁਣ ਉੱਥੇ ਫਿਰ ਆਪਦੇ ਕਰ ਕਮਲਾਂ ਨਾਲ ਨਾ ਫਿਰ ਹਰੀ ਸਿੰਘ ਨਲੂਏ ਨੇ ਕਿਲ੍ਹੇ ਦੀ ਨਿਉਂ ਧਰੀ ਜਿਹੜਾ 90,000 ਆਪਣੇ 90 ਮਤਲਬ 90 ਕਰਮਾ ਵਰਗ ਫੁੱਟ ਮੁਰੱਬੇ ਦੇ ਵਿੱਚ ਬਣਿਆ ਹੋਇਆ ਨਾ ਉਹਦੀ ਫਿਰ 12 ਫੁੱਟ ਦੀ ਚੌੜੀ ਨੀਂਹ ਧਰ ਕੇ 12-14 ਫੁੱਟ ਦਾ ਕੋਟ ਉਸਾਰਨ ਵਾਸਤੇ ਫਿਰ ਮਹਾਂ ਸਿੰਘ ਨੂੰ ਉੱਥੇ ਦਾ ਜਥੇਦਾਰ ਬਣਾ ਕੇ ਵੀ ਲੈ ਵੀ ਸਮਾਨ ਪਸਾਵਰ ਤੋਂ ਆਈ ਜਾਊਗਾ ਤੂੰ ਚਿਣੀ ਜਾਈ ਮਹਾਂ ਸਿੰਘ ਨੂੰ ਮਾਲਕ ਬਣਾਤਾ ਉੱਥੇ ਦਾ ਵੀ ਕਿਲ੍ਹਾ ਬਣਾ ਕਿਲ੍ਹਾ ਉੱਥੇ ਫਿਰ ਮਹਾਂ ਸਿੰਘ ਪਾਉਣ ਲੱਗ ਗਿਆ ਅਤੇ ਹਰੀ ਸਿੰਘ ਨਲੂਆ ਆਪਦੇ ਜੰਗਾਂ ਯੁੱਧਾਂ ਦੇ ਵਿੱਚ ਪ੍ਰਵੇਸ਼ ਹੋ ਗਿਆ ਉੱਥੋਂ ਆ ਗਿਆ ਪਸ਼ਾਵਰ ਵੱਲ ਕਿਲ੍ਹਾ ਪੈਂਦਾ ਰਿਹਾ ਇੱਕ ਸਾਲ ਦੇ ਵਿੱਚ ਪੂਰਾ ਕਿਲ੍ਹਾ ਪਿਆ ਇੱਕ ਸਾਲ ਦੇ ਵਿੱਚ ਕਿਲ੍ਹਾ ਜਦੋਂ ਤਿਆਰ ਹੋ ਗਿਆ ਨਾ ਜਿੱਦੇ ਕਿਲ੍ਹੇ ਦਾ ਚਾਹਾ ਪੈਣਾ ਸੀ ਉੱਧੇ ਫਿਰ ਇੱਕ ਘਟਨਾ ਹੋਰ ਵਾਪਰੀ ਉੱਧਰੋਂ ਦਾ ਕਿਲ੍ਹੇ ਦਾ ਚਾਹਾ ਪੈ ਰਿਹਾ ਉੱਧਰੋਂ ਇੱਕ ਘਟਨਾ ਹੋਰ ਵਾਪਰੀ ਜਮਰਾਓ ਤੇ ਚਾਰਕ ਤੋਂ ਪਿੱਛੇ ਪਾਸਮ ਵੱਲ ਨੂੰ ਇੱਕ ਖੁਰਮ ਪਿੰਡ ਹੈ ਖੁਰਮ ਉਹ ਪੰਡਤਾਂ ਦਾ ਪਿੰਡ ਹੈ ਪਿਓਰ ਉੱਥੇ ਇੱਕ ਪੰਡਿਤ ਰਹਿੰਦਾ ਪਰਸਰਾਮ ਉਹਦੀ ਲੜਕੀ ਦਾ ਨਾਮ ਹੈ ਸਰਨੀ ਬੀਬੀ ਉਹ ਸਰਨੀ ਹੋ ਗਈ ਜਵਾਨ ਉਹਦਾ ਆ ਗਿਆ ਵਿਆਹ ਉੱਧਰੋਂ ਦਾ ਕਿਲ੍ਹੇ ਦਾ ਚਾਹਾ ਪੈ ਰਿਹਾ ਉੱਧਰੋਂ ਸਰਨੀ ਦੇਵੀ ਦੀ ਬਰਾਤ ਆਈ ਹੋਈ ਹੈ ਅਤੇ ਉਸੇ ਦਿਨ ਦੀ ਬਰਾਤ ਹੈ ਅਤੇ ਉੱਧਰੋਂ ਇੱਕ ਧਾੜ ਵੀ ਹੁੰਦਾ ਸੀ ਕਾਲੇ ਖਾਂ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਰਹਿੰਦਾ ਸੀ ਜਿਵੇਂ ਅੱਜ ਦਾ ਲਡੇਨ ਆ ਨਾ ਲਡੇਨ ਇੰਨੀ ਪਾਵਰ ਸੀ ਉਹਦੀ ਜਿਹਦਾ ਅਮਰੀਕਾ ਨੇ ਮਸਾਂ ਟਾਵਰ ਭੰਨੇ ਨਾ ਅਮਰੀਕਾ ਦੇ ਮਸਾਂ ਉਹਨੂੰ ਖਤਮ ਕੀਤਾ ਫੜ ਕੇ ਉਹਨੇ ਮੌਕੇ ਦੀਆਂ ਸਰਕਾਰਾਂ ਉਹ ਕਾਲੇ ਖਾਂ ਤੋਂ ਡਰਦੀਆਂ ਸੀ 40-50 ਉਹਦੇ ਨਾਲ ਕਿਰਪਾਨਾਂ ਵਾਲੇ ਤੇਗਾਂ ਵਾਲੇ ਘੋੜ ਸਵਾਰ ਸ਼ਸਤਰਧਾਰੀ ਡਾਕੂ ਹੁੰਦੇ ਸੀ ਨਾਲ ਉਹ ਕਿਤੇ 10-15 ਦਿਨ ਬਾਅਦ ਪਹਾੜਾਂ ਤੋਂ ਉੱਤਰਦਾ ਕਿਸੇ ਪਿੰਡ ਨੂੰ ਘੇਰਦਾ ਉਹਨੂੰ ਲੁੱਟਦਾ ਆਪਦਾ ਰਾਸ਼ਨ ਪਾਣੀ ਲੈ ਕੇ ਪਹਾੜਾਂ ਦੀਆਂ ਕੰਧਰਾਂ ਜਾ ਵੜਦਾ ਜਦੋਂ ਰਾਸ਼ਨ ਪਾਣੀ ਮੁੱਕਦਾ ਫਿਰ ਪਿੰਡ ਨੂੰ ਲੁੱਟਣ ਆ ਜਾਂਦਾ ਉੱਧਰੋਂ ਦਾ ਸਰਨੀ ਦੇਵੀ ਦੀ ਬਰਾਤ ਵਿਦਾ ਹੋ ਗਈ ਖੁਰਮ ਪਿੰਡ 'ਚੋਂ ਅਤੇ ਉਹਦੇ ਚਾਰ ਕੋਹ ਪਿੱਛੇ ਦੀ ਜਮਰੌਤ ਦੇ ਕਿਲ੍ਹੇ ਦੇ ਸਿਪਤੀ ਵੱਲ ਦੀ ਬਰਾਤ ਲੰਘੀ ਜਾ ਰਹੀ ਆ ਉੱਧਰੋਂ ਕਾਲੇ ਖਾਂ ਦਾ ਰਾਸ਼ਨ ਮੁੱਕ ਗਿਆ ਉਹ ਵੀ ਆਪਦੇ 40-50 ਪਠਾਣਾਂ ਨੂੰ ਲੈ ਕੇ ਪਹਾੜਾਂ ਤੋਂ ਉੱਤਰਿਆ ਆ ਜਦੋਂ ਪਹਾੜਾਂ ਤੋਂ ਉੱਤਰਦਾ ਜਦੋਂ ਮੈਂ ਦੇਖਿਆ ਵੀ ਬਰਾਤ ਆਉਂਦੀ ਆ ਉਹ ਕਹਿੰਦਾ ਵੀ ਅੱਜ ਦਾ ਕੋਈ ਚੰਗਾ ਮੱਥੇ ਲੱਗਿਆ ਹੈ ਕੋਈ ਪਿੰਡ ਨਹੀਂ ਘੇਰਨਾ ਪਿਆ ਚਲੋ ਬਰਾਤ ਲੁੱਟਦੇ ਹਾਂ ਅੱਜ ਕਿਉਂਕਿ ਡੋਲਾ ਦੇਖਿਆ ਡੋਲਾ ਕਹਾਰ ਚੱਕੇ ਆਉਂਦੇ ਸੀ ਮੋਢਿਆਂ 'ਤੇ ਹੁਣ ਇਹ ਗੱਲ ਦਾ ਸਭ ਨੂੰ ਪਤਾ ਵੀ ਜਿਹੜੀ ਡੋਲੇ 'ਚ ਬੀਬੀ ਹੁੰਦੀ ਆ ਨਾ ਉਹਦੇ 'ਤੇ ਮਾਪੇ ਵੀ ਸਹੁਰੇ ਵੀ ਪੂਰਾ ਜ਼ੋਰ ਲਾ ਕੇ ਉਹਨੂੰ ਹਾਰ ਸ਼ਿੰਗਾਰ ਉਹਦੇ ਸੋਨਾ ਚਾਂਦੀ ਪਾਉਂਦੇ ਨੇ ਉਹਨੇ ਕਿਹਾ ਵੀ ਡੋਲੇ 'ਚੋਂ ਅੱਜ ਵਧੀਆ ਵੀ ਕੋਈ ਪਿੰਡ ਨਹੀਂ ਘੇਰਨਾ ਪਊ ਅੱਜ ਬਰਾਤ 'ਤੇ ਲੁੱਟਦੇ ਹਾਂ ਕਾਲੇ ਖਾਂ ਆ ਗਿਆ ਕਹਿੰਦਾ ਵੀ ਘੇਰ
ਘਰੇਲੂ ਬਰਾਤ, ਹੁਣ 100 ਬੰਦਾ ਪੰਡਤਾਂ ਦਾ ਬਰਾਤ ਤੁਰ ਕੇ ਬਰਾਤ ਜਾਂਦੀ ਹੈ। ਹੁਣ ਪੰਡਤਾਂ ਦੀ ਹੋਰ ਗੱਲ, ਵਿਚਾਰਿਆਂ ਦੇ ਟੰਗ ਪਈਆਂ ਧੋਤੀਆਂ ਐਵੇਂ ਲਾਲ ਜੇ ਪਟ ਕੇ ਬੰਨੇ ਹੋਏ ਰਾਮ ਗੁੰਗ ਬਣੇ ਜਾਂਦੇ ਸੀ, ਹੁਣ ਉਹਨਾਂ ਦੀ ਸ਼ਕਲ ਹੋਰ ਪਠਾਣਾ ਦੀ। ਉਹ ਯੋਧੇ ਸੂਰਮੇ ਘੋੜਿਆਂ 'ਤੇ ਬੈਠੇ, ਕਹਿੰਦਾ ਵੀ ਇਹਨਾਂ ਨੇ ਕਿਹੜਾ ਬੋਲਣਾ, ਘੇਰ ਲਓ ਬਰਾਤ ਨੂੰ। ਬਰਾਤ ਘੇਰ ਲਈ, ਬਰਾਤ ਘੇਰ ਕੇ ਕਹਿੰਦਾ ਵੀ ਪੰਡਤੋ ਇੱਕ ਪਾਸੇ ਹੋ ਜਾਓ ਸਾਰੀ, ਵੀ ਇਕੱਲਾ ਇਕੱਲਾ ਤਲਾਸੀ ਲਈ ਜਾਓ, ਇੱਧਰ ਬੈਠੀ ਜਾਓ। ਇਕੱਲੇ ਇਕੱਲੇ ਨੂੰ ਲੁੱਟ ਕੇ ਇੱਕ ਪਾਸੇ ਕਰਤਾ, ਅਤੇ ਬਰਾਤ ਕਹਿੰਦਾ ਵੀ ਹੁਣ ਐਂ ਕਰੋ ਵੀ ਬੀਬੀ ਨੂੰ ਬਾਹਰ ਕੱਢੋ ਡੋਲੇ 'ਚੋਂ। ਉਹ ਪੰਡਤ ਕਹਿੰਦੇ ਵੀ ਹੱਥ ਬੰਨੇ, ਕਹਿੰਦੇ ਜੀ ਤੁਸੀਂ ਅਸੀਂ ਆਪਦਾ ਤੁਹਾਨੂੰ ਸੱਚ ਕਹਿੰਦੇ ਹਾਂ, ਸਹੁੰ ਖਾ ਕੇ ਕਹਿੰਦੇ ਹਾਂ ਵੀ ਜਿੰਨਾ ਬੀਬੀ ਦੇ ਸ਼ਿੰਗਾਰ ਲੱਗਿਆ ਹੋਇਆ ਅਸੀਂ ਤੁਹਾਨੂੰ ਸਾਰਾ ਆਪ ਹੀ ਲਾਹ ਕੇ ਦੇ ਦਿੰਦੇ ਹਾਂ, ਵੀ ਤੁਸੀਂ ਬੀਬੀ ਬਾਹਰ ਨਾ ਕੱਢੋ। ਕਾਲੇ ਖਾਂ ਹੰਕਾਰ 'ਚ ਕਹਿੰਦਾ ਵੀ ਕਿਉਂ, ਕਾਹਤੇ ਨਾ ਕੱਢੀਏ? ਕਹਿੰਦੇ ਜੀ ਇੱਜ਼ਤ ਦਾ ਸਵਾਲ ਹੈ, ਕੋਈ ਇਹਦਾ ਸਹੁਰਾ ਹੈ, ਕੋਈ ਪਤਿਆਉਰ ਹੈ, ਕੋਈ ਉਹ ਜੇਠ ਹੈ, ਵੀ ਇਹਨੂੰ ਬੀਬੀ ਨੂੰ ਨੰਗੇ ਮੂੰਹ ਬਾਹਰ ਨਾ ਕੱਢੋ। ਕਾਲੇ ਖਾਂ ਕਹਿੰਦਾ ਉਹ ਤੁਹਾਡੇ ਕੋਈ ਇੱਜ਼ਤ ਹੈਗੀ ਹੈ? ਉਹ ਤੁਹਾਡੀਆਂ ਔਰਤਾਂ ਕਹਿੰਦਾ 2-2 ਪੈਸੇ ਨੂੰ ਅਸੀਂ ਬਾਜ਼ਾਰਾਂ 'ਚ ਵੇਚਦੇ ਹਾਂ, ਚੱਕ ਕੇ ਤੁਸੀਂ ਇੱਜ਼ਤ ਦੀ ਗੱਲ ਕਰਦੇ ਹੋ? ਹੰਕਾਰ 'ਚ ਆ ਕੇ ਕਾਲੇ ਖਾਂ ਨੇ ਬਾਂਹ ਪਾ ਲਈ ਅੰਦਰ ਆਪਣੀ, ਭੁਜਾ ਪਾ ਕੇ ਬੀਬੀ ਦੀ ਬਾਂਹ ਫੜ ਕੇ ਬਾਹਰ ਖਿੱਚ ਲਿਆ ਡੋਲੇ ਤੋਂ। ਹੁਣ ਖੜੀ ਆ ਵਿਚਾਰੀ ਬੀਬੀ ਡੋਲੇ 'ਤੇ। ਇੱਕ ਗੱਲ ਹੋਰ ਆ, ਉਹ ਬੀਬੀ ਦਾ ਕਈ ਜਨਮਾਂ ਦੀ ਭਗਤੀ ਕਰਨੀ ਆਉਂਦੀ ਸੀ। ਹੁਣ ਭਗਤ ਬੰਦੇ ਦੇ ਰੂਪ ਉਈ ਵੱਧ ਹੁੰਦਾ, ਕਿਉਂ ਇੱਕ ਦਾ ਰੱਬੀ ਨੂਰ, ਇੱਕੋ ਉਹ ਪੰਡਤਾਂ ਦੀ ਲੜਕੀ ਸੀ, ਇੱਕ ਵਿਆਹ ਦੇ ਦਿਨ ਹਾਰ ਸ਼ਿੰਗਾਰ ਲੱਗੇ ਹੋਏ ਨੇ, ਅਤੇ ਕਾਲੇ ਖਾਂ ਨੇ ਪਹਿਲਾਂ ਤਾਂ ਕਿਹਾ ਸੀ ਨਾ ਵੀ ਅਸੀਂ ਸੋਨਾ ਚਾਂਦੀ ਲੁੱਟ ਲਾਂਗੇ, ਵੀ ਇਹਨੂੰ ਬੀਬੀ ਨੂੰ ਕੁਛ ਨਹੀਂ ਕਹਿੰਦੇ, ਵੀ ਬੀਬੀ ਆਪਦੀ ਲੈ ਜਿਓ। ਪਰ ਜਦ ਉਹਨੇ ਦੇਖੀ ਸੂਰਤ ਬੀਬੀ ਦੀ, ਉਹਦਾ ਮਨ ਬੇਈਮਾਨ ਹੋ ਗਿਆ, ਕਹਿੰਦਾ ਵੀ ਇਹ ਪੰਡਤਾਂ ਨੂੰ ਬੀਬੀ ਨਹੀਂ ਦੇਣੀ ਹੈਗੀ। ਕਹਿੰਦਾ ਪੰਡਤੋ ਭਾਜੋ, ਨਹੀਂ ਮਾਰ ਦੂੰ। ਹੁਣ 100 ਦਾ 100 ਬੰਦਾ ਇਕੱਲਾ ਇਕੱਲਾ ਕਰਕੇ ਤੁਰ ਗਿਆ। ਜਿਹੜਾ ਉਹ ਬੀਬੀ ਦਾ ਪਤੀ ਸੀ ਨਾ ਦੇਵੀ ਚੰਦ, ਜਦ ਉਹਨੇ ਦੇਖਿਆ, ਅੱਗੇ ਕਿਹੜਾ ਕੋਈ ਦੇਖਦਾ ਹੁੰਦਾ ਸੀ ਆਪਦੀ ਮੰਗੇਤਰ ਨੂੰ ਵੀ ਮਾਪਾ ਕਹੋ, ਜਦ ਉਹਨੇ ਦੇਖਿਆ ਵੀ ਆਹ ਮੇਰੇ ਕਰਮਾਂ ਇਸਤਰੀ, ਉਦੋਂ ਮੈਂ ਪੈਰ ਨਾ ਪੱਟਿਆ ਜਾਵੇ। ਕਾਲੇ ਖਾਂ ਕਹਿੰਦਾ ਵੀ ਇਹ ਜਾਂਦਾ ਨਹੀਂ, 100 ਬੰਦਾ ਤੁਰ ਗਿਆ ਵੀ ਅਜੇ ਜਾ ਨਹੀਂ ਰਿਹਾ। ਉਹਨੇ ਤਲਵਾਰ ਖਿੱਚ ਲਈ ਵੀ ਇਹਦਾ ਸਿਰ ਲਾਉਣਾ। ਹੁਣ ਸਰਨੀ ਦੇਵੀ ਨੇ ਦੇਖ ਲਿਆ ਵੀ ਤੇਰੇ ਪਤੀ ਦਾ ਸਿਰ ਲਾਹੂ, ਉਹ ਕੜਕ ਕੇ ਬੋਲੀ, ਕਹਿੰਦੀ ਕਾਲੇ ਖਾਂ ਤਲਵਾਰ ਨਾ ਕੱਢੀ, ਤੇਗ ਨਾ ਚਲਾਈ, ਸੀਸ ਨਾ ਲਾਹੀ। ਉਹ ਕਹਿੰਦਾ ਕਿਉਂ? ਕਹਿੰਦਾ ਫਿਰ 100 ਬੰਦਾ ਚਲਿਆ ਗਿਆ, ਇਹ ਅਜੇ ਤੈਨੂੰ ਆਪਦੀ ਮੰਨੀ ਜਾਂਦਾ, ਇਹ ਜਾਂਦਾ ਨਹੀਂ। ਕੋਈ ਨਾ, ਕਹਿੰਦੀ ਮੈਂ ਤੋਰਦੀ ਹਾਂ। ਉਹ ਕੋਲੇ ਆਈ, ਕਹਿੰਦੀ ਪੰਡਿਤ ਜੀ 100 ਬੰਦਾ ਚਲਿਆ ਗਿਆ, ਤੁਸੀਂ ਵੀ ਜਾਓ। ਕਹਿੰਦਾ ਵੀ ਮੇਰਾ ਪੈਰ ਪੱਟਣ ਨੂੰ ਜੀਏ ਨਹੀਂ ਕਰਦਾ। ਕਹਿੰਦੀ ਫਿਰ ਐਂ ਕਰ, ਇੱਕ ਕੰਮ ਕਰਦੇ ਹਾਂ ਆਪਾਂ, ਵੀ ਆਹ ਪੱਥਰ ਚੱਕ, ਬੱਟੇ ਚੱਕ, ਆਪਾਂ ਇਹਨਾਂ ਦਾ ਮੁਕਾਬਲਾ ਕਰਦੇ ਹਾਂ, ਜਿੱਤ ਤਾਂ ਨਹੀਂ ਸਕਦੇ, ਵੀ ਆਪਾਂ ਦੋਵੇਂ ਸ਼ਹੀਦ ਹੋ ਜਾਂਦੇ ਹਾਂ, ਪਰਮਾਤਮਾ ਕਰੂ ਆਪਾਂ ਨੂੰ ਫੇਰ ਮੇਲ ਦੂ। ਕਹਿੰਦਾ ਵੀ ਇਹ ਤਾਂ ਫਿਰ ਨਾਲੇ ਮੈਂ ਜਾਨ ਗਵਾ ਲਾ, ਨਾਲੇ ਮੈਨੂੰ ਤੂੰ ਨਾ ਮਿਲੇ। ਸਰਨੀ ਕਹਿੰਦੀ ਵੀ ਇਹਨਾਂ ਤੇ ਲੰਜ ਤੇਲ ਨਹੀਂ ਹੈਗਾ। ਕਹਿੰਦੀ ਪੰਡਿਤ ਜੀ ਜਾਓ ਤੁਸੀਂ ਵੀ, ਮੇਰੇ ਸਾਹਮਣੇ ਨਾ ਮਰੋ। ਉਹ ਵੀ ਤੁਰ ਗਿਆ। ਹੁਣ ਉਹ ਇਕੱਲੀ ਜਾਣੀ ਕਾਲੇ ਖਾਂ ਦੇ ਮੂਹਰੇ ਹੋ ਕੇ, ਕਹਿੰਦਾ ਵੀ ਤੈਨੂੰ ਬਿਠਾ ਕੇ ਤਾਂ ਲਿਜਾਣਾ ਸੀ ਅਸੀਂ ਘੋੜੇ 'ਤੇ, ਪਰ ਤੇਰੇ ਜਿਹੜੇ ਮਹਿੰਦੀ ਨਾਲ ਲੱਗੇ ਹੋਏ ਲੱਗੇ ਪੈਰ ਨੇ ਨਾ, ਮਹਿੰਦੀ ਲੱਗੀ ਹੋਈ ਜਿੱਥੋਂ ਤੂੰ ਤੁਰਦੀ ਹੈ ਧਰਤੀ ਨੂੰ ਚੜ੍ਹਦਾ ਜਾਂਦਾ ਰੰਗ, ਵੀ ਤੈਨੂੰ ਹੁਣ ਤੋਰ ਕੇ ਲੈ ਕੇ ਚੱਲਾਂਗੇ। ਇਹ ਖੇਡ ਹੋਰ ਆ ਨਾ, ਜੇ ਘੋੜੇ 'ਤੇ ਲੈ ਕੇ ਜਾਂਦਾ ਤਾਂ ਛੇਤੀ ਵਗ ਜਾਂਦੇ, ਮਾਲਕ ਦੀ ਖੇਡ ਸੀ, ਉਹ ਬੀਬੀ ਦੀ ਭਗਤੀ ਕਰੀ ਹੋਈ ਸੀ, ਜਿਉਂ ਜਿਉਂ ਤੁਰ ਕੇ ਜਾਣਾ ਸੀ ਉਹ ਟਾਈਮ ਲੱਗਣਾ ਸੀ, ਇਸ ਕਰਕੇ ਵਿਧੀ ਬਣ ਗਈ। ਕਹਿੰਦਾ ਵੀ ਤੂੰ ਤੁਰ ਕੇ ਚੱਲ। ਹੁਣ ਉਹ ਯਾਰ ਤੁਰਨ ਲੱਗੀ ਅਤੇ ਕਹਿੰਦਾ ਵੀ ਤੂੰ ਰੋ ਨਾ, ਹੁਣ ਉਹਦੀਆਂ ਭੁੱਬਾਂ ਨਿਕਲਣ, ਕਿਉਂਕਿ ਬਰਾਤ ਸਾਰੀ ਭੱਜ ਗਈ, ਇਕੱਲੀ ਰਹਿ ਗਈ। ਅਤੇ ਉਹ ਕਹਿੰਦਾ ਵੀ ਰੋ ਨਾ, ਮੇਰੇ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਜਿਹੜੇ ਮੇਰੇ ਮਹਿਲ ਨੇ, ਉੱਥੇ ਤਾਂ ਸੋਨੇ ਹੀਰੇ ਮੋਤੀ ਨੇ, ਵੀ ਤੂੰ ਤਾਂ ਰਾਜ ਕਰੇਂਗੀ। ਉਹ ਕਹਿੰਦੀ ਕਾਲੇ ਖਾਂ ਹੋਸ਼ ਕਰ, ਤੂੰ ਮੈਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ,
ਕਹਿੰਦਾ ਹੋਰ ਮੈਂ ਤੈਨੂੰ ਕੀ ਬਣਾਊ, ਪਤਨੀ ਬਣਾਊ। ਉਹ ਕਹਿੰਦੇ ਹੰਕਾਰ ਨਾ ਕਰ, ਜਿਹੜਾ ਭਗਤ ਵਸਲ ਪਰਮਾਤਮਾ ਨਾ, ਉਹਦਾ ਇਹ ਨੀ ਪਤਾ ਕਿੱਥੋਂ ਆ ਜਾਵੇ, ਉਹਨੇ ਤਾਂ ਇੱਥੋਂ ਨਿਕਲ ਆਉਣਾ, ਕਿਤੋਂ ਧਰਤੀ ਚੋਂ ਆ ਜਾਵੇ, ਅਸਮਾਨ ਚੋਂ ਆ ਜਾਵੇ, ਖੱਬਿਓਂ ਆ ਜਾਵੇ, ਸੱਜਿਓਂ ਆ ਜਾਵੇ, ਮੇਰੀ ਇੱਜ਼ਤ ਬਚਾਊਗਾ ਮੇਰਾ ਪਰਮਾਤਮਾ, ਕਿਉਂਕਿ ਭਰੋਸਾ ਸੀ। ਪਰ ਮੂਹਰੇ ਹੋ ਕੇ ਤੁਰਪੀ, ਨਾਲੇ ਡਰਦੀ ਹੈ, ਨਾਲੇ ਪਿੱਛੇ ਨੂੰ ਦੇਖਦੀ ਆ ਮੁੜ ਕੇ, ਕਿਉਂਕਿ ਭਰੋਸਾ ਵੀ ਹੈ ਵੀ ਪਰਮਾਤਮਾ ਮੇਰੀ ਮਦਦ ਕਰੂਗਾ। ਹੁਣ ਉਹ ਜਿਵੇਂ ਤੁਰੀ ਜਾਂਦੀ ਹੈ, ਨਾਲੇ ਤੜਫਦੀ ਹੈ, ਜਿਵੇਂ ਇੱਕ ਹਰਨੀ ਜੰਗਲ ਦੀ ਨੂੰ ਘਾਹ ਚੁਗਦੀ ਨੂੰ ਸੇਰ ਪੰਜਾ ਮਾਰ ਲਵੇ ਨਾ, ਉਹ ਪੰਡਤਾਂ ਦੇ ਪੱਲੇ ਚੋਂ ਨਿਕਲ ਕੇ ਪਠਾਣਾਂ ਦੇ ਪੰਜੇ ਚ ਆ ਗਈ, ਹੁਣ ਨਾਲੇ ਤਾਂ ਤੁਰੀ ਜਾਂਦੀ ਹੈ, ਨਾਲੇ ਉਹ ਹਾਲ ਜਿਹੜਾ ਉਹਦਾ ਹਾਲ ਆ ਨਾ, ਜਿਉਂ ਹਰਨੀ ਜੰਗਲ ਦੀ ਚੁਗਦੀ ਚੋਗ ਸ਼ੇਰ ਨੇ ਘੇਰੀ। ਹੁਣ ਉਹ ਕਵਿਤਾ ਇੱਥੇ ਆਊਗੀ ਵੀ ਜਿਵੇਂ ਇੱਕ ਹਰਨੀ ਚੁਗਦੀ ਤੇ ਗਊ ਤੇ ਕੋਈ ਸ਼ੇਰ ਪੰਜਾ ਮਾਰ ਲਵੇ, ਉਹਦੀ ਕੀ ਹਾਲਤ ਹੁੰਦੀ ਹੈ। ਹੁਣ ਉਹ ਟੋਲੇ ਪਠਾਣਾਂ ਦੇ ਮੂਹਰੇ ਇਕੱਲੀ ਪੰਡਤਾਂ ਦੀ ਲੜਕੀ ਸਰਨੀ ਦੀ ਜੋ ਦਸ਼ਾ ਹੋਈ ਹੈ ਉਹ ਹੁਣ ਕਵਿਤਾ ਦੇ ਵਿੱਚ ਬਿਆਨ ਹੁੰਦੀ ਹੈ ਵੀ ਉਹ ਤੁਰੀ ਜਾਂਦੀ ਜਿਉਂ ਹਰਨੀ ਜੰਗਲ ਦੀ ਚੁਗਦੀ ਚੋਗ ਸ਼ੇਰ ਨੇ ਘੇਰੀ। ਹੀਰਾ
ਦਰਸ਼ਨ ਬੀਬੀ ਦੇ ਦੁਸ਼ਮਣ ਖਾ ਗਿਆ ਕੁੰਮੜ ਕੇਰੀ ਜੋ ਹਰਣੀ ਜੰਗਲ ਦੀ ਜੁਗਦੀ ਚੋਗ ਸ਼ੇਰ ਨੇ ਕੇਰੀ ਜੋ ਹਰਣੀ ਜੰਗਲ ਦੀ ਜੁਗਦੀ ਚੋਗ ਸ਼ੇਰ ਨੇ ਕੇਰੀ ਤੱਕ ਤੱਕ ਕੇ ਸ਼ਰਨੀ ਨੂੰ ਸੀਨੇ ਤੂੰ ਪਟਤਾ ਦੇ ਪੈਂਦੀ ਤੱਕ ਤੱਕ ਕੇ ਸ਼ਰਨੀ ਬਾਂਦੀ ਮੇਰੀ ਹੈ ਜ਼ਾਲਮ ਕਹਿੰਦਾ ਭੁਜਾ ਉਠਾ ਕੇ ਇਹ ਸੋਡੇ ਲਾਇਕ ਨਹੀਂ ਪੰਡ ਤੋਂ ਭੱਜ ਜੋ ਜਾਨ ਬਚਾ ਕੇ ਕਹਿੰਦਾ ਭੱਜੋ ਜੇ ਬਚਣਾ ਇਹ ਤੁਹਾਡੇ ਕੀ ਖਾਊਗੀ ਗਰੀਬਾਂ ਦੇ ਇਹ ਤਾਂ ਮੇਰੇ ਮਹਿਲਾਂ ਦੇ ਵਿੱਚ ਜਾਊਗੀ ਤੇ ਉਹ ਕਹਿੰਦੀ ਵੀ ਹੁਣ ਤੂੰ ਕਾਲੇ ਖਾਂ ਕਹਿੰਦੀ ਥੋੜਾ ਜਿਹਾ ਪਰਮਾਤਮਾ ਤੋਂ ਡਰ ਥੋੜਾ ਜਿਹਾ ਪਰਮਾਤਮਾ ਤੋਂ ਡਰ ਇੰਨਾ ਜ਼ੁਲਮ ਨਾ ਕਰ ਮੇਰੀ ਮਦਦ ਕਰਨ ਵਾਸਤੇ ਮੇਰਾ ਸਹਿਨਸਾ ਆਉਣ ਵਾਲਾ ਹੀ ਹੈ ਮੈਨੂੰ ਪੂਰਾ ਯਕੀਨ ਹੈ ਨਾਲੇ ਤਾਂ ਤੁਰੀ ਜਾਂਦੀ ਹੈ ਤੇ ਨਾਲੇ ਯਾਦ ਕਰਦੀ ਹੈ ਕਹਿੰਦੀ ਆ ਚਾਰ ਕੋਹਤੇ ਜਮਰੌਤ ਦਾ ਕਿਲ੍ਹਾ ਇੱਥੇ ਸੂਰਮੇ ਵੱਸਦੇ ਨੇ ਮਹਾਂ ਸਿੰਘ ਵਰਗੇ ਯੋਧੇ ਰਹਿੰਦੇ ਨੇ ਕਹਿੰਦੀ ਉਹ ਸਿੰਘੋ ਅੱਗੇ ਤਾਂ ਸਾਨੂੰ ਤੀਆਂ ਵਗੈਰਾ ਚੋਂ ਚੱਕ ਕੇ ਲਿਜਾਂਦੇ ਤੇ ਜਾਂ ਘਰਾਂ ਚੋਂ ਚੱਕ ਕੇ ਲਿਜਾਂਦੇ ਸੀ ਵੀ ਉਦੋਂ ਤੁਸੀਂ ਸਾਨੂੰ ਛਡਾ ਲਿਆਉਂਦੇ ਸੀ ਹੁਣ ਤਾਂ ਤੁਹਾਡੇ ਝੰਡੇ ਥੱਲਿਓਂ ਲਈ ਜਾਂਦੇ ਨੇ ਹੁਣ ਤੁਸੀਂ ਕੋਈ ਪੌੜੂਗਾ ਮੇਰਾ ਵੀਰ ਕੋਈ ਆਊਗਾ ਮੇਰੀ ਮਾਂ ਦਾ ਜਾਇਆ ਨਾਲੇ ਕਹਿੰਦੀ ਆ ਵੀ ਆਹ ਹਿੰਦੂ ਵੀਰਾਂ ਨੂੰ ਕੀ ਹੋ ਗਿਆ ਰਘੂ ਰਾਜੇ ਦੀ ਔਲਾਦ ਜਿਹੜੇ ਕਹਿੰਦੇ ਤੇ ਰਘੂ ਕੁਲ ਰੀਤ ਸਦਾ ਚੱਲੀ ਆਏ ਪ੍ਰਾਣ ਜਾਏ ਪਰ ਬਚਨ ਨਾ ਜਾਏ ਰਘੂ ਰਾਜੇ ਦੀ ਔਲਾਦ ਸੂਰਵੀਰ ਹਿੰਦੂ ਜੰਗਾਂ ਯੁੱਧਾਂ ਦੇ ਮਾਲਕ ਆ ਜੱਦਾ ਰਾਜ ਮੁਸਲਮਾਨਾਂ ਦਾ ਹੋਇਆ ਪਠਾਣਾਂ ਦਾ ਇਹਨਾਂ ਦੀ ਗੈਰਤ ਨੂੰ ਕੀ ਹੋ ਗਿਆ ਇਹ ਤਾਂ ਜਮੇ ਚੁੱਪ ਹੋ ਗਏ ਇਹਨਾਂ ਦੀਆਂ ਧੀਆਂ ਭੈਣਾਂ ਦੇ ਮੁੱਲ ਪੈਣ ਲੱਗ ਗਏ ਇਹ ਤਾਂ ਬਿਲਕੁਲੇ ਐਨ ਬਸ ਨਮਰਦ ਬਣ ਕੇ ਤੁਰਨ ਲੱਗ ਗਏ ਨਾਲੇ ਤਾਂ ਸੋਚਦੀ ਹੈ ਵੀ ਮੇਰਾ ਕੋਈ ਵੀਰ ਆਊਗਾ ਭਰੋਸਾ ਉਹਨੂੰ ਭਰੋਸਾ ਵੀ ਮੇਰਾ ਪਰਮਾਤਮਾ ਜ਼ਰੂਰ ਮੇਰੀ ਮਦਦ ਕਰਨ ਵਾਸਤੇ ਆਊਗਾ ਨਾਲੇ ਤਾਂ ਮੂਹਰੇ ਹੋ ਕੇ ਤੁਰ ਪਈ ਦਿਲ ਤਾਂ ਟੁੱਟ ਗਿਆ ਪਰ ਫਿਰ ਵੀ ਆਸ ਹੈ ਇੱਕ ਆਸ ਹੈ ਭਗਤ ਬਸਣ ਤੇ ਇੱਕ ਗੱਲ ਹੋਰ ਹੈ ਜਿਹੜਾ ਤਾਂ ਕੋਈ ਆਸਰਾ ਤੱਕਦਾ ਆਪਣੇ ਦੋਸਤਾਂ ਮਿੱਤਰਾਂ ਦਾ ਜਾਂ ਕਿਸੇ ਹੋਰ ਰਿਸ਼ਤੇਦਾਰ ਦਾ
ਉਹ ਗੱਲ ਹੋਰ ਹੈ। ਜਿਹੜਾ ਪਰਮਾਤਮਾ ਦਾ ਆਸਰਾ ਤੱਕਦਾ ਨਾ, ਉਹਦੇ ਭਾਗ ਕੁਛ ਉੱਚੇ ਹੁੰਦੇ ਨੇ, ਕਿਉਂਕਿ ਪਰਮਾਤਮਾ ਨੇ ਉਹਨੂੰ ਧੋਖਾ ਵੀ ਨਹੀਂ ਦੇਣਾ ਹੁੰਦਾ, ਉਹਦੀ ਮਦਦ ਕਰਨੀ ਹੁੰਦੀ ਆ ਪਰਮਾਤਮਾ ਨੇ। ਹੁਣ ਉਹਨੂੰ ਆਸਰਾ ਪਰਮਾਤਮਾ ਦਾ ਤੱਕਿਆ ਹੋਇਆ, ਹੁਣ ਜਾਂਦੀ ਜਾਂਦੀ ਨਾਲੇ ਤਾਂ ਉਹ ਜਾਂਦੀ ਹੈ, ਤੁਰੀ ਜਾਂਦੀ ਹੈ, ਨਾਲੇ ਯਾਦ ਕਰਦੀ ਹੈ ਵੀ ਤੁਹਾਡੀ ਭੈਣ ਨੂੰ ਵੀ ਆ ਪਠਾਨ ਅੱਜ ਤੁਹਾਡੇ ਚਾਰ ਕੋਹਦੇ ਝੰਡੇ ਥੱਲਿਓਂ ਲਈ ਜਾਂਦੇ ਨੇ, ਕੋਈ ਵੀਰ ਮੇਰਾ ਆਊਗਾ, ਕੋਈ ਮੇਰੀ ਮਦਦ ਕਰੂਗਾ, ਆਪਦੇ ਪੰਜਾਬ ਦੇ ਭਰਾਵਾਂ ਨੂੰ ਵੀਰਾਂ ਨੂੰ ਆਪਦੀ ਇੱਕ ਮਦਦ ਕਰਨ ਵਾਸਤੇ ਫਰਿਆਦਾ ਪਾਉਂਦੀ ਭੈਣ ਸਰਨੀ ਜਿਵੇਂ ਕਹਿੰਦੀ ਜਾਂਦੀ ਆ ਨਾ, ਫਿਰ ਉਸ ਸਮੇਂ ਦੀ ਕਵਿਤਾ ਵੀ ਮੇਰਾ ਕੋਈ ਵੀਰ ਆਵੇ, ਮੇਰੀ ਕੋਈ ਲਾਜ ਬਚਾਵੇ, ਕੋਈ ਮੈਨੂੰ ਬਚਾਓ, ਕੋਈ ਸੂਰਮਾ ਆਓ, ਆਓ ਬਈ ਭਾਰਤ ਦੇ ਯੋਧਿਓ, ਪੰਜਾਬ ਦਿਓ, ਵੀਰੋ ਮੇਰੀ ਲਾਜ ਬਚਾਓ, ਬੈਣ ਪਾਉਂਦੀ ਅਰਜਾਂ ਇਉਂ ਕਰਦੀ ਜਾਂਦੀ ਹੈ। ਮਾਂ ਸ਼ੀਰੀ ਦਾ ਜਾਇਆ
ਸਿੰਘਾਂ ਸਰਦਾਰਾਂ ਨੂੰ, ਨਲੂਏ ਦੇ ਯੋਧਿਆਂ ਨੂੰ, ਸ਼ੇਰਾਂ ਦੀਆਂ ਡਾਰਾਂ ਨੂੰ, ਕੋਈ ਬੱਦਲੀ ਅਰਸਾਂ ਦੀ ਅੰਮ੍ਰਿਤ ਵਰਸਾਵੇ ਜੇ, ਫਰਿਆਦ ਸੁਣੋ ਮੇਰੀ ਕੋਈ ਲਾਜ ਬਚਾਵੇ ਜੇ। ਇੱਕ ਫਰਿਆਦਾਂ ਕਰਦੀ ਤੁਰੀ ਜਾਂਦੀ ਹੈ ਅਤੇ ਜਾਂਦੀ ਜਾਂਦੀ ਨੂੰ ਆਸ ਹੈ ਵੀ ਮੇਰਾ ਸਹਿਨਸਾ ਆਊਗਾ, ਮੇਰੀ ਲਾਜ ਬਚਾਊਗਾ। ਕਾਲੇ ਖਾਂ ਕਹਿੰਦਾ ਸਰਨੀ ਨਾ ਤਾਂ ਤੇਰਾ ਰਾਮ ਆਵੇ, ਨਾ ਕ੍ਰਿਸ਼ਨ ਆਵੇ, ਨਾ ਦਸਵਾਂ ਗੁਰੂ ਆਵੇ, ਹੁਣ ਤਾਂ ਤੂੰ ਮੇਰੇ ਮਹਿਲਾਂ ਦੀ ਸੰਗਾਰ ਬਣੇਗੀ ਬਣੇਗੀ। ਉਹ ਕਹਿੰਦੀ ਕਾਲੇ ਖਾਂ ਜਿਹੜਾ ਭਗਤ ਵਸ ਲੈ ਰੱਬ ਪਰਮਾਤਮਾ ਭਗਤਾਂ ਦਾ ਰੱਖ ਹੈ, ਉਹ ਸੌਂਦਾ ਨਹੀਂ ਕਦੇ, ਉਹ ਜਾਗਦਾ। ਮੈਨੂੰ ਭਰੋਸਾ ਵੀ ਉਹ ਜ਼ਰੂਰ ਆਊਗਾ, ਮੇਰੀ ਲਾਜ ਬਚਾਊਗਾ। ਤੁਰੇ ਜਾਂਦੇ ਨੇ, ਜਾਂਦੇ ਜਾਂਦੇ ਜਿੱਥੋਂ ਪਹਾੜੀ ਸ਼ੁਰੂ ਹੋਣੀ ਆ ਨਾ, ਉੱਥੇ ਇੱਕ ਬਾਗ ਸੀ। ਬਾਗ ਉਹਦੇ ਬਾਗ ਦੇ ਕੰਢੇ ਬੌਲੀ ਸੀ ਪਾਣੀ ਦੀ। ਕਾਲੇ ਖਾਂ ਕਹਿੰਦਾ ਵੀ ਇੱਥੇ ਬੈਠੋ, ਬਿੰਦ ਜੱਟ ਆਰਾਮ ਕਰੋ। ਉਹਨੂੰ ਬੀਬੀ ਨੂੰ ਬੌਲੀ ਦੇ ਇੱਕ ਪੱਥਰ ਦੇ ਬਿਠਾ ਲਿਆ। ਕਾਲੇ ਖਾਂ ਕਹਿੰਦਾ ਉਹ ਪਠਾਣ ਬੱਚਿਓ ਜਾਓ, ਕਹਿੰਦਾ ਫੁੱਲ ਫੜ ਲਿਆਓ, ਇਹਨੂੰ ਰੋਣਾ ਬੰਦ ਕਰਾਓ, ਇਹਦੀ ਪੂਜਾ ਕਰੋ, ਇਹਦੇ ਹਾਰ ਪਾਓ। ਉਹ ਕਾਲੇ ਖਾਂ ਨੂੰ ਕਹਿੰਦੀ ਕਾਲੇ ਖਾਂ ਜਿਹੜਾ ਅੰਦਰ ਜ਼ਖਮ ਹੋਇਆ ਨਾ, ਉਹ ਬਾਹਰਲੇ ਪਾਣੀ ਨਾਲ ਇੱਕ ਨਹੀਂ ਬੁੱਝਦਾ, ਜਿਹੜੀ ਅੰਦਰਲੀ ਅੱਗ ਆ ਉਹ ਬਾਹਰੋਂ ਪਾਣੀ ਪਾਏ ਤੇ ਨਹੀਂ ਬੁੱਝਦੀ। ਮੇਰੀ ਅੰਦਰਲੀ ਅੱਗ ਦਾ ਮੇਰਾ ਸਹਿਣ ਸਾ ਬੁਝਾਊਗਾ, ਮੇਰਾ ਕੋਈ ਵੀਰ ਆਊਗਾ, ਮੇਰੀ ਲਾਜ ਬਚਾਊਗਾ। ਪੱਥਰ ਦੇ ਬੈਠੀ ਰੋਂਦੀ ਹੈ, ਬਹਿਣ ਪਾਉਂਦੀ ਹੈ। ਸਾਥੀ ਗਏ ਨੇ ਬਾਗ ਨੂੰ ਫੁੱਲ ਫੜ ਲੈਣ ਤੇ ਕਾਲੇ ਖਾਂ ਖੜਾ ਹੈ ਤਾਂ ਇੱਕ ਰਸਤਾ ਜਾਂਦਾ ਸੀ ਨੇੜਿਓਂ, ਰਸਤਾ ਪਹਾੜੀ ਦੇ ਨੇੜਿਓਂ ਇੱਕ ਰਸਤਾ ਜਾਂਦਾ ਸੀ ਜਿੱਥੇ ਦੀ ਮੁਸਾਫਰ ਜਾਂਦੇ ਸੀ। ਤਾਂ ਉੱਥੋਂ ਇੱਕ ਪੰਡਿਤ ਬੁੱਢਾ, ਇੱਕ ਨਾਲ ਪੰਡਿਤ ਬੁੱਢੀ ਪੰਡਤਣੀ, ਉਹ ਦੋਏ ਜਾਣੇ ਤੁਰੇ ਜਾਂਦੇ ਨੇ। ਉਹਨਾਂ ਦੇ ਕੰਨੀ ਆਵਾਜ਼ ਪੈ ਗਈ ਬੀਬੀ ਦੀ ਭੁੰਬਾ ਭੁੱਬਾ ਮਾਰਦੀ ਰੋਂਦੀ ਦੀ। ਉਹਨਾਂ ਨੇ ਜਦ ਝਾੜੀਆਂ ਨੂੰ ਪਿੱਛੇ ਕਰਕੇ ਦੇਖਿਆ, ਉਹ ਕਹਿੰਦੇ ਵੀ ਇਹ ਤਾਂ ਕਾਲੇ ਖਾਂ ਡਾਕੂ ਹੈ, ਕਿਸੇ ਵਿਹਲੀ ਲੜਕੀ ਨੂੰ ਡੋਲੇ ਚੋਂ ਲੁੱਟ ਕੇ ਲਿਆਇਆ। ਤੇ ਉਹ ਪੰਡਿਤ ਕਹਿੰਦਾ ਫਿਰ ਆਪਾਂ ਕੀ ਕਰ ਸਕਦੇ ਹਾਂ? ਉਹ ਕਹਿੰਦੇ ਨਹੀਂ ਬਈ, ਪੰਡਤਾਣੀ ਕਹਿੰਦੀ ਵੀ ਕੋਈ ਉਪਾਅ ਕਰਨਾ ਚਾਹੀਦਾ। ਕਹਿੰਦਾ ਵੀ ਆਪਾਂ ਲੜ ਵੀ ਨਹੀਂ ਸਕਦੇ ਇਹਨਾਂ ਨਾਲ, ਵੀ ਇਹ ਤਾਂ ਹੁਣ 25-30-50 ਦਾ ਗੇੜ ਇਹਦੇ ਨਾਲ ਪਠਾਣ ਨੇ, ਘੋੜਿਆਂ ਦੇ ਸਵਾਰ ਨੇ, ਤਲਵਾਰਾਂ ਵਾਲੇ, ਵੀ ਆਪਾਂ ਕੀ ਕਰ ਸਕਦੇ ਹਾਂ? ਉਹ ਕਹਿੰਦੀ ਵੀ ਆਹ ਚਾਰ ਕੋਹਦੇ ਜਮਰੌਤ ਦਾ ਕਿਲ੍ਹਾ, ਉੱਥੇ ਸਿੰਘ ਰਹਿੰਦੇ ਨੇ, ਵੀ ਆਪਾਂ ਉਹਨਾਂ ਨੂੰ ਨਸਨੇਹਾ ਦੇ ਦਈਏ ਜਾ ਕੇ। ਉਹ ਕਹਿੰਦਾ ਕਿੱਥੇ ਚਾਰ ਕੋਹ, ਆਪਾਂ ਤੁਰ ਕੇ ਕਦ ਗਏ, ਜਾਨੂ ਇਹ ਪਹਾੜੀਆਂ 'ਚ ਜਾ ਬਣਨਗੇ, ਲੱਭਣੇ ਨਹੀਂ। ਉਹ ਕਹਿੰਦੀ ਵੀ ਨਹੀਂ, ਮਰਦੇ ਹਿੰਮਤ ਮਦ ਤੇ ਖੁਦਾ। ਕਹਿੰਦੀ ਵੀ ਆਪਾਂ ਨੂੰ ਹਿੰਮਤ ਕਰ ਲੈਣੀ ਚਾਹੀਦੀ ਆ, ਵੀ ਆਪਾਂ ਨੂੰ ਇਹ ਲੜਕੀ ਦੀ ਮਦਦ ਕਰਨੀ ਚਾਹੀਦੀ ਆ। ਉਹ ਦੋਏ ਬਾਹੋ ਦਾ ਭੱਜੇ, ਪਹੁੰਚ ਗਏ ਜਮਰੌਤ ਦੇ ਕਿਲੇ ਤੇ। ਹੁਣ ਗੇਟ ਤੇ ਬੈਠਾ ਜਥੇਦਾਰ ਮਹਾਂ ਸਿਉਂ ਰਹਿਰਾ ਸਾਹਿਬ ਦਾ ਕਰਦਾ ਪਾਠ। ਉਹਦੇ ਆਲੇ ਦੁਆਲੇ ਦੋਏ ਬੁੱਢਾ ਤੇ ਬੁੱਢੀ ਦੋਏ ਖੜ ਕੇ ਲਾਗੇ ਕਰਨ, ਜਥੇਦਾਰ ਜੀ, ਜਥੇਦਾਰ ਜੀ। ਉਹਨੇ ਪੜਾ ਕਿਤੇ ਕੇ ਨੇਤਰ ਖੋਲੇ, ਆਓ ਵੀ ਪਿਆਰੇ ਹੋ, ਕਿਵੇਂ ਆਏ? ਉਹ ਕਹਿੰਦੇ ਜੀ ਕਾਲੇ ਖਾਂ ਜ਼ਾਲਮ ਹੈ ਜਿਹੜਾ ਕਿਸੇ ਵਿਹਲੀ ਬੀਬੀ ਨੂੰ ਡੋਲੇ ਚੋਂ ਲੁੱਟੀ ਲਈ ਜਾਂਦਾ। ਵੀ ਹੁਣ ਉਹ ਬੌਲੀ ਤੇ ਬੈਠੇ ਨੇ, ਵੀ ਇਹ ਨਹੀਂ ਪਤਾ ਉੱਥੋਂ ਚਲੇ ਗਏ ਜਾਂ ਹੈਗੇ, ਵੀ ਉਹਦਾ ਕੋਈ ਕਰ ਸਕਦੇ ਹੋ ਕੋਈ ਉਪਾਅ, ਕੋਈ ਉਹਨੂੰ ਬਚਾ ਸਕਦੇ ਹੋ ਕੋਈ? ਮਹਾਸਿਉ ਹੱਸਣ ਲੱਗ ਗਿਆ ਉੱਚੀ ਉੱਚੀ। ਉਹ ਬੁੱਢੇ ਕਹਿੰਦੇ ਵੀ ਇਹਨੇ ਮਨਾਉਣਾ ਤਾਂ ਸੋਗ ਸੀ, ਵੀ ਇਹ ਹੱਸਣ ਲੱਗ ਗਿਆ। ਉਹ ਕਹਿੰਦੀ ਜਥੇਦਾਰ ਜੀ ਹੱਸੇ ਕਿਉਂ? ਕਹਿੰਦਾ ਵੀ ਤੁਸੀਂ ਇਹ ਗੱਲ ਨੂੰ ਸਮਝਦੇ, ਕਹਿੰਦਾ ਜਿਹੜੀ ਉਹ ਲੜਕੀ ਆ ਨਾ, ਉਹਦੇ ਭਾਗ ਬਹੁਤ ਉੱਚੇ ਨੇ। ਉਹ ਪੰਡਤਾਣੀ ਕਹਿੰਦੀ ਅਸੀਂ ਕਹਿੰਦੇ ਹਾਂ ਭਾਗ ਮਾੜੇ ਨੇ।
ਮਾਪਿਆਂ ਨੇ ਡੋਲੇ ਚ ਪਾਈ ਹੈ, ਸਹੁਰੇ ਗਈ ਨੀ, ਰਾਹ ਚ ਡੋਲਾ ਲੁੱਟ ਲਿਆ ਉਹਦਾ ਪਠਾਣਾ ਨੇ, ਉਹਦੇ ਭਾਗ ਚੰਗੇ ਕਿਵੇਂ ਹੋ ਗਏ? ਅਸੀਂ ਕਹਿੰਦੇ ਵੀ ਭਾਗ ਮਾੜੇ ਨੇ। ਉਹ ਕਹਿੰਦਾ ਤੁਸੀਂ ਗੱਲ ਸਮਝੋ, ਤੁਹਾਨੂੰ ਨੀ ਪਤਾ, ਇੱਕ ਸਾਲ ਹੋ ਗਿਆ ਕਹਿੰਦਾ ਕਿਲਾ ਪੈਂਦੇ ਨੂੰ। ਹਰੀ ਸਿੰਘ ਨਲੂਆ ਚਲਿਆ ਗਿਆ ਸੀ ਜੰਗਾਂ ਯੁੱਧਾਂ ਦੇ ਵਿੱਚ, ਵੀ ਅੱਜ ਪੈਂਦਾ ਚਾਹਾ ਕਿਲੇ ਦਾ, ਅੱਜ ਕਹਿੰਦਾ ਸਵੇਰ ਦਾ ਹਰੀ ਸਿੰਘ ਨਲੂਆ ਇੱਥੇ ਆਇਆ ਹੋਇਆ। ਕਹਿੰਦਾ ਜੇ ਇਹ ਵਾਕਾ ਕੱਲ ਪਰਸੋਂ ਜਾਂ ਚੌਥੇ ਹੋ ਜਾਂਦਾ, ਹੋ ਸਕਦਾ ਕਹਿੰਦਾ ਆਪਾਂ ਬੀਬੀ ਨੂੰ ਨਾ ਛਡਾ ਸਕਦੇ। ਕਹਿੰਦਾ ਹੁਣ ਹਰੀ ਸਿੰਘ ਨਲੂਏ 'ਚ ਇੰਨੀ ਪਾਵਰ ਹੈ, ਪਤਾਲ 'ਚੋਂ ਵੀ ਕੱਢ ਲਿਓ ਪਠਾਣਾ ਨੂੰ, ਕਹਿੰਦਾ ਜਿੱਥੇ ਮਰਜ਼ੀ ਹੋਵੇ। ਕਹਿੰਦਾ ਇਸ ਕਰਕੇ ਭਾਗ ਉੱਚੇ ਨੇ ਲੜਕੀ ਦੇ। ਉਹ ਕਹਿੰਦੇ ਵੀ ਦੱਸੋ ਨਲੂਆ ਕਿੱਥੇ ਹੈ? ਕਹਿੰਦਾ ਵੀ ਉਹ ਬਗੀਚੀ ਦੇ ਵਿੱਚ ਰਹਿ ਰਾਜ ਸਾਹਿਬ ਦਾ ਪਾਠ ਕਰ ਰਿਹਾ, ਘੋੜਾ ਕੋਲ ਖੜਾ, ਖੰਡਾ ਕੋਲ ਹੈ, ਹਰ ਸਮੇਂ ਉਹਦੀ ਤਿਆਰੀ ਹੁੰਦੀ ਹੈ, ਉਹ ਉੱਧਰ ਨੂੰ ਭੱਜ ਲੇ। ਆਲੇ ਦੁਆਲੇ ਹੋ ਕੇ ਖੜ ਕੇ ਲੱਗ ਕੇ ਕਹਿਣ, ਨਲੂਆ ਜੀ, ਨਲੂਆ ਜੀ। ਉਹਨੇ ਖੋਲੀ ਅੱਖ, ਕਹਿੰਦਾ ਵੀ ਕੋਈ ਫਰਿਆਦੀ ਆਏ ਨੇ। ਕਹਿੰਦੇ ਵੀ ਦੱਸੋ ਪਿਆਰਿਓ, ਤੁਸੀਂ ਕਿਵੇਂ ਆਏ ਹੋ? ਕਹਿੰਦੇ ਜੀ ਕਾਲੇ ਖਾਂ ਧਾੜ ਵੀ ਡਾਕੂ ਹੈ ਜਿਹੜਾ ਕਿਸੇ ਵਿਹਲੀ ਬੀਬੀ ਨੂੰ ਲੁੱਟੀ ਜਾਂਦਾ, ਇਹ ਨਹੀਂ ਪਤਾ ਵੀ ਉਹ ਆਪਣੀਆਂ ਪਹਾੜੀ ਦੇ ਕੰਦਰਾਂ 'ਚ ਵੜ ਗਿਆ ਜਾਂ ਉੱਥੇ ਬੈਠਾ। ਇੱਕ ਲੱਖ ਸਾਲ ਮਾਰੀ ਸ਼ੇਰ ਨੇ ਰਹਿ ਰਾਜ ਸਾਹਿਬ ਜਪਜੀ ਸਾਹਿਬ ਨਾਲੋਂ ਉਹ ਆਪਦੇ ਫਰਜ਼ ਨੂੰ ਵੱਧ ਸਮਝਦਾ ਸੀ। ਵੀ ਇੱਕ ਇਨਸਾਨ ਦਾ ਜਿਹੜਾ ਫਰਜ਼ ਆ ਨਾ, ਉਹ ਜ਼ਰੂਰੀ ਹੈ, ਪਾਠ ਵੀ ਕਰਦਾ ਸੀ ਪਰ ਜ਼ਿੰਮੇਵਾਰੀ ਨੂੰ ਪਹਿਲਾਂ ਮੰਨਦਾ ਸੀ। ਉਹਨੇ ਜਦ ਸੁਣੀ ਨਾ ਗੱਲ ਸਾਰੀ ਪੰਡਤਾਂ ਦੀ, ਬਸ ਉਹ ਭੂਕਾ ਮੱਚ ਪਿਆ ਨਲੂਏ ਸ਼ੇਰ ਦੇ, ਉੱਥੋਂ ਸਿੱਧੀ ਸਾਲ ਘੋੜੇ 'ਤੇ ਮਾਰੀ, ਫਿਰ ਗੇਟ ਵੀ ਨਹੀਂ ਖਿਲਾਇਆ, ਕਿਸੇ ਨੂੰ ਨਾਲ ਵੀ ਨਹੀਂ ਲਿਆ, ਫਿਰ 12 ਕੋਟ ਦੇ ਕੰਧ ਦੇ ਉੱਪਰ ਦੀ ਘੋੜੇ ਦੀ ਸਾਲ ਮਰਾ ਕੇ ਚੱਕਦਾ, ਕਹਿੰਦਾ ਚਲੋ ਪਾਉਣ ਦਿਆ ਪੁੱਤਰਾ, ਕਿਸੇ ਧੀ ਦਾ ਦਰਦ ਬਣਾਈਏ। ਕਹਿੰਦੇ ਵੀ ਘੋੜਾ ਪਹਾੜੀਆਂ ਦੇ ਪੱਥਰ ਪੜਦਾ ਜਾਵੇ, ਜਿਵੇਂ ਫਿਰ ਉਹ ਕਾਲੇ ਖਾਂ ਦੇ ਕੋਲ ਪਹੁੰਚ ਗਿਆ ਨਾ ਉੱਥੇ। ਜਦ ਉਹਨਾਂ ਨੇ ਦੇਖਿਆ ਵੀ ਕੋਈ ਸਿੰਘ ਆਉਂਦਾ, ਕਾਲੇ ਖਾਂ ਕਹਿੰਦਾ ਭਾਵੇਂ 100 ਸਿੰਘ ਆ ਜਾਵੇ, ਹੁਣ ਉਹ ਵੀ ਤਕੜਾ ਡਾਕੂ ਸੀ, ਆਪਾਂ ਨੂੰ ਕੀ ਪਰਵਾਹ ਏ। ਕਾਲੇ ਖਾਂ ਲੈ ਕੇ ਖੰਡਾ ਮੂਹਰੇ ਹੋ ਗਿਆ ਆਪਦਾ ਘੋੜਾ ਲੈ ਕੇ। ਜਦ ਆਇਆ ਨਾ ਹਰੀ ਸਿੰਘ ਨਲੂਏ ਦੇ ਸਾਹਮਣੇ, ਫਿਰ ਜਿਵੇਂ ਹਰੀ ਸਿੰਘ ਨਲੂਏ ਨੇ ਮਾਰ ਕੇ ਖੰਡਾ ਉਹਦੇ 2 ਫੜ ਕਰਕੇ ਧਰਤੀ ਦੇ ਵਿੱਚ ਧਸਿਆ, ਉਸ ਸਮੇਂ ਦੀ ਕਵਿਤਾ ਸੁਣੋ, 2 ਫੜ ਕਰਕੇ ਖੰਡਾ ਧਰਤੀ ਦੇ ਵਿੱਚ ਹਰੀ ਸਿੰਘ ਨਲੂਏ ਦਾ ਭਲਾ ਬਈ ਹੇ ਇਉਂ ਦੱਸ ਗਿਆ। ਸੁੱਤੇ ਬਣੀ ਵਾਲੇ ਸ਼ੇਰ ਨੂੰ ਜਗਾ ਲਿਆ, ਉਹ ਆ ਕੇ ਪੰਡਤਾਂ ਨੇ ਗਲੇ ਪੱਲੂ ਪਾ ਲਿਆ, ਸੁੱਤੇ ਬਣੀ ਵਾਲੇ ਸ਼ੇਰ ਨੂੰ ਜਗਾ ਲਿਆ, ਦਇਆ ਦੇ ਸਮੁੰਦਰਾਂ ਵਿੱਚੋਂ ਉੱਠ ਲਹਿਰ ਤੂਫਾਨੀ ਆਵੇ, ਉਹ ਜ਼ਾਲਮਾਂ ਦੀ ਜ਼ੁਲਮੀ ਦਾ ਦੁੱਖ ਸ਼ੇਰ ਤੋਂ ਚੱਲਿਆ ਨਾ ਜਾਵੇ, ਉਹ ਜ਼ਾਲਮਾਂ ਦੀ ਜ਼ੁਲਮੀ ਦਾ ਦੁੱਖ ਸ਼ੇਰ ਤੋਂ ਚੱਲਿਆ ਨਾ ਜਾਵੇ।
ਜ਼ਾਲਮਾਂ ਦੀ ਜ਼ੁਲਮੀ ਦਾ ਦੁੱਖ ਸ਼ੇਰ ਤੋਂ ਚੱਲਿਆ ਨਾ ਜਾਵੇ। ਅੱਗੇ ਗੁਫਾ ਦੇ ਅੰਦਰ ਜਦੋਂ ਜਾਣ ਸੀ, ਥੋੜੀ ਦੂਰ ਪਿੱਛੇ ਰੋਕ ਲੈ ਪਠਾਣ ਸੀ। ਲੱਗੇ ਗੁਫਾ ਦੇ ਉਹਨੂੰ ਕੋਈ ਮੁਸ਼ਕਿਲ ਨਾ, ਜਦੋਂ ਸਤਿਗੁਰ ਬਣਤ ਬਣਾਵੇ ਉਹ ਜ਼ਾਲਮਾਂ ਦੀ ਜ਼ੁਲਮੀ ਦਾ ਦੁੱਖ ਸ਼ੇਰ ਤੋਂ ਚੱਲਿਆ ਨਾ ਜਾਵੇ। ਉਹ ਜ਼ਾਲਮਾਂ ਦੀ ਜ਼ੁਲਮੀ ਦਾ ਦੁੱਖ ਸ਼ੇਰ ਤੋਂ ਚੱਲਿਆ ਨਾ ਜਾਵੇ। ਅੱਧ ਸ਼ੇਰ ਦੇ ਕਲੇਜੇ ਵਿੱਚ ਪਾ ਕੇ ਤੇ ਕਿੱਥੇ ਲੁਕੇਗਾ ਪਠਾਣਾ ਹੁਣ ਜਾ ਕੇ ਤੇ। ਹੱਥ ਸ਼ੇਰ ਦੇ ਕਲੇਜੇ ਵਿੱਚ ਪਾ ਕੇ ਤੇ ਕਿੱਥੇ ਲੁਕੇਗਾ ਪਠਾਣਾ ਹੁਣ ਜਾ ਕੇ ਤੇ। ਤੇਰੇ ਭੈੜੇ ਕਰਮਾਂ ਦਾ ਤੈਨੂੰ ਨਲੂਆ ਹੀ ਫਲ ਭੁਗਤਾਵੇ ਉਹ ਜ਼ਾਲਮਾਂ ਦੀ ਜ਼ੁਲਮੀ ਦਾ ਦੁੱਖ ਸ਼ੇਰ ਤੋਂ ਚੱਲਿਆ ਨਾ ਜਾਵੇ। ਉਹ ਜ਼ਾਲਮਾਂ ਦੀ ਜ਼ੁਲਮੀ ਦਾ ਦੁੱਖ ਸ਼ੇਰ ਤੋਂ ਚੱਲਿਆ ਨਾ ਜਾਵੇ। ਹੱਥ ਸੀਸ ਦੇ ਉੱਤੇ ਬੱਚੀ ਦੇ ਟਕਾਉਂਦਾ ਸੀ। ਬੀਬੀ ਸ਼ਰਨੀ ਨੂੰ ਨਲੂਆ ਬਰਾਉਂਦਾ ਸੀ। ਹੱਥ ਸੀਸ ਦੇ ਉੱਤੇ ਬੱਚੀ ਦੇ ਟਕਾਉਂਦਾ ਸੀ। ਲੈ ਕੇ ਵਿੱਚ ਬੁੱਕਰਾਂ ਦੇ ਕੁੱਟ ਬੱਚੀ ਨੂੰ ਸੀਨੇ ਦੇ ਨਾਲ ਨਾਵੇ ਉਹ ਜ਼ਾਲਮਾਂ ਦੀ ਜ਼ੁਲਮੀ ਦਾ ਦੁੱਖ ਸ਼ੇਰ ਤੋਂ ਚੱਲਿਆ ਨਾ ਜਾਵੇ। ਉਹ ਜ਼ਾਲਮਾਂ ਦੀ ਜ਼ੁਲਮੀ ਦਾ ਦੁੱਖ ਸ਼ੇਰ ਤੋਂ ਸਿਖਾਇਆ ਅਣ ਜਾਣ ਨੂੰ ਪਾ ਕੇ ਮੌਤ ਦੀ ਅਟਾਰੀ ਅਫਖਾਨ ਨੂੰ ਐਸਾ ਸਬਕ ਸਿਖਾਇਆ ਅਣ ਜਾਣ ਨੂੰ ਸੋਦਾ ਲਾਇਆ ਖਾਲਸੇ ਨੇ ਜੀਦਾ ਜੀਦ ਕਵਿਤਾ ਬਰਾੜ ਸ਼ਹਿਰ ਗਾਵੇ ਉਹ ਜ਼ਾਲਮਾਂ ਦੀ ਜ਼ੁਲਮੀ ਦਾ ਦੁੱਖ ਸ਼ੇਰ ਤੋਂ ਚੱਲਿਆ ਨਾ ਜਾਵੇ। ਉਹ ਜ਼ਾਲਮਾਂ ਦੀ ਜ਼ੁਲਮੀ ਦਾ ਦੁੱਖ ਸ਼ੇਰ ਮਾਰ ਕੇ ਨਾ ਖੰਡਾ ਉਹਦੇ ਸਿਰ ਦੇ ਵਿੱਚ ਦੋ ਫਾੜ ਕਰਤਾ ਸਣੇ ਘੋੜੇ। ਉਦੋਂ ਬਾਅਦ ਬੱਚੀ ਦੇ ਸੀਸ ਤੇ ਧਰਿਆ ਹੱਥ ਤੇ ਉਹਨੂੰ ਕਹਿੰਦਾ ਪੁੱਤਰੀ ਬਚ ਗਈ, ਭਾਗ ਚੰਗੇ ਸੀ, ਤੇਰੀ ਪਿਛਲੇ ਕਰਮਾਂ ਦੀ ਭਗਤੀ ਤੇਰੇ ਮੂਹਰੇ ਆ ਗਈ, ਇੱਜ਼ਤ ਬਚ ਗਈ ਆਪਣੀ। ਹੁਣ ਤੂੰ ਮੈਨੂੰ ਇਹ ਦੱਸ, ਮੈਂ ਤੈਨੂੰ ਸਹੁਰੀ ਛੱਡ ਕੇ ਆਵਾਂ ਕਿ ਤੈਨੂੰ ਪੇਕੀ ਛੱਡ ਕੇ ਆਵਾਂ? ਹੁਣ ਇੱਥੇ ਪਤਾ ਲੱਗਦਾ ਵੀ ਉਹ ਕਈ ਜਨਮਾਂ ਦੀ ਭਗਤੀ ਕਰਦੀ ਆਉਂਦੀ ਸੀ। ਉਹ ਕਹਿੰਦੇ ਵੀ ਪੇਕੇ ਤਾਂ ਮੈਂ ਤਾਂ ਨਹੀਂ ਜਾਣਾ, ਮਾਪਿਆਂ ਨੇ ਮੈਨੂੰ ਡੋਲੇ 'ਚ ਇੱਕ ਵਾਰ ਪਾਤਾ, ਆਪਦਾ ਫਰਜ਼ ਨਿਭਾਤਾ,
ਵੀ ਸਹੁਰੀ ਮੈਂ ਤਾਂ ਨੀ ਜਾਣਾ, ਸੌ ਬੰਦਾ ਤੇ ਸਾਰੇ ਹੀ ਭੱਜ ਗਿਆ, ਪਤੀ ਵੀ ਭੱਜ ਗਿਆ, ਕਹਿੰਦੀ ਡਰਦਾ। ਕਹਿੰਦਾ ਫਿਰ ਬੇਟੀ ਰਹੇਗੀ ਕਿੱਥੇ? ਕਹਿੰਦੀ ਵੀ ਹੁਣ ਤੂੰ ਜਿਹੜੇ ਸ਼ਬਦਾਂ ਨਾਲ ਮੈਨੂੰ ਬੇਟੀ ਕਹਿਣਾ, ਮੈਨੂੰ ਆਪਦੀ ਧਰਮ ਦੀ ਧੀ ਬਣਾ ਲੈ, ਮੇਰਾ ਧਰਮ ਦਾ ਪਿਤਾ ਬਣ ਜਾ। ਨਲੂਏ ਨੂੰ ਸ਼ਾਂਤੀ ਆ ਗਈ, ਕਹਿੰਦਾ ਬੈਠ ਫਿਰ ਘੋੜੇ ਤੇ ਚੱਲੀਏ। ਕਹਿੰਦਾ ਜਮਰੌਦ ਨੂੰ ਲੈ ਗਿਆ, ਜਮਰੌਦ ਅੰਮ੍ਰਿਤ ਤਿਆਰ ਕੀਤਾ ਪੰਜਾਂ ਬਾਣੀਆਂ ਦਾ ਪੜ੍ਹ ਕੇ, ਅੰਮ੍ਰਿਤ ਤਿਆਰ ਕਰਕੇ ਉਹ ਬੱਚੇ ਨੂੰ ਅੰਮ੍ਰਿਤ ਸਕਾ ਕੇ ਉਹਦਾ ਨਾਂ ਹਰਸਰਨ ਕੌਰ ਰੱਖਤਾ। ਤੇ ਸਰਦਾਰ ਮਹਾਂ ਸਿੰਘ ਨੂੰ ਕਹਿੰਦਾ ਵੀ ਜਥੇਦਾਰ ਮਹਾਂ ਸਿੰਘ ਜੀ, ਤੂੰ ਐ ਮੇਰਾ ਬੜਾ ਭਾਈ, ਇਹ ਆ ਮੇਰੀ ਬੇਟੀ, ਵੀ ਤੂੰ ਲੱਗਿਆ ਇਹਦਾ ਤਾਇਆ, ਹੁਣ ਇਹ ਜੰਗੀ ਟ੍ਰੇਨਿੰਗ ਤੇਰੇ ਅਧੀਨ ਕਰੂਗੀ, ਇਹਨੂੰ ਤੈਂ ਜੰਗ ਦੀ ਟ੍ਰੇਨਿੰਗ ਤੈਂ ਦੇਣੀ ਆ। ਉਹ ਕਹਿੰਦਾ ਠੀਕ ਹੈ ਜੀ। ਉਹਨੂੰ ਜੰਗੀ ਟ੍ਰੇਨਿੰਗ ਨੂੰ ਛੱਡ ਕੇ ਹਰੀ ਸਿੰਘ ਨਲੂਆ ਦਾ ਚਲਾ ਗਿਆ ਆਪਦੇ ਜੰਗਾਂ ਯੁੱਧਾਂ ਨੂੰ। ਤੇ ਜਿਹੜਾ ਉਹਦਾ ਪਤੀ ਸੀ ਨਾ ਆਪਣੇ ਦੇਵੀ ਚੰਦ, ਉਹਨੂੰ ਜਾ ਕੇ ਦੱਸਤਾ ਪੰਡਤਾਂ ਨੇ, ਕਹਿੰਦੇ ਵੀ ਤੇਰੇ ਘਰ ਵਾਲੇ ਨੂੰ ਸਿੰਘ ਛਡਾ ਲਿਆਏ। ਉਹ ਕਿਹੜਾ ਕਹਿੰਦੇ ਕਬਜ਼ਾ ਕਰਦੇ ਨੇ, ਚਲੋ ਚੱਲੀਏ ਕਹਿੰਦੇ ਦਵਾ ਕੇ ਲਿਆਈਏ। ਉੱਥੇ ਉਹ ਵੀ ਕਹਿੰਦੇ ਕੋਈ ਚੰਗਾ ਰਿਹਾ। ਉਹ ਕਹਿੰਦਾ ਵੀ ਮੈਂ ਉਹਦੇ ਮੱਥੇ ਨਹੀਂ ਲੱਗ ਸਕਦਾ। ਕਹਿੰਦਾ ਵੀ ਪਹਿਲਾਂ ਮੈਂ ਭਗਤੀ ਕਰਕੇ ਉਨੀ ਪਾਵਰ ਕਾਇਮ ਕਰੂੰਗਾ, ਫਿਰ ਉਹਦੇ ਸਾਹਮਣੇ ਜਾਊਂਗਾ। ਉਹਨੇ ਵੀ ਅੰਮ੍ਰਿਤ ਛਕ ਲਿਆ, ਉਹਦਾ ਨਾਂ ਰੱਖਿਆ ਕਰਮਜੀਤ ਸਿੰਘ। ਨੀਲਾ ਬਾਣਾ ਪਾ ਲਿਆ, ਘੋੜਾ ਲੈ ਲਿਆ, ਖੰਡਾ ਲੈ ਲਿਆ, ਘਰ ਬਾਰ ਛੱਡਤਾ। ਜਾਂ ਤਾਂ ਜਿਵੇਂ ਉਹਦੀ ਪਤਨੀ ਨਾਲ ਹੋਇਆ ਸੀ, ਬਰਾਤ ਲੁੱਟੀ ਸੀ, ਓਕਣ ਜਿੱਥੇ ਵੀ ਜ਼ੁਲਮ ਹੁੰਦਾ ਉਹ ਉੱਥੇ ਜਾਂਦਾ, ਜਾਂ ਫਿਰ ਚੌਂਕਣਾ ਮਾਰ ਕੇ ਭਗਤੀ ਕਰਦਾ। ਇਹ ਕੰਮ ਤੇ ਉਹ ਹੋ ਗਿਆ। ਉਹਨੇ ਵੀ ਕਹਿੰਦੇ ਚੰਗਾ ਰਿਹਾ ਆਪਦੀ ਭਗਤੀ ਦੀ ਪਾਵਰ। ਉਹਨੇ ਕਹਿੰਦੇ ਫਿਰ ਇੰਨੀ ਭਗਤੀ ਕੀਤੀ ਨਾ, ਰਜੋ ਤਮੋ ਸਤੋ ਸਾਰੀਆਂ ਮੰਜ਼ਲਾਂ ਟੱਪ ਗਿਆ ਭਗਤੀ ਕਰਦਾ ਕਰਦਾ, ਬਹੁਤ ਭਗਤੀ ਕੀਤੀ। ਉਹਨੇ ਇੱਕ ਸੂਰਮਾ ਯੋਧਾ ਬਣ ਗਿਆ ਉਹ ਪੂਰਾ। ਇੱਧਰ ਜਦੋਂ ਫਿਰ ਇੱਕ ਸਾਲ ਉਹਨੂੰ ਜੰਗੀ ਟ੍ਰੇਨਿੰਗ ਕਰਦੀ ਨੂੰ ਸਰਨੀ ਨੂੰ ਹੋ ਗਿਆ ਨਾ, ਤਾਂ ਇੱਕ ਭਾਣਾ ਹੋਰ ਵਰਤਿਆ। ਉਹ ਕੀ ਵਰਤਿਆ? ਹਰੀ ਸਿੰਘ ਨਲੂਆ ਪਸ਼ਾਵਰ ਦੇ ਵਿੱਚ ਬਿਮਾਰ ਹੋ ਗਿਆ, ਉਹਦਾ ਟਾਈਫਾਇਡ ਵਿਗੜ ਗਿਆ, 40 ਦਿਨ ਉਹਦਾ ਬੁਖਾਰ ਨਾ ਉਤਰਿਆ। ਉਹ ਪਿਆ ਆਪਣਾ ਪਸ਼ਾਵਰ ਦੇ ਕਿਲੇ ਚ ਬੈਦਖਾਨੇ ਚ। ਇਹ ਗੱਲ ਦਾ ਪਤਾ ਲੱਗ ਗਿਆ ਦੋਸਤ ਮੁਹੰਮਦ ਖਾਨ ਨੂੰ, ਜਿਨ੍ਹਾਂ ਤੋਂ ਉਹਨੇ ਜਮਰੌਦ ਦਾ ਕਿਲਾ ਜਿੱਤਿਆ ਸੀ। ਉਹਨੇ ਆਪਦੇ ਚਾਰੇ ਜਰਨਲ ਇਕੱਠੇ ਕਰ ਲਏ। ਉਹ ਕਹਿੰਦਾ ਵੀ ਹੁਣ ਮੌਕਾ ਵੀ ਹਰੀ ਸਿੰਘ ਨਲੂਆ ਪਿਆ 40 ਦਿਨ ਦਾ ਬਿਮਾਰ। ਅੱਬਲਾ ਦਾ ਕਹਿੰਦਾ ਉਹ ਮਰ ਗਿਆ ਹੋਊਗਾ, ਸਿੰਘ ਲੁਕਾਉਂਦੇ ਨੇ। ਨਹੀਂ, ਉਹ ਬਿਮਾਰ ਹੈ, 40 ਦਿਨ ਦਾ ਉਹਦਾ ਟਾਈਫਾਇਡ ਵਿਗੜਿਆ ਹੋਇਆ, ਉਹ ਉੱਠ ਨਹੀਂ ਸਕਦਾ। ਵੀ ਹੁਣ ਆਪਾਂ ਜਮਰੌਦ ਦੇ ਕਿਲੇ ਨੂੰ ਖੋਲੋ ਸਿੱਖਾਂ ਤੋਂ। ਆਪਦੇ ਜਰਨਲਾਂ ਨੂੰ ਕਹਿੰਦਾ ਵੀ ਦੱਸੋ। ਸੰਮੀ ਖਾਂ ਸੀਗਾ ਵੱਡਾ ਜਰਨਲ, ਉਹ ਕਹਿੰਦਾ ਵੀ ਮੈਂ ਕਬਜ਼ੇ ਕਰੂੰਗਾ ਜਮਰੌਦ ਦੇ ਕਿਲੇ ਤੇ, ਕਹਿੰਦਾ ਮੈਂ ਚੜ੍ਹਾਈ ਕਰੂੰਗਾ। ਉਹ ਕਹਿੰਦਾ ਵੀ ਬਿਲਕੁਲ ਠੀਕ ਹੈ, ਤੇਰੇ ਤੇ ਮੈਨੂੰ ਭਰੋਸਾ, ਤੂੰ ਜ਼ਰੂਰ ਕਬਜ਼ੇ ਕਰ। ਫਿਰ ਉਹਨੇ 80,000 ਤੋਂ 40,000 ਯੋਧਾ ਸੰਟਿਆ, ਫਿਰ ਪੂਰਾ 40,000 ਫੌਜ ਲੈ ਕੇ। ਫਿਰ ਉਹ ਕਹਿੰਦਾ ਵੀ ਆਪਾਂ ਨੇ ਐਂ ਕਰਨਾ ਵੀ ਸਿੱਖ ਤਾਂ ਕਰਦੇ ਨੇ ਲੜਾਈ ਚਿੱਠੀ ਚੀਰਾ ਦੇ ਕੇ, ਵੀ ਆਪਾਂ ਨੇ ਧੋਖੇ ਨਾਲ ਜੰਗ ਕਰਨਾ, ਵੀ ਸੁੱਤੇ ਪਏ ਸਿੰਘਾਂ ਤੇ ਹਮਲਾ ਕਰਨਾ। ਵੀ ਸਿੰਘਾਂ ਸਾਰੇ 700 ਕਿਲੇ ਦੇ ਵਿੱਚ ਮਹਾਂ ਸਿੰਘ ਦੇ ਨਾਲ, ਹਰੀ ਸਿੰਘ ਨਲੂਆ ਪਿਆ ਪਸਾਵਰ ਪੈਦਖਾਨੇ ਬਿਮਾਰ, ਵੀ ਆਪਾਂ 2 ਘੰਟੇ 'ਚ 700 ਸਿੰਘ ਨੂੰ ਕੱਟ ਕੇ ਕਿਲਾ ਦੱਬ ਲਾਂਗੇ, ਆਪਾਂ 40,000 ਆ। ਕਹਿੰਦਾ ਵੀ ਹੌਲੀ ਹੌਲੀ ਗੁਪਤ ਗੁਪਤ ਜਾ ਕੇ ਰਾਤ ਨੂੰ ਕਿਲੇ ਦੇ ਆਲੇ ਦੁਆਲੇ ਘੇਰਾ ਪਾ ਲਓ। ਫੌਜ ਤਾਂ ਉਹਨੇ ਤੋਰਤੀ ਪਹਾੜਾਂ ਤੋਂ 40,000 ਦੀ ਕਿਲੇ ਨੂੰ ਘੇਰਾ ਪਾਉਣ ਵਾਸਤੇ। ਆਪ ਚਲਿਆ ਗਿਆ ਘਰ ਨੂੰ, ਘਰੇ ਜਾ ਕੇ ਜੰਗੀ ਵਰਦੀ ਪਾਉਣ ਲੱਗ ਗਿਆ। ਜਾਂ ਘੋੜਾ ਲੈ ਕੇ ਤੁਰਿਆ ਨਾ, ਉਹਦੇ ਘਰ ਵਾਲੀ ਪਠਾਣੀ ਨੇ ਦੇਖ ਲਿਆ, ਉਹ ਮੂਹਰੇ ਹੋ ਗਈ। ਕਹਿੰਦੇ ਵੀ ਜੰਗ ਤਾਂ ਕਿਤੇ ਲੱਗਿਆ ਨੀ, ਤੂੰ ਜੰਗੀ ਵਰਦੀ ਪਾ ਕੇ ਘੋੜਾ ਲੈ ਕੇ ਚੱਲਿਆ ਕਿੱਧਰ ਹੈ?
ਕਹਿੰਦਾ ਤੈਨੂੰ ਨੀ ਪਤਾ ਆਪਣੇ ਭਾਗ ਜਾਗ ਪਏ। ਕਹਿੰਦੀ ਉਹ ਕਿਵੇਂ? ਕਹਿੰਦਾ ਹਰੀ ਸਿੰਘ ਨਲੂਆ ਪਿਆ ਪਸ਼ਾਵਰ ਦੇ ਬੈਦਖਾਨੇ ਬਿਮਾਰ 40 ਦਿਨ ਦਾ, ਉਦੋਂ ਬਿਨਾਂ ਅਸੀਂ ਕਿਸੇ ਦੇ ਕਾਬੂ ਨੀ ਆਉਂਦੇ। ਕਹਿੰਦਾ ਅਸੀਂ ਜਮਰਾਉਤ ਦੇ ਕਿਲੇ ਤੇ ਰਾਤੋ ਰਾਤ 700 ਸਿੰਘ ਨੂੰ ਕੱਟ ਕੇ ਕਬਜ਼ਾ ਕਰ ਲਾਂਗੇ। ਹੁਣ ਉਹ ਪਠਾਣੀ ਦੇ ਸ਼ਬਦ ਸੁਣੋ, ਉਹ ਕਹਿੰਦੀ ਬਿਲਕੁਲ ਗਲਤ, ਕਹਿੰਦੀ ਸਿੰਘ ਤਾਂ ਕਦੇ ਬਿਮਾਰ ਹੀ ਨੀ ਹੁੰਦੇ, ਇਹ ਤਾਂ ਕਹਿੰਦੀ ਬਿਨਾਂ ਸਿਰਾਂ ਤੋਂ ਲੜੇ ਨੇ। ਤੂੰ ਕਹਿੰਦੀ ਅਜੇ 2 ਸਾਲ ਹੋਏ ਨੇ ਉੱਥੋਂ ਭੱਜ ਕੇ ਆਇਆ ਹਰੀ ਸਿੰਘ ਨਲੇ ਮੂਹਰਿਓਂ, ਕਹਿੰਦੀ ਬਾਹਰ ਖੜੀਆਂ ਕਰਕੇ ਤੂੰ ਕਬਜ਼ਾ ਕਰੇਂਗਾ ਜਮਰਾਉਤ ਤੇ? ਕਹਿੰਦੀ ਤੈਨੂੰ ਤੇਰੀ ਮੌਤ ਆਈ ਹੈ। ਉਹ ਕਹਿੰਦੀ ਹੋ ਗਏ ਨੇ ਅਮਰ, ਇਹ ਤਾਂ ਸਤਨਾਮ ਰੱਟ ਕੇ ਮੌਤ ਵੀ ਸਿੰਘਾਂ ਦੇ ਕੋਲੋਂ ਨੰਗੇ ਪਾਸਾ ਵੱਟ ਕੇ, ਖਤਰੇ ਦਾ ਮੋੜ ਜਿੰਦ ਖਤਰੇ 'ਚ ਪਾਈ ਨਾ, ਨਲੂਏ ਦੇ ਨਾਲ ਮੱਥਾ ਰਣਾ ਵਿੱਚ ਲਾਈ ਨਾ। ਕਹਿੰਦੀ ਗੋਦ ਮੇਰੀ ਖਾਲੀ ਕੋਈ ਬਾਲਕਾ ਪਠੀਰ ਨਾ, ਤੇਤੋਂ ਵਿਸੋ ਜੱਗ ਵਿੱਚ ਮੇਰਾ ਕੋਈ ਸੀਰ ਨਾ, ਈਦ ਵਾਲਾ ਚੰਦ ਮੇਰੇ ਸਾਹਮਣੇ ਸਪਾਈ ਨਾ। ਉਹ ਈਦ ਦਿਆ ਚੰਦਾ ਕਹਿੰਦੀ ਈਦ ਵਾਲਾ ਚੰਦ ਮੇਰੇ ਸਾਹਮਣੇ ਸਪਾਈ ਨਾ, ਨਲੂਏ ਦੇ ਨਾਲ ਮੱਥਾ ਰਣਾ ਵਿੱਚ ਲਾਈ ਨਾ। ਕਹਿੰਦੀ ਨਾ ਸਿੰਘ ਬਿਮਾਰ ਹੋਣ, ਨਾ ਇਹ ਆਲਸ ਹੁੰਦੀ ਹੈ, ਇਹ ਤਾਂ ਕਹਿੰਦੀ ਜਦੋਂ ਵੀ ਹਥਿਆਰਬਰ ਨੇ ਜਦੀ ਤਿਆਰ ਨੇ। ਕਹਿੰਦੀ ਤੈਨੂੰ ਮੌਤ ਨੇ ਬੁਲਾ ਲਿਆ, ਹੁਣ ਉਹ ਪਠਾਣੀ ਜਿਵੇਂ ਰੋਕਦੀ ਹੈ ਸੰਮੇ ਖਾਂ ਜਰਨੈਲ ਨੂੰ, ਉਹ ਸਮੇਂ ਦੀ ਕਵਿਤਾ ਵੀ ਪਠਾਣੀ ਕਹਿੰਦੀ ਆ, ਨਾ ਜਾਈ ਜੰਗ ਨੂੰ ਨਾ ਜਾਈ। ਰੋਕਦੀ ਪਠਾਣੀ ਘੋੜਾ ਸੰਮੀ ਖਾਂ ਪਠਾਣ ਦਾ, ਬਾਲ ਮਾਤਿਆਰਾ ਕੀਤਾ ਕਬਰਾਂ ਨੂੰ ਜਾਣਦਾ, ਬਾਲ ਮਾਤਿਆਰਾ ਕੀਤਾ ਬਾਣ ਖੰਡ ਵਾਲੇ ਸੁੱਤੇ, ਬਾਣ ਖੰਡ ਵਾਲੇ ਸੁੱਤੇ ਸ਼ੇਰ ਨੂੰ ਜਗਾਈ ਨਾ, ਨਲੂਏ ਦੇ ਨਾਲ ਮੱਥਾ ਰਣਾ ਨਲੂਏ ਦੇ ਨਾਲ ਮੱਥਾ। 18 ਸ਼ੇਰਾ ਖੰਡਾ ਤੇਥੋਂ ਚੱਲੀ ਜਾਣੀ ਚਾਹਲ ਨਾ, ਚਾਰ ਕਣੀ ਨਲੂਏ ਨੂੰ ਰੋਕ ਲਵੇ ਪਠਾਣ ਨਾ। 18 ਸ਼ੇਰਾ ਖੰਡਾ ਤੇਥੋਂ ਚੱਲੀ ਜਾਣੀ ਚਾਹਲ ਨਾ, ਚਾਰ ਕਣੀ ਨਲੂਏ ਨੂੰ ਰੋਕ ਸਕੇ ਕਾਲ ਨਾ, ਚਾਰ ਕੜੀ ਨਲੂਏ ਨੂੰ ਜਿੰਦ ਦੇਣੀ ਪੈ ਜੂ ਜਾ ਕੇ ਬੇਗਲ ਬਜਾਈ ਨਾ, ਨਲੂਏ ਦੇ ਨਾਲ ਮੱਥਾ ਰਣਾ ਵਿੱਚ ਲਾਈ ਨਾ, ਨਲੂਏ ਦੇ ਨਾਲ ਮੱਥਾ ਹੋ ਗਏ ਨੇ। ਮੌਤ ਵੀ ਸਿੰਘਾਂ ਦੇ ਕੋਲੋਂ, ਖਤਰੇ ਦਾ ਮੋੜ ਜਿੰਦ, ਖਤਰੇ ਦਾ ਮੋੜ ਜਿੰਦ ਖਤਰੇ 'ਚ ਪਾਈ ਨਾ, ਨਲੂਏ ਦੇ ਨਾਲ ਮੱਥਾ ਰਣਾ ਵਿੱਚ ਲਾਈ ਨਾ, ਨਲੂਏ ਦੇ ਨਾਲ ਮੱਥਾ। ਨੰਗੀ ਤੇਗ ਚੱਕੀ ਬੀੜਾ ਪਾਨਾ ਦਾ ਉਠਾ ਦੇ ਨਾਲ ਮੱਥਾ। ਤੇਜ ਜਵਾਨੀ
ਚੰਨਾ ਬਿਰਹੋਂ ਦੀ ਅੱਗ ਮੇਰੇ ਬਿਰਹੋਂ ਦੀ ਅੱਗ ਮੇਰੇ ਕਾਲ ਜੇ ਲਗਾਈ ਨਾ ਨਲੂਏ ਦੇ ਨਾਲ ਮੱਥਾ ਰਣਾ ਵਿੱਚ ਲਾਈ ਨਾ ਨਲੂਏ ਦੇ ਨਾਲ ਮੱਥਾ ਗੋਦ ਮੇਰੀ ਖਾਲੀ ਕੋਈ ਬਾਲਕਾ ਪਟੀਰ ਨਾ ਜਗ ਵਿੱਚ ਤੋਂ ਪਿੱਛੋਂ ਰਹਿਣਾ ਕੋਈ ਸੀਰ ਨਾ ਇਦੋਂ ਪਿੱਛੋਂ ਜੱਗ ਵਿੱਚ ਮੇਰੇ ਨੈਣਾ ਮੂਹਰੇ ਚੰਦ ਮੇਰੇ ਨੈਣਾ ਮੂਹਰੇ ਚੰਦ ਈਦ ਦਾ ਛੁਪਾਈ ਨਾ ਨਲੂਏ ਦੇ ਨਾਲ ਮੱਥਾ ਰਣਾ ਵਿੱਚ ਲਾਈ ਨਾ ਨਲੂਏ ਦੇ ਨਾਲ ਮੱਥਾ ਜਿੰਦ ਤੇਰੀ ਬਾਲ ਮਾਂ ਦਿਸੇ ਨਾ ਅੱਜ ਬੱਚਦੀ ਲਾੜੀ ਮੈਦਾਨ ਵਿੱਚ ਨੱਚਦੀ ਲਾੜੀ ਮੌਤ ਫੇਰਦੀ ਲਿਖਿਆ ਬਰਾੜਾ ਜੇ ਤੂੰ ਲਿਖਿਆ ਬਰਾੜਾ ਜੇ ਤੂੰ ਦਿਲ ਤੋਂ ਭੁਲਾਈ ਨਾ ਨਲੂਏ ਦੇ ਨਾਲ ਮੱਥਾ ਰਣਾ ਵਿੱਚ ਲਾਈ ਨਾ ਨਲੂਏ ਦੇ ਨਾਲ ਮੱਥਾ ਜਿੰਦ ਦੇਣੀ ਪੈ ਜੂ ਜੰਗੀ ਬਿਗਲ ਵਜਾਈ ਨਾ ਨਲੂਏ ਦੇ ਨਾਲ ਮੱਥਾ ਰਣਾ ਵਿੱਚ ਲਾਈ ਨਾ ਪਠਾਣੀ ਕਹਿੰਦੀ ਨਾ ਜਾਈ ਸਿੰਘ ਨਹੀਂ ਬਿਮਾਰ ਹੁੰਦੇ ਇਹ ਤਾਂ ਕਦੇ ਨਾ ਬਿਮਾਰ ਹੁੰਦੇ ਨੇ ਨਾ ਆਲਸ ਕਰਦੇ ਨੇ ਤੇਰੀ ਮੌਤ ਨੇ ਬੁਲਾ ਲਿਆ ਤੂੰ ਨਾ ਜਾਈ ਨਹੀਂ ਮੰਨੀ ਕਹਿੰਦਾ ਹੁਣ ਮੌਕਾ ਉਹਦੇ ਮਤਲਬ ਮਨ ਚ ਵੀ ਹਰੀ ਸਿੰਘ ਨਲੂਏ ਨੇ ਤਾਂ ਆਉਣਾ ਨੀ ਵੀ ਜੇ ਆ ਵੀ ਗਿਆ ਤਾਂ ਉਹ ਬਿਮਾਰ ਹੈ ਉਹਨੂੰ ਆਪਾਂ ਮਾਰ ਕੇ ਖੰਡੇ ਖਤਮ ਕਰ ਦਾਂਗੇ ਮੇਰਾ ਝੰਡਾ ਚੜ ਜੂ ਵੀ ਜਮਰੌਤ ਦੇ ਕਿਲੇ ਤੇ ਸੰਮੀ ਖਾਂ ਨੇ ਕਬਜ਼ਾ ਕਰ ਲਿਆ ਨਾ ਮੰਨਿਆ ਆ ਗਿਆ ਰਾਤੋ ਰਾਤ ਘੇਰੇ ਪਾ ਲਿਆ ਕੇ ਜਦ ਵੱਜੇ ਨਾ ਤਿੰਨ ਸਵੇਰੇ ਦੇ ਤਿੰਨ ਬਸ ਫਿਰ ਵਜਾ ਕੇ ਜੰਗੀ ਬਿਗਲ ਹਮਲਾ ਕਰਤਾ ਸਿੰਘਾਂ ਨੇ ਦੇਖਿਆ ਅਚਾਨਕ ਹੁਣ ਸਿੰਘ ਤਾਂ ਤਿਆਰ ਹੀ ਹੁੰਦੇ ਨੇ ਤਿਆਰ ਬਾਰ ਤਿਆਰ ਹੁੰਦੇ ਨੇ ਮਾਂ ਸਿੰਘ ਗੇਟ ਤੇ ਹੁੰਦਾ ਸੀ ਉਹਨੇ ਜਦੀ ਕਹਿੰਦਾ ਵੀ ਸਿੰਘੋ ਪਠਾਣਾ ਨੇ ਧੋਖੇ ਦਾ ਜੰਗ ਰੰਭਤਾ ਚੱਕ ਲਓ ਹਥਿਆਰ ਸਿੰਘ ਭਾਈ ਸੱਤ ਕੁ ਸੌ ਸਿੰਘ ਤੀ ਢਾਈ ਢਾਈ ਕੁ ਸੌ ਮੈਨੂੰ ਆਦਾ ਵੀ ਚਾਰੇ ਪਾਸੇ ਹੋ ਕੇ ਉਹਨਾਂ ਨੇ ਵੰਡ ਕੇ ਫਿਰ ਖੰਡਾ ਖੜਕਾਉਣਾ ਸ਼ੁਰੂ ਕਰਤਾ ਚਾਰ ਵਜੇ ਤੱਕ ਖੰਡਾ ਖੜਕਿਆ ਐਨ ਪੂਰਾ ਸਿੰਘ ਨਾਗਾ ਵਾਂਗੂ ਸੁੱਕੀ ਜਾਣ ਢੇਰੀਆਂ ਲਾਈ ਜਾਣ ਹੁਣ ਸੱਤ ਸੌ ਸਿੰਘ ਸੰਮੀ ਖਾਂ ਲਚਾਰ ਹੋ ਗਿਆ ਕਹਿੰਦਾ ਆਪਾਂ ਚਾਲੀ ਹਜ਼ਾਰ ਇਹ ਸੱਤ ਸੌ ਆਪਣੇ ਬਾਹ ਚ ਨਹੀਂ ਆ ਰਿਹਾ ਚਾਰ ਵੱਜ ਗਏ ਤੇ ਇੱਕ ਬਾਹੀ ਚੌਥੀ ਕਿਲੇ ਦੀ ਥੋੜ੍ਹੀ ਜਿਹੀ ਕਮਜ਼ੋਰ ਰਹਿ ਗਈ ਕਿਤੇ ਫੌਜ ਘੱਟ ਗਈ ਥੋੜ੍ਹੀ ਜਿਹੀ ਉੱਧਰ ਸਿੰਘਾਂ ਦੀ ਗਿਣਤੀ ਘੱਟ ਰਹਿ ਗਈ ਉਹਨੇ ਫਿਰ ਉੱਥੇ ਇੱਕ ਧੋਖਾ ਕੀਤਾ ਚਾਰ ਤੋਪਾਂ ਇਕੱਠੀਆਂ ਕਰਕੇ ਨਾ ਉਹਨੇ ਇਕੱਠਾ ਬਰੂਦ ਧੂੰਆਂਧਾਰ ਜਿਹਾ ਹੁੰਦਾ ਅੱਗੇ ਬਰੂਦ ਜਿਹਾ ਭਰ ਕੇ ਤੋਪਾਂ 'ਚ ਗੋਲੇ ਤਾਂ ਹੁੰਦੇ ਨਹੀਂ ਸੀ ਹੁਣ ਵਰਗੇ ਉਹਨੇ ਚਾਰ ਤੋਪਾਂ ਇਕੱਠੀਆਂ ਕਰਕੇ ਕਿਲੇ ਦੀ ਕੰਧ ਤੋੜਤੀ ਪਾੜ ਪਾਤਾ ਹੁਣ ਉਹ ਜਿਹੜੀ ਸਰਨੀ ਬੀਬੀ ਸੀ ਨਾ ਜਿਹੜੀ ਪੰਡਤਾਂ ਤੋਂ ਬਚਾ ਕੇ ਲਿਆਇਆ ਸੀ ਹਰੀ ਸਿੰਘ ਨਲੂਆ ਹੁਣ ਉਹ ਨਾਮ ਜਪ ਜਪ ਕੇ ਖੰਡੇ ਵਾਹ ਵਾਹ ਕੇ ਸ਼ੇਰਨੀ ਬਣੀ ਹੋਈ ਸੀ ਉਹ ਅੰਦਰ ਜ਼ਖਮੀਆਂ ਨੂੰ ਸਾਂਭਦੀਆਂ ਸੀ ਅੱਠ ਬੀਬੀਆਂ ਉੱਥੇ ਹੋਰ ਨੌ ਜੰਗੀ ਬੀਬੀਆਂ ਉਹ ਕਹਿੰਦੀ ਸੜ ਦੋ ਭੈਣੋ ਹੁਣ ਕਹਿੰਦੀ ਜ਼ਖਮੀਆਂ ਨੂੰ ਚਲੋ ਕਹਿੰਦੀ ਤੋਪਖਾਨੇ 'ਤੇ ਪੈ ਜਾਓ ਟੁੱਟ ਕੇ ਫਿਰ ਉਹਦੀ ਫੌਜ ਜਿਵੇਂ ਤੋਪ 'ਚ ਉਹਨਾਂ ਨੇ ਵੱਢ ਵੱਢ ਕੇ ਲਾਹੇ ਨਾ ਤੋਪਾਂ ਛੱਡ ਕੇ ਭੱਜੇ ਉੱਥੋਂ ਉਹ ਸਮੇਂ ਦੀ ਕਵਿਤਾ ਉਹ ਬੀਬੀ ਹਰਸਰਨ ਕੌਰ ਜਿਵੇਂ ਤੋਪਟੀਆਂ 'ਤੇ ਟੁੱਟ ਕੇ ਪੈਂਦੀ ਹੈ ਉਹ ਵਰਣਨ ਸੁਣੋ ਵੀ ਤੋਪਟੀਆਂ ਦੇ ਟੁਕੜੇ ਇਉਂ ਕਰਦੀ ਹੈ ਕੇਰਾ ਕੱਤ ਲਿਆ ਜਮਰੌਦ ਨੂੰ ਸੀ ਸੰਮੀ ਖਾਗਦਾਰ ਉਹਨਾਂ ਨਾਰੇ ਲਾਏ ਅਲੀ ਦੇ ਨਾਰੇ ਲਾਏ ਅਲੀ
ਫਿਰ ਉਹ ਹਰਸਰਨ ਕੌਰ ਨਾਲ ਲੈ ਕੇ ਬੀਬੀਆਂ ਦੀ ਫੌਜ, ਨੌਵੇਂ ਬੀਬੀਆਂ, ਫਿਰ ਤੋਪ ਜਿਹੜੇ ਤੋਪਾਂ ਲਈ ਖੜੇ ਸੀ ਨਾ, ਜਿਹਨਾਂ ਨੇ ਕਿਲੇ ਦੀ ਕੰਧ ਦੇ ਵਿੱਚ ਪਾੜ ਪਾਇਆ ਸੀ, ਫਿਰ ਉਹਨਾਂ ਦੇ ਟੁਕੜੇ ਕਰ ਤੋਪਾਂ ਚੋਂ ਸਿੱਟੇ, ਫਿਰ ਤੋਪਾਂ ਛੱਡ ਕੇ ਭੱਜ ਗਏ ਉਹ ਜਿਹੜੇ ਤੋਪ ਸੀ। ਇੰਨੇ ਸ਼ਾਮ ਹੋ ਗਿਆ ਅਤੇ ਸੰਮੀ ਖਾਂ ਨੇ ਫੌਜ ਆਪਦੀ ਪਿੱਛੇ ਮੋੜ ਲਈ, ਕਹਿੰਦਾ ਵੀ ਆ ਜਾਓ, ਸਿੰਘ ਵੀ ਅੰਦਰ ਜਾ ਵੜੇ ਕਿਲੇ ਦੇ। ਸੰਮੀ ਖਾਂ ਫੌਜ ਨੂੰ ਕਹਿੰਦਾ ਵੀ ਆਪਾਂ 40,000, ਉਹ 700, ਕਹਿੰਦਾ ਵੀ ਹੈ ਤਾਂ ਆਪਣੀ ਹਾਰ, ਇੱਕ ਕਿਸਮ ਦੀ ਆਪਣੀ ਹਾਰ ਹੋਈ ਹੈ, ਕਹਿੰਦਾ ਆਪਾਂ ਤੋਂ 700 ਸਿੰਘ ਨਹੀਂ ਬਾਅਦ 'ਚ ਆਇਆ। ਪਰ ਪਤਾ ਇਹ ਵੀ ਲੱਗ ਗਿਆ ਵੀ 200-250 ਸਿੰਘ ਸ਼ਹੀਦ ਵੀ ਹੋ ਗਿਆ ਅਤੇ 200-250 ਜ਼ਖਮੀ ਵੀ ਹੋ ਗਿਆ, ਵੀ 150-200 ਸਿੰਘ ਰਹਿੰਦਾ। ਕਹਿੰਦਾ ਵੀ ਹੁਣ ਐਂ ਕਰੋ, ਆਪਾਂ ਰਾਤੋਂ ਰਾਤ ਕਿਲੇ ਨੂੰ ਘੇਰਾ ਘੱਤ ਲਓ, ਵੀ ਜੇ ਆਪਾਂ ਰਾਤ ਨੂੰ ਜੰਗ ਲਾਇਆ ਆਪਣਾ ਨੁਕਸਾਨ ਹੋ ਜੂਗਾ, ਵੀ ਕੋਈ ਮਦਦ ਬਾਹਰੋਂ ਇਹ ਮੰਗਣ ਨਾ ਜਾ ਸਕਣ, ਵੀ ਆਪਾਂ ਘੇਰਾ ਘੱਤ ਕੇ ਭੇਜੋ ਚਾਰੇ ਪਾਸੇ। ਫਿਰ ਮਹਾਂ ਸਿੰਘ ਆਪਦੇ ਜਥੇਦਾਰ ਆਪਦੇ ਆਪਣੇ ਸਿੰਘਾਂ ਨੂੰ ਲੈ ਕੇ ਨਾ ਫਿਰ ਅੰਦਰ ਵੜ ਗਿਆ। ਕਹਿੰਦਾ ਵੀ ਸਿੰਘੋ, ਹੁਣ ਤੜਕੇ ਨੂੰ ਪਰਮਾਤਮਾ ਕਰੇ ਕੁਛ, ਵੀ ਆਪਣੀ ਹਾਰ ਪੱਕੀ ਹੈ, ਵੀ ਬੰਦਾ ਤਾਂ ਰਹਿ ਗਿਆ ਸਾਰਾ ਹੀ ਆਪਣੇ ਕੋਲ, 150-200, ਵੀ 250 ਸਿੰਘ ਆਪਣਾ ਸ਼ਹੀਦ ਹੋ ਗਿਆ, ਵੀ 250 ਜ਼ਖਮੀ ਹੋ ਗਿਆ, ਵੀ ਜ਼ਾਲਮ ਗਿਣਤੀ ਵੱਧ ਤੀ, ਅਜੇ 20-30 ਹਜ਼ਾਰ ਹੋਰ ਫਿਰਦੇ ਨੇ। ਕਹਿੰਦਾ ਵੀ ਆਪਾਂ ਨੂੰ ਕਿਵੇਂ ਨਾ ਕਿਵੇਂ ਕਰਕੇ, ਕਹਿੰਦਾ ਮੇਰਾ ਜੀ ਤਾਂ ਨਹੀਂ ਕਰਦਾ ਕਿਸੇ ਨੂੰ ਭੇਜਣ ਨੂੰ, ਤੜਕੇ ਦੇ ਤੁਸੀਂ ਸਾਰਾ ਪੂਰਾ ਦਿਨ ਦਾ ਖੰਡਾ ਖੜਕਦਾ, ਕਹਿੰਦਾ ਤੁਹਾਡਾ ਵੀ ਸਵੇਰ ਦੇ ਤੁਸੀਂ ਲੜਦੇ ਹੋ 40,000 ਫੌਜ ਨਾਲ, ਵੀ ਭੇਜਣ ਨੂੰ ਮੇਰਾ ਜੀ ਤਾਂ ਨਹੀਂ ਕਿਸੇ ਨੂੰ ਕਰਦਾ, ਪਰ ਜੇ ਆਪਾਂ ਜਮਰਾਓ ਅਤੇ ਜਿਹੜਾ ਪਸ਼ਾਵਰ ਦੇ ਵਿੱਚ ਕਿਲੇ ਦੇ ਵੈਦਖਾਨੇ ਦੇ ਵਿੱਚ ਹਰੀ ਸਿੰਘ ਨਲੂਆ ਬਿਮਾਰ ਪਿਆ, ਵੀ ਜੇ ਉਹਨੂੰ ਕਿਵੇਂ ਸੁਨੇਹਾ ਦੇ ਦਈਏ, ਜੇ ਉਹ ਆਪ ਨਾ ਆਵੇ, ਜਿਹੜੀ 11,000 ਸੇਰ ਦਿਲ ਫੌਜ ਹੈ ਜੇ ਉਹ ਆ ਜਾਵੇ ਨਾ, ਫਿਰ ਨਹੀਂ ਆਪਾਂ ਹਾਰਦੇ। ਹੁਣ ਕਹਿੰਦੇ ਵੀ ਸੁਨੇਹਾ ਕੌਣ ਦੇਵੇ, ਚਾਰੇ ਪਾਸੇ ਦਾ ਘੇਰਾ ਪਾਇਆ ਹੋਇਆ, ਆਪਣੇ ਜ਼ਾਲਮਾਂ ਦੀ ਫੌਜ ਬੈਠੀ ਆ ਕਿਲੇ ਦੇ ਚਾਰੇ ਪਾਸੇ ਘੇਰਾਬੰਦੀ ਕਰੀ, ਵੀ ਸੁਨੇਹਾ ਲੈ ਕੇ ਜਾਵੇ ਕੌਣ। ਫਿਰ ਮਹਾਂ ਸਿੰਘ ਨੇ ਆਪਦਾ ਦਰਬਾਰ ਲਾ ਲਿਆ, ਕਹਿੰਦਾ ਵੀ ਸਿੰਘੋ, ਵੀ ਆਪਾਂ ਇਹ ਗੱਲ ਤਾਂ ਹੁਣ ਆਪਣੀ ਪੱਕੀ ਆ ਵੀ ਕੁਦਰਤ ਆਪਣੇ ਖਿਲਾਫ ਹੈ, ਵੀ ਆਪਣੀ ਹੋਊਗੀ ਤੜਕੇ ਨੂੰ ਹਾਰ, ਵੀ ਆਪਾਂ ਪਾਵਾਂਗੇ ਸ਼ਹੀਦੀਆਂ, ਵੀ ਕਿਲਾ ਜਾਊਗਾ ਪਠਾਣਾਂ ਦੇ ਹੱਥ 'ਚ, ਵੀ ਪਰ ਹੁਣ ਮੈਂ ਭੇਜਾਂ ਕਿਹਨੂੰ, ਵੀ ਆਪਾਂ ਜੇ ਕੋਈ ਬੰਦਾ ਸੁਨੇਹਾ ਵਗ ਜਾਵੇ ਨਾ ਲੈ ਕੇ ਹਰੀ ਸਿੰਘ ਨਲੂਏ ਕੋਲੇ, ਵੀ ਉੱਥੋਂ ਆਪਾਂ ਨੂੰ ਮਦਦ ਮਿਲ ਜਾਵੇ, ਫਿਰ ਆਪਾਂ ਕਿਲਾ ਬਚਾ ਲਾਂਗੇ। ਫਿਰ ਉਹੀ ਬੀਬੀ ਨਾ ਹਰਸਰਨ ਕੌਰ, ਜਿਹੜੀ ਕਦੇ ਪੰਡਤਾਂ ਤੋਂ ਛੁਡਾ ਕੇ ਅੰਮ੍ਰਿਤ ਛੱਕ ਕੇ ਫਿਰ ਆਪਣੀ ਸੇਰਨੀ ਬਣੀ ਹੋਈ ਸੀ ਮਾਰ ਕੇ ਸਾਲ, ਫਿਰ ਮਹਾਂ ਸਿੰਘ ਦੇ ਮੂਹਰੇ ਆ ਗਈ, ਕਹਿੰਦੀ ਜਥੇਦਾਰ ਜੀ ਮੈਂ ਜਾਊਂਗੀ ਚਿੱਠੀ ਲੈ ਕੇ। ਕਹਿੰਦਾ ਬੇਟਾ ਤੂੰ, ਕਹਿੰਦੀ ਮੈਂ ਲੜ ਨਾਲ ਬਹਾਦਰਾਂ ਹੋ ਗਈਆਂ ਭਰਪੂਰ, ਉਹ ਤੁਸੀਂ ਕਰਦੇ ਹੋ ਗੱਲ ਪਸੌਰ ਦੀ, ਮੈਨੂੰ ਦਿੱਲੀ ਦਿਸੇ ਨਾ ਦੂਰ, ਮੈਨੂੰ ਪਰਚਾ ਦੇ ਦਿਓ ਖਾਲਸਾ, ਤੁਸੀਂ ਕਿਉਂ ਹੋਇਓ ਮਜਬੂਰ, ਜਦ ਮੈਂ ਚੜ੍ਹਦੀ ਵਾਂਗ ਤੂਫਾਨ ਦੇ ਅੜ ਸਕਦੇ ਨਹੀਂ ਪਠਾਣ, ਮੈਂ ਤਾਂ ਵੱਢ ਵੱਢ ਕਰਦਿਆਂ ਡੱਕਰੇ ਜਦ ਚੜ੍ਹਦੀ ਵਾਂਗ ਤੂਫਾਨ। ਕਹਿੰਦੀ ਮੈਂ ਆਪੇ ਲੰਘ ਜੂੰਗੀ, ਤੁਸੀਂ ਘਬਰਾਓ ਨਾ, ਪਰਚਾ ਮੈਨੂੰ ਦਿਓ। ਜਿਵੇਂ ਉਹ ਬੀਬੀ ਪਰਚੇ ਦੀ ਮੰਗ ਕਰ ਰਹੀ ਹੈ, ਉਹ ਸਮੇਂ ਦੀ ਕਵਿਤਾ ਵੀ ਜਥੇਦਾਰ ਮਹਾਂ ਸਿੰਘ ਤੋਂ ਬੀਬੀ ਹਰਸਰਨ ਕੌਰ ਪਸ਼ਾਵਰ ਕਿਲੇ ਦੇ ਵਿੱਚ ਵੈਦਖਾਨੇ ਵਿੱਚ ਪਏ ਬਿਮਾਰ ਨਲੂਏ ਨੂੰ ਸੁਨੇਹਾ ਦੇਣ ਵਾਸਤੇ ਚਿੱਠੀ ਦੀ ਮੰਗ ਇਉਂ ਕਰਦੀ ਹੈ। ਉੱਥੋਂ ਸਿੰਘਾਂ ਤਾਈਂ ਬੋਲਦਾ ਮਹਾਂ ਸਿੰਘ ਜਥੇਦਾਰ, ਕਹਿੰਦੇ ਉੱਠੋ ਕੋਈ ਸੂਰਮਾ,
ਹੱਥ ਰੱਖੇ ਬਰਾੜਾ ਸੀਸ ਤੇ, ਜਿਹੜਾ ਹੈ ਪੀਰਾਂ ਦਾ ਪੀਰ ਮੈਨੂੰ ਪਰਚਾ ਦੇ ਦਿਓ ਖਾਲਸਾ, ਤੁਸੀਂ ਕਿਉਂ ਹੋਏ ਹੋ ਦਲਗੀਰ? ਕਹਿੰਦੇ ਵੀ ਪਰਮਾਤਮਾ ਦਾ ਹੱਥ ਮੇਰੇ ਸਿਰ ਤੇ ਚਾਹੀਦਾ, ਪਰਚਾ ਮੈਂ ਲੈ ਕੇ ਜਾਊਂਗੀ। ਮਹਾਂ ਸਿੰਘ ਨੇ ਚਿੱਠੀ ਲਿਖਤੀ ਹਰੀ ਸਿੰਘ ਨਲੂਏ ਨੂੰ, ਚਿੱਠੀ ਲੈ ਕੇ ਬੀਬੀ ਨੂੰ ਫੜਾਤੀ। ਫਿਰ ਸਿੰਘਾਂ ਨੇ ਕਿਲੇ ਦੇ ਚਾਰੇ ਪਾਸੇ ਹੋ ਕੇ ਨਾ ਦਸ ਇੱਕ ਖੂੰਜੇ ਦਸ ਇੱਕ ਖੂੰਜੇ ਚਾਰੇ ਪਾਸਿਓਂ ਜਗਾਰੇ ਛੱਡਤੇ। ਪਠਾਣਾ ਨੂੰ ਇੱਕ ਲਖਤ ਭਾਜੜ ਪੈ ਗਈ, ਕਿਲੇ ਦਾ ਗੇਟ ਖੋਲਤਾ। ਕਹਿੰਦੇ ਵੀ ਸਿੰਘਾਂ ਨੇ ਹਮਲਾ ਕਰਤਾ, ਕੋਈ ਉੱਧਰ ਨੂੰ ਦੇਖੇ ਕੋਈ ਉੱਧਰ ਨੂੰ ਦੇਖੇ, ਉਹਨੇ ਕਰਤਾ ਪਠਾਣਾ ਦੀ ਫੌਜ ਤੇ ਇਹਨੂੰ ਘੋੜਾ ਸਿੱਧਾ, ਚੀਰ ਦੀ ਘੋੜਾ ਲੰਘੀ, ਉਹ ਇਹਨਾਂ ਨੂੰ ਰਾਹ ਮਿਲ ਗਿਆ। ਪਠਾਣਾ ਨੂੰ ਐਂ ਹੋ ਗਿਆ ਨਾ ਵੀ ਇੱਧਰ ਹਮਲਾ ਹੋ ਗਿਆ, ਇੱਧਰ ਹੋ ਗਿਆ, ਚਾਰੇ ਪਾਸਿਓਂ ਜਗਾਰੇ ਆਏ, ਉਹਨੂੰ ਰਾਹ ਮਿਲ ਗਿਆ, ਘੋੜਾ ਲੈ ਕੇ ਭੱਜ ਲਈ। ਹੁਣ ਰਸਤੇ ਦੇ ਵਿੱਚ ਰਾਤ ਦਾ ਟਾਈਮ ਹੈ, 12 ਵਜੇ ਹੋਏ ਨੇ, 12 ਕੋਹ ਤਕਰੀਬਨ 50-60 ਕਿਲੋਮੀਟਰ ਦਾ ਪਿੰਡਾ ਬਣਦਾ। ਹੁਣ ਰਾਤ ਨੂੰ ਜੰਡ ਕਰੀਰ ਸੂਕਦੇ ਨੇ, ਕੱਲੀ ਜਾਣੀ ਹੈ, ਘੋੜੇ ਦੇ ਉੱਤੇ ਜਾਂਦੀ ਹੈ, ਘੋੜਾ ਸਪਾਟ ਭੱਜਿਆ ਜਾਂਦਾ। ਹੁਣ ਅੱਗੇ ਇੱਥੇ ਇੱਕ ਭਾਣਾ ਹੋਰ ਵਰਤਿਆ, ਉਹ ਕੀ ਵਰਤਿਆ, ਅੱਗੇ ਇੱਕ ਚੁਰਸਤਾ ਆਉਂਦਾ, ਚੁਰਸਤੇ ਦੇ ਵਿੱਚ ਬੈਠੇ ਨੇ ਚਾਰ ਡਾਕੂ ਲੁਟੇਰੇ। ਅੱਗੇ ਲੁੱਟਾਂ ਖੋਹਾਂ ਬਹੁਤ ਹੁੰਦੀਆਂ ਸੀਆਂ, ਉਹਨਾਂ ਦੇ ਕੰਨਾਂ 'ਚ ਪੈ ਗਈ ਘੋੜੇ ਦੇ ਪੌੜਾਂ ਦੀ ਆਵਾਜ਼। ਉਹ ਕਹਿੰਦੇ ਵੀ ਕੋਈ ਅਮੀਰ ਆਦਮੀ ਆਉਂਦਾ ਵੀ ਨਾਲੇ ਤਾਂ ਇਹਨੂੰ ਲੁੱਟੋ, ਨਾਲੇ ਇਹਦਾ ਘੋੜਾ ਖੋਹੋ। ਉਹ ਜਦ ਬੀਬੀ ਚੁਰਸਤੇ 'ਚ ਆਈ ਨਾ, ਉਹਨਾਂ ਨੇ ਪਿਸਤੌਲ ਦਾ ਫੈਰ ਖੋਲ੍ਹਤਾ, ਉਹ ਘੋੜੇ ਦੇ ਪੁੜਪੁੜੀ 'ਚ ਲੱਗਿਆ, ਘੋੜਾ ਡਿੱਪਿਆ। ਜਦ ਬੀਬੀ ਡਿੱਗੀ ਨਾ, ਉਹ ਜਨ ਨੂੰ ਦੁਬਾਰਾ ਪਿਸਤੌਲ ਭਰਨ ਲੱਗਿਆ। ਉਹ ਜਨ ਨੂੰ ਉਹਨੂੰ 10 ਮਿੰਟ ਲੱਗ ਦਿੱਤੇ, ਅੱਗੇ ਪਹਿਲੇ ਪਿਸਤੌਲ 'ਤੇ ਨਾ ਹੁੰਦਾ ਗੋਲੀਆਂ ਨੇ, ਪਹਿਲਾਂ ਬਰੂਦ ਜਿਹਾ ਹੁੰਦਾ, ਉਹ ਭਰਦੇ ਨੂੰ ਜਨ ਉਹ ਭਰਨ ਲੱਗਿਆ, ਬੀਬੀ ਨੇ 2 ਦੇ ਸਿਰ ਲਾਹਤੇ। ਇੱਕ ਪਠਾਣ ਦਾ ਤੀਜੇ ਦਾ ਵਾਰ ਬੀਬੀ ਦੀ ਤਲਵਾਰ 'ਤੇ ਪੈ ਗਿਆ, ਉਹਦੀ ਤਲਵਾਰ ਟੁੱਟ ਗਈ। ਉਹਨੇ ਕਿਹਾ ਵੀ ਪਾਣਾ ਵਰਤ ਗਿਆ। ਉਹਦੇ ਮੂੰਹੋਂ ਫਿਰ ਆਵਾਜ਼ ਨਿਕਲੀ, ਕਹਿੰਦੀ ਬਾਜਾਂ ਵਾਲਿਆ ਕਰ ਮਦਦ। ਜਦ ਆਵਾਜ਼ ਆਈ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਉਹਦਾ ਪਤੀ ਦੇਵੀ ਚੰਦ ਅੰਮ੍ਰਿਤ ਸਾਕੇ ਕਰਮਜੀਤ ਸਿੰਘ ਬਣਿਆ ਹੋਇਆ ਸੀ, ਉਹ ਚੁਰਸਤੇ ਤੋਂ ਥੋੜ੍ਹੀ ਦੂਰ ਇੱਕ ਬੋਰਡ ਥੱਲੇ ਚੌਂਕੜਾ ਲਾਈ ਬੈਠਾ ਸੀ, ਘੋੜਾ ਉਹਦੇ ਕੋਲ, ਖੰਡਾ ਉਹਦੇ ਕੋਲ। ਜਦ ਉਹਦੇ ਕੰਨ 'ਚ ਆਵਾਜ਼ ਪਈ ਵੀ ਬਾਜਾਂ ਵਾਲਿਆ ਕਰ ਮਦਦ, ਉਹ ਇੱਕ ਲਖਤ ਉੱਠਿਆ। ਉਹ ਕਹਿੰਦਾ ਵੀ ਕਿਸੇ ਸਿੰਘ ਨੂੰ ਘੇਰਾ ਪੈ ਗਿਆ, ਕਿਉਂਕਿ ਆਵਾਜ਼ ਪੰਜਾਬੀ। ਹੁਣ ਉਹ ਕੁੜੀ ਦੇ ਭੇਸ ਪਾ ਹੈ ਪਠਾਣੀ ਲੜਕੇ ਦਾ, ਰਾਤ ਨੂੰ ਲੜਕਾ ਬਣੀ ਜਾਂਦੀ ਹੈ, ਕਿਉਂ ਕੁੜੀ ਬਣ ਕੇ ਨਹੀਂ ਨਾ ਗਈ, ਪਠਾਣੀ ਦਾ, ਪਠਾਣ ਦੇ ਬੱਚੇ ਦਾ ਭੇਸ ਪਾਇਆ ਹੈ ਮਰਦਾਵਾ। ਉਹ ਕਹਿੰਦਾ ਵੀ ਆਵਾਜ਼ ਆਈ ਹੈ ਇਹ ਚੁਰਸਤੇ ਤੋਂ, ਉਹ ਘੋੜਾ ਖੰਡਾ ਲੈ ਕੇ ਬਿਜਲੀ ਵਾਂਗ ਡਿੱਗਿਆ ਉੱਥੇ। ਉਹਨੇ 2 ਮਿੰਟ ਤੋਂ ਪਹਿਲਾਂ ਜਿਹੜੇ 2 ਪਠਾਣ ਤੇ ਵਾਰ ਨਹੀਂ ਕਰਨ ਦਿੱਤਾ ਸਰਦੀ ਤੇ, ਉਹ ਵੀ ਲੋਏ ਸੋਤੇ। ਜਦ ਉਹਨੇ ਦੇਖਿਆ ਵੀ ਆ ਨੀਲਾ ਬਾਣਾ, ਖੰਡਾ, ਘੋੜਾ, ਵੀ ਮੈਂ ਆਵਾਜ਼ ਦਿੱਤੀ ਆ ਬਾਜਾਂ ਵਾਲੇ ਨੂੰ, ਕਿਤੇ ਮੇਰਾ ਸਹਿਨ ਸਾਹ ਤਾਂ ਨਹੀਂ ਆ ਗਿਆ, ਕਿਤੇ ਕਹਿੰਦੀ ਦਸਵੇਂ ਪਾਤਸ਼ਾਹ ਤਾਂ ਨਹੀਂ ਆ ਗਏ। ਉਹਨੇ ਹੱਥ ਜੋੜ ਕੇ ਕਹਿੰਦੀ ਖਾਲਸਾ ਜੀ ਤੁਸੀਂ ਕੌਣ ਹੋ? ਉਹ ਜਦ ਉਹਨੇ ਦੇਖਿਆ ਵੀ ਵਰਦੀ ਤਾਂ ਹੈਗੀ ਆ ਪਠਾਣਾ ਦੇ ਬੱਚੇ ਲੜਕੇ ਦੀ, ਆਵਾਜ਼ ਆਉਂਦੀ ਹੈ ਜਨਾਨਾ ਵੀ ਪਰ ਹੈ ਗੁਰੂ ਦਾ ਸਿੱਖ, ਕਿਉਂਕਿ ਨਾਰਾ ਗੁਰੂ ਦਾ ਲਾਇਆ ਉਹਨੇ। ਉਹ ਕਹਿੰਦਾ ਵੀ ਬੀਬਾ ਤੂੰ ਕੌਣ ਹੈ? ਕਹਿੰਦੀ ਮਾਇਆ ਨਲੂਏ ਦੀ ਪੁੱਤਰੀ ਹਰਸਰਨ ਕੌਰ। ਉਹ ਕਹਿੰਦਾ ਵੀ ਤੂੰ ਆਹ ਵੇਲੇ? ਉਹ ਜਾਣ ਤਾਂ ਗਿਆ, ਕਹਿੰਦਾ ਵੀ ਇਹ ਤਾਂ ਉਹੀ ਹੈ ਜਿਹੜੀ ਤੇਰੀ ਪਤਨੀ ਹੈ। ਕਹਿੰਦਾ ਵੀ ਦੇਖ ਰਾਤ ਨੂੰ ਅਜੇ ਵੀ ਸੂਰਮਾ ਕਿਵੇਂ ਕਹਿੰਦਾ ਰਾਤਾਂ ਦੇ ਵਿੱਚ ਫਿਰਦੀ ਹੈ, ਮਿੱਤਰਾ ਤੂੰ ਅਜੇ ਵੀ ਇਹਦੇ ਮੂਹਰੇ ਖੜਨ ਜੋਗਾ ਨਹੀਂ ਹੋਇਆ। ਕਹਿੰਦਾ ਫਿਰ ਦੱਬ ਗਿਆ ਆਪਦੇ ਆਪ ਨੂੰ ਵੀ ਨਾ ਦੱਸਾਂ ਮੈਂ, ਪਰ ਕਈ ਲਿਖਾਰੀਆਂ ਨੇ ਇੱਥੇ ਕਿਹਾ ਵੀ ਉਹਨੇ ਪਤਾ ਲੱਗ ਗਿਆ ਉਹਨਾਂ ਨੂੰ ਵੀ ਦੋਵੇਂ ਇਕੱਠੇ ਗਏ ਨੇ, ਪਰ ਆਪਾਂ ਨੇ ਜਿਹੜਾ ਆਨੰਦ ਲੈਣਾ ਆਪਾਂ ਉਹੀ ਲੈਣਾ। ਉਹ ਫਿਰ ਦੱਬ ਗਿਆ ਉਹਦੇ 'ਤੇ, ਕਹਿੰਦਾ ਵੀ ਨਹੀਂ ਅਜੇ ਮੈਂ ਇਹਦੇ ਮੂਹਰੇ ਖੜ ਸਕਦਾ, ਅਜੇ ਇਹਦੇ ਬਰਾਬਰ ਨਹੀਂ ਹੋਇਆ। ਉਹ ਕਹਿੰਦਾ ਫਿਰ ਤੂੰ
ਉਹ ਇਸ ਵੇਲੇ ਰਾਤ ਨੂੰ ਕਹਿੰਦੇ ਵੀ ਸਾਡਾ 700 ਸਿੰਘ ਪਠਾਣਾ ਨੇ ਕਰਤਾ ਧੋਖੇ ਨਾਲ ਹਮਲਾ, 250 ਕਰਤਾ ਸ਼ਹੀਦ, 250 ਜ਼ਖਮੀ, ਵੀ 150-200 ਸਿੰਘ ਸਾਡੇ ਕੋਲ ਰਹਿੰਦਾ, ਵੀ ਹੁਣ ਮੈਂ ਸੁਨੇਹਾ ਲੈ ਕੇ ਚੱਲੀ ਹਾਂ ਹਰੀ ਸਿੰਘ ਨਲੂਏ ਕੋਲੇ, ਵੀ ਮੇਰਾ ਮਰ ਗਿਆ ਘੋੜਾ, ਤਲਵਾਰ ਗਈ ਟੁੱਟ। ਉਹ ਕਹਿੰਦਾ ਬਹੁਤ ਧੰਨਵਾਦ, ਆਹ ਚੱਕ ਘੋੜਾ, ਆਹ ਲੈ ਖੰਡਾ, ਜਾ ਕੇ ਕੰਮ ਕਰ। ਕਹਿੰਦਾ ਪਹਿਲਾਂ ਤੂੰ ਸੁਨੇਹਾ ਦੇ ਹਰੀ ਸਿੰਘ ਨਲੂਏ ਨੂੰ। ਉਹ ਕਹਿੰਦੀ ਤੁਸੀਂ ਕੌਣ? ਕਹਿੰਦਾ ਇਹ ਸਮਾਂ ਨਹੀਂ, ਹੁਣੇ ਫੇਰ ਦੱਸਾਂਗੇ, ਤੂੰ ਹੁਣ ਚੜ੍ਹ ਜਾ। ਕਹਿੰਦਾ ਚੜ੍ਹ ਗਈ ਘੋੜੇ ਤੇ, ਬਾਗੀ ਪਸੌਰ ਦੇ ਆਪਣੇ ਬੈਦਖਾਨੇ ਦੇ ਵਿੱਚ ਜਾ ਰਹੀ, ਪੁੱਛਿਆ ਵੀ ਕਿੱਥੇ ਬੈਠੇ ਨੇ ਧਨੁਸ਼ਧਾਰੀ ਹਰੀ ਸਿੰਘ ਨਲੂਆ? ਕਹਿੰਦੇ ਜੀ ਬੈਦਖਾਨੇ ਪਿਆ। ਕਹਿੰਦੇ ਵੀ ਲੈ ਕੇ ਚੱਲੋ, ਲੈ ਕੇ ਚਲੇ ਗਏ। ਕਹਿੰਦੇ ਜੀ ਵੀ ਆਹ ਤੁਹਾਨੂੰ ਮਿਲਣ ਵਾਸਤੇ ਆਏ ਨੇ, ਜਦ ਬੁਲਾਈ ਨਾ ਫਤਿਹ। ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਨਲੂਏ ਨੇ ਦੇਖੀ ਆਵਾਜ਼, ਵੀ ਆਵਾਜ਼ ਹੋਰ ਹੈ ਤੇ ਵਰਦੀ ਪਠਾਣਾ ਦੇ ਬੱਚੇ ਦੀ ਆ। ਦੇਖ ਕੇ ਨਾ ਨਲੂਆ ਉਹਦੇ ਮੂੰਹ ਕੰਨੀ, ਮਿੰਟ ਕੁ ਬਾਅਦ ਕਹਿੰਦਾ ਬੇਟੀ ਤੂੰ, ਇਹ ਨਹੀਂ ਕਿਹਾ ਵੀ ਕੌਣ, ਸਿੱਧਾ ਹੀ ਕਿਹਾ ਕਹਿੰਦਾ ਬੇਟੀ ਤੂੰ। ਬਸ ਹਰਸਰਨ ਕੌਰ ਦਾ ਸੁਣ ਹੋ ਗਈ। ਕਹਿੰਦੀ ਸਾਲ ਤੋਂ ਉੱਤੇ ਹੋ ਗਿਆ ਮੈਨੂੰ ਛੱਡ ਕੇ ਆਇਆ ਸੀ, ਕਦੇ ਮਿਲੇ ਨਹੀਂ, ਇਹਨੇ ਮੈਨੂੰ ਬਿਨਾਂ ਦੇਖੀ ਕਿਵੇਂ ਪਛਾਣ ਲਿਆ? ਫਿਰ ਵਰਦੀ ਮੇਰੀ ਪਠਾਣਾ ਦੇ ਮੁੰਡੇ ਦੀ ਆ। ਕਹਿੰਦੀ ਪਿਤਾ ਜੀ ਹਾਂ ਤਾਂ ਮੈਂ ਤੁਹਾਡੀ ਪੁੱਤਰੀ ਹਰਸਰਨ ਕੌਰ ਏ, ਪਰ ਤੁਸੀਂ ਮੈਨੂੰ ਪਛਾਣਿਆ ਕਿਵੇਂ? ਕੋਈ ਅੰਦਰ ਦੀ ਲਾਈਟ ਮੱਚਦੀ ਹੈ ਜਾਂ ਹਿਰਦੇ ਦੀ ਅੱਖ ਖੁੱਲੀ ਹੈ? ਉਹ ਕਹਿੰਦਾ ਵੀ ਇਹ ਗੱਲ ਨਹੀਂ ਹੈਗੀ, ਇੱਕ ਜਿਹੜਾ ਤਾਂ ਹੁੰਦਾ ਰਿਸ਼ਤਾ ਆਪਣਾ ਧੀਆਂ ਪੁੱਤਰ ਮਾਪਿਆਂ ਦਾ, ਇਹ ਤਾਂ ਹੁੰਦੇ ਨੇ ਲੈਣ ਦੇਣ ਦੇ ਸੰਬੰਧ, ਕੋਈ ਕਿਸੇ ਦਾ ਪੁੱਤ ਬਣ ਗਿਆ, ਕੋਈ ਬਾਪ ਬਣ ਗਿਆ। ਕਹਿੰਦਾ ਵੀ ਜਿਹੜਾ ਰਿਸ਼ਤਾ ਗੁਰੂ ਨਾਨਕ ਦੇ ਦਰ ਤੋਂ ਜੁੜਦਾ ਨਾ, ਇਹਦੀ ਕਹਿੰਦਾ ਕੋਈ ਤਾਕਤ ਹੋਰ ਹੀ ਹੁੰਦੀ ਹੈ। ਮੈਨੂੰ ਤਾਂ ਕਹਿੰਦਾ ਗੇਟ ਤੋਂ ਵਾਸਨਾ ਆ ਗਈ ਤੀ ਵੀ ਮੇਰੀ ਧੀ ਆਉਂਦੀ ਹੈ, ਜਦ ਤੂੰ ਆਈ ਆ ਆਹ ਤੇਰੇ ਹੱਥ 'ਚ ਪਰਚਾ, ਤੂੰ ਰਾਤ ਨੂੰ ਕਿੱਧਰ ਫਿਰਦੀ ਹੈ? ਅਤੇ ਕਹਿੰਦਾ ਵੀ ਤੂੰ ਪਰਚਾ ਲੈ ਕੇ ਰਾਤ ਨੂੰ ਕਿੱਧਰ ਤੁਰੀ ਫਿਰਦੀ ਹੈ? ਉਹ ਕਹਿੰਦੇ ਵੀ ਸੰਪੀ ਖਾਨ ਜਰਨੈਲ ਨੇ ਕੀਤਾ ਧੋਖਾ, 40,000 ਫੌਜ ਲੈ ਕੇ ਵੀ ਸਾਡੇ 'ਤੇ ਕਰਤਾ ਹਮਲਾ, ਸਾਡਾ 700 ਸਿੰਘ ਅਸੀਂ ਨੇੜੇ ਤਾਂ ਨਹੀਂ ਉਹਨਾਂ ਨੂੰ ਲੱਗਣ ਦਿੱਤਾ, ਜੰਗ ਕੀਤਾ ਸ਼ਾਮ ਤੱਕ, ਅਸੀਂ ਨਹੀਂ ਉਹਨਾਂ ਨੂੰ ਨੇੜੇ ਲੱਗਣ ਦਿੱਤਾ ਕਿਲੇ ਦੇ, ਪਰ ਸਾਡਾ ਬੰਦਾ 250 ਸ਼ਹੀਦ ਹੋ ਗਿਆ, 250 ਜ਼ਖਮੀ ਹੋ ਗਿਆ, ਸਿੰਘ ਰਹਿ ਗਏ ਥੋੜ੍ਹੇ, ਵੀ ਹੁਣ ਤੜਕੇ ਨੂੰ ਜੇ ਨਾ ਮਦਦ ਗਈ। ਮਹਾਂ ਸਿੰਘ ਨੇ ਚਿੱਠੀ ਭੇਜੀ ਹੈ ਵੀ ਉਹਨਾਂ ਨੇ ਜਾਂ ਸ਼ਾਮ ਦੇ ਵੱਜੇ ਨਾ ਚਾਰ, ਵੀ ਚਾਰ ਤੋਪਾਂ ਇਕੱਠੀਆਂ ਲਾ ਕੇ ਕਿਲੇ ਦੀ ਕੰਧ 'ਚ ਪਾੜ ਪੈ ਗਿਆ। ਜਦ ਸੁਣਿਆ ਨਾ ਵੀ ਕਿਲੇ ਦੀ ਕੰਧ 'ਚ ਪਾੜ ਪੈ ਗਿਆ, ਬਸ ਐਂ ਮੰਨੋ ਵੀ ਉਹ ਕਹਿੰਦਾ ਵੀ ਮੇਰੇ ਤਾਂ ਦਿਲ 'ਚ ਪਾੜ ਪੈ ਗਿਆ। ਕਹਿੰਦੇ ਫਿਰ ਸ਼ੇਰ ਮੰਗ ਜਦ ਉੱਠਿਆ ਨਾ, ਜਦ ਐਂ ਮੰਜੇ ਦੀ ਬਾਹੀ 'ਤੇ ਹੱਥ ਮਾਰ ਕੇ ਉੱਠਿਆ, ਕਹਿੰਦੇ ਵੀ 40 ਦਿਨ ਦਾ ਉੱਠਿਆ ਨਹੀਂ, ਬਿਮਾਰ ਪਿਆ ਸੀ, ਚੱਕ ਕੇ ਕਿਰਿਆ ਕਰਮ ਕਰਾਉਂਦੇ ਤੇ ਉਹਨੂੰ ਹਰੀ ਸਿੰਘ ਨਲੂਏ ਨੂੰ, ਜਦ ਉੱਠਿਆ ਨਾ ਜਾਂ ਬਾਹੀ 'ਤੇ ਹੱਥ ਮਾਰ ਕੇ ਮੰਜੇ ਦੀ ਬਾਹੀ ਤੋੜ ਕੇ ਖੜਾ ਹੋ ਗਿਆ। ਬੈਦ ਭੱਜ ਕੇ ਆਏ, ਕਹਿੰਦੇ ਨਲੂਆ ਜੀ ਤੁਹਾਡੀ ਕੋਈ ਨਾੜੀ ਫੜ ਜੂ, ਮੌਤ ਹੋ ਜੂ, ਤੁਸੀਂ ਕਿਉਂ ਉੱਠੇ ਹੋ? ਕਹਿੰਦਾ ਉਹ ਬੈਦੋ ਤੁਹਾਨੂੰ ਨਹੀਂ ਪਤਾ ਉਹ ਸਿੰਘਾਂ ਦੀ ਮੌਤ ਦਾ ਕੀ ਮੌਤ ਹੁੰਦੀ ਹੈ, ਜੇ ਮੇਰੇ ਜਿਉਂਦੇ ਜਿਉਂਦੇ ਕਹਿੰਦਾ ਜਮਰੌਤ ਦਾ ਕਿਲਾ ਪਠਾਨ ਕਬਜ਼ੇ ਕਰਕੇ ਮੇਰੀ ਤਾਂ 100 ਮੌਤ ਹੋਊਗੀ, ਇੱਕ ਨਹੀਂ, ਮੇਰੇ ਮਰਨ ਤੋਂ ਬਿਨਾਂ ਕੁਛ ਹੋਵੇ, ਹੁਣ ਤੁਸੀਂ ਪਰੇ ਹੋ ਜਾਓ। ਕਹਿੰਦਾ ਵੀ ਫਿਰ ਉਹ ਜਿਵੇਂ ਚਿੱਠੀ ਪੜ੍ਹ ਕੇ ਹਰਸਰਨ ਕੌਰ ਹਰੀ ਸਿੰਘ ਨਲੂਏ ਨੂੰ ਸੁਣਾਉਂਦੀ ਹੈ, ਔਰ ਉਹ ਕਹਿੰਦਾ ਵੀ ਮੈਨੂੰ ਚਿੱਠੀ 'ਚ ਦੱਸ ਕੀ ਲਿਖਿਆ। ਉਹ ਵੇਲੇ ਦੀ ਕਵਿਤਾ ਹੁਣ, ਚਿੱਠੀ ਆਪਦੇ ਪਿਤਾ ਬਿਮਾਰ ਪਏ ਨੂੰ ਇੱਕ ਪੁੱਤਰੀ ਹਰਸਰਨ ਕੌਰ ਜਿਵੇਂ ਪੜ੍ਹ ਕੇ ਸੁਣਾਉਂਦੀ ਹੈ, ਉਹ ਵੇਲੇ ਦੀਆਂ ਸਤਰਾਂ ਇਉਂ ਸੁਣੋ। ਲਿਖਿਆ ਮਹਾਂ ਸਿੰਘ ਦਾ
ਕਵਿਤਾ ਲਿਖੀ ਬਰਾੜਾ ਜੋਧੇ ਧਰਮ ਨਲੂਏ ਦੀ, ਸੰਮੀ ਖਾਂ ਨੇ ਆਪਦਾ ਸੁੱਤਾ ਕਾਲ ਜਗਾਇਆ। ਜਦੋਂ ਪਤਾ ਲੱਗਿਆ ਨਾ ਵੀ ਕਿਲੇ ਦੀ ਕੰਧ ਦੇ ਵਿੱਚ ਪਾੜ ਪਾਤਾ, ਭਾਵੇਂ ਸ਼ੇਰ ਵਾਂਗ ਉੱਠਿਆ। ਫਿਰ ਉਹਨੇ ਪਰਚਾ ਲਿਖ ਕੇ ਦੇਤਾ ਬੀਬੀ ਹਰਸ਼ਰਨ ਕੌਰ ਨੂੰ, ਕਹਿੰਦਾ ਇਉਂ ਕਰੀ, ਕਹਿੰਦਾ ਮਹਾਂ ਸਿੰਘ ਨੂੰ ਕਹਿ ਦੀ ਵੀ ਜਿਹੜਾ ਉਹਦੇ ਕੋਲ 150-200 ਸਿੰਘ ਹੈਗਾ ਨਾ, ਜਦੋਂ ਤੜਕੇ ਦੇ ਵੱਜਣ 3 ਜਿੱਧਰ ਨੂੰ, ਇੱਧਰ ਪਸ਼ਾਵਰ ਵੱਲ ਨੂੰ ਮੂੰਹ ਕਰਕੇ, ਜਿੱਧਰ ਪਠਾਣਾ ਦੀ ਫੌਜ ਹੈ, ਫੌਜ ਤਾਂ ਚਾਰੇ ਪਾਸੇ ਸੀ ਨਾ, ਕਹਿੰਦਾ ਵੀ ਪਸ਼ਾਵਰ ਵੱਲ ਨੂੰ ਮੂੰਹ ਕਰਕੇ ਛੱਡ ਕੇ ਜਕਾਰਾ ਹਮਲਾ ਕਰ ਦੇਵੇ। ਮੈਂ ਰਾਤ ਦੇ ਕਹਿੰਦਾ 3 ਵਜੇ ਤੋਂ ਪਹਿਲਾਂ ਆਪਦੀ 11,000 ਫੌਜ ਸ਼ੇਰਦਲ ਫੌਜ ਲੈ ਕੇ ਕਹਿੰਦਾ ਜਮਰੌਤ ਦੇ ਕਿਲੇ ਦੇ ਨੇੜੇ ਪਹੁੰਚਿਆ ਹੋਊਗਾ, ਕਹਿੰਦਾ ਬਾ ਉੱਧਰੋਂ ਕਿਹੜਾ ਹਮਲਾ ਕਰ ਦੇਵੇ, ਬਾਕੀ ਕੰਮ ਮੇਰਾ। ਭਾਈ ਪਰਚਾ ਦੇਤਾ, ਮੁੜੇ ਆਈ ਹਰਸ਼ਰਨ ਕੌਰ। ਫਿਰ ਰਸਤੇ ਦੇ ਵਿੱਚ ਜਿਹੜਾ ਉਹ ਪਤੀ ਸੀ ਨਾ ਉਹਦਾ, ਫਿਰ ਉੱਥੋਂ ਦੋਨੇ ਜਾਣੇ ਫਿਰ ਇਕੱਠੇ ਆਏ ਨੇ ਜਮਰੌਤ ਦੇ ਕਿਲੇ ਨੂੰ। ਦੋਨੇ ਜਾਣੇ ਜਮਰੌਤ ਦੇ ਕਿਲੇ ਦੇ ਅੰਦਰ ਆ ਕੇ ਜਦੋਂ ਸੁਨੇਹਾ ਦਿੱਤਾ ਨਾ ਮਹਾਂ ਸਿੰਘ ਨੂੰ, ਕਹਿੰਦੇ ਵੀ ਮੇਰੇ ਪਿਤਾ ਜੀ ਨਲੂਆ ਜੀ ਨੇ ਆਖਿਆ ਵੀ ਜਿਹੜਾ ਤੇਰੇ ਕੋਲ 150-200 ਸਿੰਘ ਹੈਗਾ ਵੀ ਇਹਨੂੰ ਲੈ ਕੇ ਪਸ਼ਾਵਰ ਵੱਲ ਨੂੰ ਮੂੰਹ ਕਰਕੇ ਤੜਕੇ ਦੇ 3 ਵਜੇ ਛੱਡ ਕੇ ਜਕਾਰਾ ਹਮਲਾ ਕਰਦੇ। ਤੇ ਕਹਿੰਦੇ ਵੀ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਉਹਨੇ ਵੀ ਅੱਗੇ ਤਾਂ ਸੀਗਾ ਆਪਣਾ ਵੀ ਜਿਹੜਾ ਕੋਈ ਹੱਥ ਖੜੇ ਕਰ ਦੇਵੇ ਜਾਂ ਭੱਜ ਲਵੇ ਜਾਂ ਗਿਰ ਜਾਵੇ ਉਹਦੇ 'ਤੇ ਵਾਰ ਨਹੀਂ ਕਰਨਾ। ਕਹਿੰਦਾ ਵੀ ਹੁਣ ਪਠਾਣਾ ਨੇ ਕੀਤਾ ਧੋਖਾ, ਕੋਈ ਕਰੀ ਜਾਵੇ ਹੱਥ ਖੜੇ, ਕੋਈ ਕਰੀ ਜਾਵੇ ਪੈਰ ਖੜੇ, ਕਹਿੰਦਾ ਹੁਣ ਬਖਸ਼ਣਾ ਨਹੀਂ, ਕੋਈ ਨਹੀਂ ਬਖਸ਼ਣਾ। ਕਹਿੰਦਾ ਮਹਾਂ ਸਿੰਘ ਨੂੰ ਸੁਨੇਹਾ ਦਿੱਤਾ, ਜਦੋਂ ਵੱਜੇ ਨਾ ਤੜਕੇ ਦੇ 3, ਫਿਰ ਮਹਾਂ ਸਿੰਘ ਨੇ ਛੱਡ ਕੇ ਜਕਾਰਾ ਉੱਧਰੋਂ ਹਮਲਾ ਕਰਤਾ। ਪਠਾਣਾ ਨੇ ਕਿਹਾ ਵੀ ਹਮਲਾ ਹੋ ਗਿਆ, ਵੀ ਚਲੋ 250-250 ਸਿੰਘ ਹੈ, ਕੋਈ ਗੱਲ ਨਹੀਂ, ਪਠਾਣ ਵੀ ਚੱਲ ਪਏ, ਲੜਾਈ ਜੰਗ ਸ਼ੁਰੂ ਹੋ ਗਿਆ। ਇੱਧਰੋਂ ਹਰੀ ਸਿੰਘ ਨਲੂਏ ਨੇ ਜਦ ਜਕਾਰਾ ਛੱਡਿਆ ਨਾ, ਹਰੀ ਸਿੰਘ ਨਲੂਏ ਦੀ ਐਸੀ ਆਵਾਜ਼ ਸੀ ਨਾ, ਫਿਰ ਪਹਾੜਾਂ ਦੀਆਂ ਕੰਧਰਾਂ ਨਾਲ ਟਕਰਾਉਂਦੀ ਸੀ ਜਾ ਕੇ। ਜਦੋਂ ਸੁਣਿਆ ਹਰੀ ਸਿੰਘ ਨਲੂਏ ਦਾ ਜਕਾਰਾ, ਪਠਾਣਾ ਦੇ ਦਿਲ ਕੰਬ ਗਏ, ਕਹਿੰਦੇ ਵੀ ਨਲੂਆ ਆ ਗਿਆ, ਹੱਥਾਂ ਦੇ ਪੈ ਗਏ ਹਥਿਆਰ ਢਿੱਲੇ। ਹੁਣ ਇੱਕ ਪਾਸੇ ਦਾ ਹਰੀ ਸਿੰਘ ਨਲੂਆ, ਇੱਕ ਪਾਸੇ ਮਹਾਂ ਸਿੰਘ, ਭੱਜਣ ਕਿੱਧਰ ਨੂੰ, ਲੱਗ ਗਏ 70 ਵੇਸਣ ਟੁਕੜੇ ਵੇਸਣ ਲੱਗ ਗਏ। ਹੁਣ ਇੱਥੇ ਇੱਕ ਕਵਿਤਾ ਆਊਗੀ ਵੀ ਜਿਵੇਂ ਉੱਥੇ 70 ਵੇਸੇ ਨਾ, ਜਿਵੇਂ ਵੱਢ ਵੱਢ ਕੇ ਢੇਰੀਆਂ ਲਾਈਆਂ ਹਰੀ ਸਿੰਘ ਨਲੂਏ ਨੇ ਤੇ ਮਹਾਂ ਸਿੰਘ ਨੇ, ਉਹ ਸਮੇਂ ਦੀ ਕਵਿਤਾ ਵੀ ਹੁਣ ਉੱਥੇ ਜਿਹੜੇ ਪਠਾਣਾਂ ਦੇ 70 ਤੇ ਪਠਾਣਾਂ ਦੀਆਂ ਲੋਥਾਂ ਤੇ ਲੋਥਾਂ ਫਿਰ ਇਉਂ ਚੜ੍ਹਦੀਆਂ। ਝੱਟ ਚੋਟ ਜੋ ਨਗਾਰੇ ਉੱਤੇ ਮਾਰ ਦੇ, ਆ ਕੇ ਰਣ ਵਿੱਚ ਸਿੰਘ ਲਲਕਾਰ ਦੇ, ਤੇਰੀ ਸ਼ੇਰ ਵਾਂਗ ਸੂਰ ਮਿੱਦ ਹਾੜ ਦੇ, ਤੂੰ ਚੰਡੀਆਂ ਮਿਆਨੋ ਵਾਹਿਗੁਰੂ ਉਚਾਰ ਕੇ, ਤੇਗ ਚੱਲਦੀ ਸਿੰਘਾਂ ਦੀ ਕਾਲ ਰੂਪ ਧਾਰ ਕੇ, ਤੇਗ ਚੱਲਦੀ ਸਿੰਘਾਂ ਦੀ, ਲੈ ਕੇ ਹੱਥ ਵਿੱਚ ਤੀਰ ਤੇ ਕਮਾਨ ਜੋ, ਲੱਗੇ ਤੀਰਾਂ ਦਾ ਸੀ ਮੇਘ ਵਰਸਾਣ ਜੋ, ਉੱਥੇ ਵੈਰੀ ਵਾਲਾ
ਜਦੋਂ ਟੱਕਰੇ ਡੱਕਰੇ ਕਰਤੇ ਸਾਰਿਆਂ ਦੇ, ਫਿਰ ਪਠਾਨ ਭੱਜਲੇ ਮੂਹਰੇ, ਫਿਰ ਸੰਮੀ ਖਾਂ ਨੇ ਇੱਕ ਹੋਰ ਨਾਰਾ ਮਾਰਿਆ, ਧੋਖਾ ਕੀਤਾ। ਉਹ ਕਹਿੰਦਾ ਬਈ, ਉਹਨੇ ਕਰਕੇ ਨਾ ਉੱਚੀ ਤਲਵਾਰ, ਕਹਿੰਦਾ ਵੀ ਮੈਂ ਨਲੂਏ ਨੂੰ ਆਵਾਜ਼ ਮਾਰਦਾ ਵੀ ਕਿਉਂ ਲੋਕਾਂ ਦੇ ਬੁੱਤ ਮਰਵਾਉਣੇ ਨੇ, ਤੂੰ ਵੀ ਜਰਨਲ ਮੈਂ ਵੀ ਜਰਨਲ, ਵੀ ਆਪਾਂ ਦੋਨੇ ਆਹਮਣੋ ਸਾਹਮਣੇ ਹੋ ਕੇ ਟੱਕਰ ਲੈਂਦੇ ਹਾਂ, ਖੰਡਾ ਖੜਕਾਉਂਦੇ ਹਾਂ। ਤੇ ਨਲੂਏ ਨੇ ਕਹਿੰਦਾ ਖਾਲਸੇ ਨੂੰ, ਕਹਿੰਦਾ ਵੀ ਪਿੱਛੇ ਹਟ ਜਾਓ, ਅੱਜ ਪਹਿਲੀ ਵਾਰ ਆਵਾਜ਼ ਪਈ ਹੈ ਕਿਸੇ ਦੀ, ਅੱਜ ਪਹਿਲੀ ਵਾਰ ਆਵਾਜ਼ ਪਈ ਹੈ। ਸੰਮੀ ਖਾਂ ਨੂੰ ਕਹਿੰਦਾ ਵੀ ਤੂੰ ਆਪਦੀ ਫੌਜ ਪਿੱਛੇ ਕਰਦੇ, ਖਾਲਸਾ ਪਿੱਛੇ ਹੈ, ਆ ਜਾ ਮੈਦਾਨ ਦੇ ਵਿੱਚ। ਫਿਰ ਉਹ ਦੋਨਾਂ ਦਾ ਜਿਹੜਾ ਜੰਗੀ ਖੰਡਾ ਖੜਕਿਆ ਨਾ, ਉਹ ਇਹ ਕਵਿਤਾ ਸੀਗੀ ਜਿਹੜੀ ਬੱਚੀਆਂ ਨੇ ਪੜ੍ਹੀ ਹੈ, ਵੀ ਨਸੀਨਾ ਸੀ ਪਰਬਤ ਵਰਗਾ ਨਲੂਏ ਸਰਦਾਰ ਦਾ। ਦੋਨਾਂ ਨੇ ਆਖਰੀ ਜਿਹੜੀ ਕਵਿਤਾ ਪੜ੍ਹੀ ਆ, ਉਹ ਫਿਰ ਬੱਚਾ ਬੱਚਾ ਪਠਾਣਾ ਦਾ ਖਤਮ ਕੀਤਾ, ਪਹਾੜਾਂ ਦੀਆਂ ਕੰਧਰਾਂ ਤੱਕ ਮਗਰ ਜਾ ਕੇ ਸਾਰੇ ਖਤਮ ਕਰਤੇ। ਉਹ ਇੰਨਾ ਕਤਲ ਹਰੀ ਸਿੰਘ ਨਲੂਏ ਨੇ ਤਾਂ ਕੀਤਾ, ਉਹਨੂੰ ਪਤਾ ਸੀ ਇਹ ਗੱਲ ਦਾ ਵੀ ਮੈਂ ਹੁਣ ਰਹਿਣਾ ਨਹੀਂ, ਵੀ ਪਠਾਣਾ ਨੂੰ ਇੰਨਾ ਡਰਾ ਦਈਏ ਵੀ ਜਿਹੜਾ ਹੱਥ ਖੜੇ ਕਰਦਾ ਉਹਨੂੰ ਵੀ ਖਤਮ, ਜਿਹੜਾ ਕੋਈ ਮੂਹਰੇ ਭੱਜਦਾ ਉਹਨੂੰ ਵੀ ਖਤਮ, ਵੀ ਮੇਰੇ ਤੋਂ ਬਾਅਦ ਇੱਧਰ ਨੂੰ ਮੂੰਹ ਨਾ ਕਰ ਸਕਣ। ਇਸ ਕਰਕੇ ਉਹ ਹਰੀ ਸਿੰਘ ਨਲੂਏ ਨੇ ਸਾਰਿਆਂ ਦੇ ਟੁਕੜੇ ਕਰਕੇ ਆਪਦੀ ਜੰਗ ਹੈ ਜਿਹੜੀ ਉਹ ਜਿੱਤੀ। ਵੀ ਜਿਵੇਂ ਫਿਰ ਉਹ ਜੰਗੀ ਖੰਡਾ ਪਹਿਲਾਂ ਜੰਗ ਦੇ ਵਿੱਚ ਖੜਕਿਆ ਨਾ, ਉਸ ਸਮੇਂ ਦੀ ਕਵਿਤਾ ਇੱਕ ਸੁਣੋ। ਆ ਗਈ ਤਰਸੀ ਸਤਲੀ ਤੇ ਦੋਵੇਂ ਬਲਵਾਨ ਸੀ, ਆ ਗਈ ਤਰਸੀ ਸਤਲੀ ਤੇ ਦੋਵੇਂ ਬਲਵਾਨ ਸੀ, ਹੀਰਾ ਇੱਕ ਸਿੱਖ ਕੌਮ ਦਾ ਦੂਜਾ ਪਠਾਣ ਸੀ, ਕੀਤਾ ਖਲਵਾੜ ਰਣਾਮੇ, ਕੀਤਾ ਖਲਵਾੜ ਰਣਾਮੇ, ਸੰਮੀ ਨੂੰ ਪਿਆਰ ਦਾ
ਚੜ੍ਹਦੀ ਕਲਾ ਦੀ ਕਰਨੀ ਹੈ, ਸ਼ਹੀਦੀ ਵਾਲੀ ਗੱਲ ਆਪਾਂ ਨੇ ਕਰਨੀ ਨਹੀਂ, ਉਹ ਇਤਿਹਾਸ ਇੱਥੋਂ ਅੱਗੇ ਆਉਂਦਾ ਹੈ। ਹੁਣ ਇਹ ਇਤਿਹਾਸ ਆਪਣਾ ਇੱਥੇ ਹੀ ਪੂਰਾ ਹੁੰਦਾ ਹੈ, ਜਿਹੜਾ ਇਹ ਸਿੱਖੀ 'ਚ ਕਰਮ ਧਰਮ ਦਾ ਪੂਰਾ ਸੂਰਮਾ ਬਲੀ ਯੋਧਾ ਵੀਰ ਸਿੱਖ ਬੁੱਧੀਜੀਵੀ ਏ। ਅੱਜ ਦੇ ਵਿਦਵਾਨਾਂ ਨੇ ਜੇ ਕਿਸੇ ਨੇ ਚੋਣ ਕੀਤੀ ਹੈ ਤਾਂ ਇੱਕ ਹਰੀ ਸਿੰਘ ਨਲੂਏ ਦੀ ਕੀਤੀ ਹੈ, ਜਿਹੜਾ ਪੂਰਾ ਐਨ ਸਿੱਖੀ ਦੇ ਵਿੱਚ ਕੰਡੇ ਦੇ ਉੱਤੇ ਤੋਲਿਆ ਹੋਇਆ ਸੀ। ਹੁਣ ਇੱਕ ਕਵਿਤਾ ਪੜ੍ਹਨਗੀਆਂ ਬੱਚੀਆਂ, ਇਤਿਹਾਸ ਆਪਣਾ ਪੂਰਾ ਹੈ। ਅਤੇ ਉੱਧਰ ਇਹ ਦੂਜਾ ਜੱਥਾ ਜਿਹੜਾ ਆਇਆ ਉਹ ਤਿਆਰ ਹੋ ਰਿਹਾ ਬਾਹਰ, ਉਹਨਾਂ ਜਿਹੜਾ ਇੱਕ ਕਵਿਤਾ ਜਿਹੜੀ ਬਈ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾਂ, ਇਹ ਇੱਕ ਵੈਸੀ ਕਵਿਤਾ ਜੀ ਆਪਾਂ ਨੇ ਪੜ੍ਹਨੀ ਹੈ। ਹਰ ਦਰਸ਼ਨ ਕੋ ਅੱਖੀ ਇੱਕ ਇੱਕ ਸਵਾਸ ਅਮੋਲਕ ਤੇਰਾ ਹੱਥ ਨਾ ਆਵੇ ਲਖੀ। ਹੀਰੇ ਲਾਲ ਗਵਾਈ ਜਾਨੈ, ਹੀਰੇ ਲਾਲ ਗਵਾਈ ਜਾਨੈ, ਤੁਰਦਾ ਨਾ ਹੰਕਾਰ ਬਿਨਾ ਉਸ
ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ ਉਹ ਸਤਿਗੁਰ ਮਿਲਦਾ ਨਾ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ ਉਹ ਸਤਿਗੁਰ ਮਿਲਦਾ ਨਾ ਮੀਰਾਂ ਬਾਈ ਹੋਈ ਬਰਾਗਣ ਮਿਲਿਆ ਨਹੀਂ ਸਹਾਰਾ ਡੂੰਘੇ ਸਰ ਵਿੱਚ ਗੋਤੇ ਖਾਵੇ ਦਿਸਦਾ ਦੂਰ ਕਿਨਾਰਾ ਡੂੰਘੇ ਸਰ ਵਿੱਚ ਗੋਤੇ ਖਾਵੇ ਦਿਸਦਾ ਦੂਰ ਕਿਨਾਰਾ ਪ੍ਰੇਮ ਪਿਆਲਾ ਪੀ ਕੇ ਨਗਮਾ ਗਾਇਆ ਨਹੀਂ ਸਤਾਰੇ ਬਿਨਾ ਉਹ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ ਬਈ ਪਿਆਰਾ ਨਾ ਮਿਲਦਾ ਰਹਿ ਨਾ ਸਕੇ ਦੀਦਾਰ ਬਿਨਾ ਉਹ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ ਉਹ ਸਤਿਗੁਰ ਮਿਲਦਾ ਨਾ ਛੱਡ ਖਾਨੀ ਦੁਨੀਆਂ ਚੋਂ ਤੁਰਨਾ ਕੱਟ ਕੇ ਰਹਿਣ ਬਸੇਰਾ ਯੂਸਫ ਵਰਗੇ ਤੁਰ ਕੇ ਲੱਖਾਂ ਮੁੜ ਨੀ ਪਾਇਆ ਫੇਰਾ ਤਖਤ ਜਿਨ੍ਹਾਂ ਦਾ ਪਰੀਆਂ ਚੁੱਕਣ ਤਖਤ ਜਿਨ੍ਹਾਂ ਦਾ ਪਰੀਆਂ ਚੁੱਕਣ ਪੱਠ ਚੋਕ ਦੇ ਯਾਰ ਬਿਨਾ ਉਹ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ ਉਹ ਸਤਿਗੁਰ ਮਿਲਦਾ ਨਾ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ ਉਹ ਸਤਿਗੁਰ ਮਿਲਦਾ ਨਾ ਜੰਗਲ ਦੇ ਵਿੱਚ ਫਿਰੇ ਪੀਲਣੀ ਫਿਰ ਉਸ ਤੋਂ ਖਾਤੇ ਜੰਗਲ ਦੇ ਵਿੱਚ ਫਿਰੇ ਪੀਲਣੀ ਫਿਰ ਉਸ ਤੋਂ ਖਾਤੇ ਕੱਟ ਕੇ ਉੱਥੇ ਸਬਰ ਸਬੂਰੀ ਪੱਕੇ ਕਰੇ ਇਰਾਦੇ ਪੱਕੇ ਕਰੇ ਇਰਾਦੇ ਦਰਜੋਧਨ ਦੇ ਮੇਵੇ ਤਿਆਗੇ ਦਰਜੋਧਨ ਦੇ ਮੇਵੇ ਤਾਗ ਤਿਆਗੇ ਮਿਲਿਆ ਨਾ ਸਤਿਕਾਰ ਬਿਨਾ ਉਹ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ ਬਈ ਪਿਆਰਾ ਨਾ ਮਿਲਦਾ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ ਉਹ ਸਤਿਗੁਰ ਮਿਲਦਾ ਨਾ
ਮੱਕੇ ਅਤੇ ਮਦੀਨੇ ਅੰਦਰ ਨਾਨਕ ਫੇਰਾ ਪਾਇਆ, ਮੱਕੇ ਅਤੇ ਮਦੀਨੇ ਅੰਦਰ ਨਾਨਕ ਫੇਰਾ ਪਾਇਆ, ਸਭੇ ਸਾਂਝੀ ਬਾਲ ਸਦੈਣ ਗੁਰੂ ਨਾਨਕ ਫੁਰਮਾਇਆ, ਸਭੇ ਸਾਂਝੀ ਬਾਲ ਸਦੈਣ ਗੁਰੂ ਨਾਨਕ ਫੁਰਮਾਇਆ, ਨਹੀਂ ਪਦਾਰਥ ਮਿਲਦੇ ਇਹ ਕੂੜਕ ਸਾਰਾ ਜਗਤ ਜਲੰਦਾ, ਕੂੜਕ ਸਾਰਾ ਜਗਤ ਜਲੰਦਾ, ਨਹੀਂ ਧਰਨਾ ਪ੍ਰਚਾਰ ਬਿਨਾ ਸਤਿਗੁਰ ਮਿਲਦਾ ਨਾ, ਪਿਆਰ ਤੋਂ ਬਿਨਾ ਵੀ ਸਤਿਗੁਰ ਮਿਲਦਾ ਨਾ। ਛਿਨ ਛਿਨ ਪਲ ਪਲ ਬੀਤੀ ਜਾਵੇ, ਨਾ ਝਲਕ ਫੁੱਲਾਂ ਦੀ ਰਹਿਣੀ, ਪੱਤ ਚੜਿਆਉਣੀ ਵਿਸੜ ਜਾਣੀ, ਮੁੜਨੀ ਕੀਮਤ ਪੈਣੀ, ਪੱਤ ਚੜਿਆਉਣੀ ਵਿਸੜ ਜਾਣੀ, ਮੁੜਨੀ ਕੀਮਤ ਪੈਣੀ, ਨਹੀਂ ਚੁਰਾਸੀ ਕੱਟੀ ਜਾਣੀ, ਨਹੀਂ ਚੁਰਾਸੀ ਇਹ ਤੇਰੀ ਹਰ ਨਾਮ ਬਿਨਾ ਸਤਿਗੁਰ ਮਿਲਦਾ ਨਾ, ਪਿਆਰ ਤੋਂ ਬਿਨਾ ਉਹ ਸਤਿਗੁਰ ਮਿਲਦਾ ਨਾ। ਹਰੀ ਮੰਦਰ ਦੇ ਅੰਦਰ ਵਸਦਾ ਰੱਬ ਸਿਖੜਿਆ ਤੇਰਾ, ਹਰੀ ਮੰਦਰ ਦੇ ਅੰਦਰ ਵਸਦਾ ਰੱਬ ਸਿਖੜਿਆ ਤੇਰਾ, ਬਖਤ ਗਵਾਇਆ ਹੱਥ ਨਹੀਂ ਆਉਣਾ ਲਾ ਗੁਰ ਚਰਨੀ ਡੇਰਾ, ਬਖਤ ਗਵਾਇਆ ਹੱਥ ਨਹੀਂ ਆਉਣਾ ਲਾ ਗੁਰ ਚਰਨੀ ਡੇਰਾ, ਗੁਰਜੀਤ ਜੋਤ ਗੁਨੀਤ ਆਖਦੇ, ਗੁਰਜੀਤ ਜੋਤ ਗੁਨੀਤ ਆਖਦੇ, ਕੀ ਗਾਉਣਾ ਸੁਰਤਾਰ ਬਿਨਾ ਸਤਿਗੁਰ ਮਿਲਦਾ ਨਾ, ਪਿਆਰ ਤੋਂ ਬਿਨਾ ਮਿਲਦਾ ਨਾ, ਪਿਆਰ ਤੋਂ ਬਿਨਾ ਸਤਿਗੁਰ ਨਾ ਮਿਲਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਲੋਂ ਸਮਾਪਤੀ ਹੈ, ਜੱਥਾ ਆ ਗਿਆ।